ਪਿਛਲੇ ਪੌਡਕਾਸਟ ਚ ਛੱਡਿਆ ਸੀ ਕਿ ਸਿਕੰਦਰ ਨੇ ਗ੍ਰੈਨੇਕਸ ਦੀ ਲੜਾਈ ਜਿੱਤ ਕੇ ਉਸ ਤੋਂ ਬਾਅਦ ਹਨਾ ਬਾਕੀ ਸੂਬੇ ਜਿੱਤਦਾ ਆਇਆ ਉਹ ਜਿਵੇਂ ਅੱਪ ਗੱਲ ਕੀਤੀ ਸੀ ਕਿ ਜਿਹੜੇ ਨੇਵਲ ਬੇਸ ਸੀਗੇ ਜਿਨ੍ਹਾਂ ਤੋਂ ਸ਼ਿਪਾਂ ਉਹ ਕਰਦੇ ਸੀਗੇ ਪਰਸ਼ੀਆ एंपਾਇਰ ਵਾਲੇ ਹਨਾ ਚਲਾਉਂਦੇ ਸੀਗੇ ਉਹ ਮੇਲੇਟਸ ਹੋ ਗਿਆ ਹੈਲਕਾਰਨਸ ਹੋ ਗਿਆ ਹੈਲਕਾਰਨਸ 45 ਸਿਟੀ ਸੀਗੀ ਉੱਥੇ ਵੀ ਬੜਾ ਤੰਗ ਹੋਏ ਉਹ ਤੇ ਉਦਾਂ ਬਾਕੀ ਸਿਟੀਆਂ ਜਿਦਾ ਐਦਾਂ ਸੀਗਾ ਕਿ ਕਈ ਸਿਟੀਆਂ ਦਾ ਡਰ ਦੇ ਨਾਲ 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 ਉਦੋਂ ਵੀ ਜਿਹੜੀਆਂ ਨੇੜੇ-ਤੇੜੇ ਸੀਗੀਆਂ ਸਰੈਂਡਰ ਕਰਨ ਲੱਗੀਆਂ ਸੀ ਪਰ ਕਈਆਂ ਦੀ ਜਮੀਰ ਜਿਵੇਂ ਮੰਨ ਨਹੀਂ ਰਹੀ ਸੀ ਕਿ ਨਹੀਂ ਅਸੀਂ ਲੜਨਾ ਹੀ ਪਸੰਦ ਕਰਾਂਗੇ ਤੇ ਅਲੈਗਜ਼ੈਂਡਰ ਉਸ ਤੋਂ ਬਾਅਦ ਈਸਟ ਵਾਲ ਨੂੰ ਤੁਰ ਪਿਆ ਹੈਲਿਗਾਰਨਸ ਜਿੱਤ ਕੇ ਈਸਟ ਵਾਲ ਨੂੰ ਤੇ ਉਦੋਂ ਡੈਰੀਅਸ ਨੂੰ ਜਿਵੇਂ ਆਪਾਂ ਗੱਲ ਕੀਤੀ ਸੀ ਕਿ ਡੈਰੀਅਸ ਨੂੰ ਪਤਾ ਲੱਗਿਆ ਸੀਗਾ ਤੇ ਡੈਰੀਅਸ ਵੈਸਟ ਵਾਲ ਨੂੰ ਜਾਣ ਦੀ ਤਿਆਰੀ ਕਰ ਰਿਹਾ ਸੀ ਡੈਰੀਅਸ ਨੇ ਆਪਣੇ ਲੋਹਣਾ ਨਾਲ ਸੈਨਾਪਤੀਆਂ ਨਾਲ ਮੀਟਿੰਗ ਜੀ ਕੀਤੀ ਵੀ ਹੁਣ ਕੀ ਕਰਿਆ ਜਾਵੇ ਉਹਨੂੰ ਸਲਾਹ ਐ ਦਿੱਤੀ ਵੀ ਤੂੰ ਅੱਗੇ ਹੋ ਕੇ ਲੜ ਵੀ ਸਾਰਾ ਵੀ ਸੇਨਾ ਦਾ ਮਨੋਬਲ ਜਆ ਵੱਧ ਜਾਊਗਾ ਹਾਲਾਂਕਿ ਉਹਨੂੰ ਇੱਕ ਅੱਧੇ ਜਿਹੜਾ ਗ੍ਰੀਕ ਮਿਸ਼ਨਰੀ ਉਹਦੇ ਨਾਲ ਕੰਮ ਕਰਦਾ ਸੀ ਉਹਨੇ ਕਿਹਾ ਵੀ ਮੈਸੋਡੋਨੀਆਨਾਂ ਦੇ ਅੱਗੇ ਜਾਣਾ ਵੀ ਰਹਿਣ ਦੇ ਵੀ ਖਾਤਰੇ ਤੋਂ ਖਾਲੀ ਨਹੀਂ ਬਟ ਉਹ ਉਹਨੇ ਚਲੋ ਇਹ ਸਹੀ ਸਮਝਿਆ ਉਹਨੇ ਆਪਣੀ ਆਰਮੀ ਇਕੱਠੀ ਕਰਕੇ ਵੈਸਟਵਾਲ ਨੂੰ ਤੁਰ ਪਿਆ ਤੇ ਐਲੈਗਜ਼ੈਂਡਰ ਨੇ ਆਪਣੀ ਆਰਮੀ ਦੋ ਹਿੱਸਿਆਂ 'ਚ ਵੰਡਦੀ ਪਰਮੇਨੀਅਨ ਭੇਜਤਾ ਜਿਹੜਾ ਏਸ਼ੀਆ ਮਾਈਨਰ ਦੇ ਜਿਹੜੇ ਤੇਰੇ ਗੋਡੀਅਸ ਤੇ ਸਾਰਡਿਸ ਦੇ ਵਿਚਲੇ ਜਿਹੜੇ ਰਾਜ-ਰਾਜ ਸੀਗੇ ਛੋਟੀ-ਛੋਟੀ ਸਿਟੀਆਂ ਸੀ ਉਹਨਾਂ ਤੇ ਕਬਜ਼ਾ ਕਰਨ ਨੂੰ ਇਹ ਤੁਰਪਿਆ ਨੀਚੇ ਵੱਲ ਨੂੰ ਹਨਾ ਬਾਕੀ ਰੈਸਟ ਆਫ ਦੀ ਸਿਟੀ ਇਸ ਟੇਕ ਕਰਨ ਨੂੰ ਸੌਰੀ ਮੈਂ ਇੱਥੇ ਮੈਂ ਐਡ ਕਰਨੀ ਚਾਹਾਂਗਾ ਕਿ ਬਹੁਤ ਜ਼ਰੂਰੀ ਗੱਲ ਹਾਲ ਗਿਆ ਆਪਣੀ ਆਡੀਅנס ਹਨਾ ਆਪਾਂ ਕੰਟੀਨਿਊਏਸ਼ਨ ਆ ਇਹ ਅਲੈਗਜ਼ੈਂਡਰ ਦਾ ਉਹ ਪਹਿਲਾਂ ਦੇਖ ਸਕਦੇ ਹਨਾ ਵੀ ਆ ਆਪਾਂ ਆਉਣ ਵਾਲੀਆਂ ਬੈਟਲਾਂ ਇਹਦੇ ਵਿੱਚ ਡਿਸਕਸ ਕੀ ਕਰਨੀਆਂ ਜਿਹੜੀਆਂ ਪਿੱਛੇ ਕਿਹਾ ਸੀ ਜਾਂ ਜਿਹੜੀਆਂ ਰਹਿ ਗਈਆਂ ਸੀ ਤਾਂ ਆਹਦੇ ਜਿਹੜੀ ਬੈਟਲ ਆਫ ਗ੍ਰੈਨਿਕਸ ਸੀਗੀ ਉਹ ਅਲੈਗਜ਼ੈਂਡਰ ਲਈ ਜਿੰਨੀ ਬਹੁਤ ਜ਼ਰੂਰੀ ਸੀਗੀ अच्छा बिकॉज़ ओत्थों ही फंडिंग होनी सी गालियां बैटलਾਂ ਦੀ ਹਾਂ ਸੌਰੀ ਹੁਣ ਹਾਂ ਕੰਟੀਨਿਊ ਕਰੂੰਗੀ ਕਹਿੰਦੇ ਸੀ ਇਹ ਮੇਜਰ ਵਾਰ ਵੀ ਸੀ ਗਾਣਾ बैटल ਜਿਹੜਾ ਮਤਲਬ ਪਹਿਲਾ ਜਦੋਂ ਪਹਿਲੀ ਲੜਾਈ ਹਾਂ ਮੱਥਾ ਮੱਥਾ ਟੇਕਿਆ ਗਿਆ ਪਾਵਰਸ ਨੂੰ ਕਿਹਾ ਕਿ ਆਪਾਂ ਪਰਜਨ ਅੰਪਾਇਰ ਜਿਹੜਾ ਦਾ 14 ਸੁਖਣਾ ਸੀ ਫਿਲਪ 2 ਦਾ ਹਾਂ ਕਿ ਪਰਜਨ ਅੰਪਾਇਰ ਨੂੰ ਹਰਾਉਣਾ ਤਾਂ ਮਤਲਬ ਉਹ ਪਹਿਲੀ ਲੜਾਈ ਸੀ ਕਿਤੇ ਪ੍ਰੂਵ ਕਰਨਾ ਬਣਦਾ ਸੀ ਅਲੈਗਜ਼ੈਂਡਰ ਤਾਂ ਜਿਤਨਾ ਮਤਲਬ ਪ੍ਰੈਸ਼ਰ ਸੀ ਅਲੈਗਜ਼ੈਂਡਰ ਦੇ ਵੀ ਬਿਲਕੁਲ ਅਲੈਗਜ਼ੈਂਡਰ ਨੇ ਵੀ ਅੱਗੇ ਜਿੱਤਣ ਲੱਗ ਗਿਆ ਕਿ ਹਾਂ ਬਾਕੀ ਰੈਸਟ ਉਹਦਾ ਸਿਟੀਜ਼ ਟੇਕ ਕਰਨ ਲੱਗ ਗਿਆ ਹਣਾ ਤੇ ਲੀ ਤੇ ਉਥੋਂ ਨਾ ਇੱਕ ਇੱਕ ਪੋਸਾਈਡਨ ਪੋਸਾਈਡਨ ਹਿੱਲ ਫੋਰਟ ਸੀਗਾ ਕੋਈ ਉੱਥੇ ਜਗਾ ਸੀਗੀ ਉੱਥੇ ਦੇ ਕਹਿੰਦੇ ਲੋਕਾਂ ਨੇ ਆਪਦੀਆਂ ਆਪਦੇ 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 ਘਰਾਂ ਨੂੰ ਆਪਦੇ ਆਪ ਨੂੰ ਅੱਗ ਲਾ ਲਈ ਸੀਗੀ ਕਿ ਆਪਦੀਆਂ ਫੈਮਲੀਆਂ ਫੂਕਤੀਆਂ ਉਹਨਾਂ ਨੇ ਜਿਸ ਤੱਕ ਮਤਲਬ ਰਿਪੋਰਟਸ ਰਿਪੋਰਟਸ ਅਕੋਰਡਿੰਗ ਹਾਂਜੀ ਉਹ ਉਹ ਥੋੜੀ ਗੱਲ ਸਹੀ ਆ ਉਹ ਕੀ ਹੋਇਆ ਸੀ ਕਹਿੰਦੇ ਜਿਵੇਂ ਆਪਾਂ ਪਿਛਲੇ ਪੋਡਕਾਸਟ ਦੱਸਿਆ ਸੀ ਮੈਮਨੋ 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 ਰੋਡਸ ਨੇ ਕਿਹਾ ਸੀ ਕਿ scorched earth policy ਵਰਤੋ મતલਬ ਕਿ ਆਪਦੀਆਂ ਜੋ ਵੀ ਫਸਲਾਂ ਅਲੈਗਜ਼ੈਂਡਰ ਨੇ ਅੱਗੇ ਆਉਣਾ ਹਨਾ ਆਪਦੀਆਂ ਫਸਲਾਂ ਆਪ ਦਾ ਲਾਈਵ ਸਟਾਕ ਸਾਰਾ ਸਾੜ ਦੋ ਹਨਾ ਕਿ ਇਹ ਭੁੱਖੇ ਮਰ ਜਾਣ ਕਿ ਅੱਗੇ ਨਾ ਆ ਸਕਣ ਤਾਂ ਉਦੋਂ ਕਹਿੰਦੇ ਕਿਸੇ ਨੇ ਸੀਰੀਅਸ ਨਹੀਂ ਲਿਆ ਸੀ ਤਾਂ ਬੈਟਲ ਆਫ ਗ੍ਰੈਨੀਕਸ ਆ ਕੇ ਲੜੇ ਸੀਗੇ ਉਦੋਂ ਪਤਾ ਲੱਗਿਆ ਕਿ ਹਰਗੇ ਤਾਂ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਇੱਥੇ ਫੋਰਟ ਸੀ ਉਹਨਾਂ ਚੋਂ ਬੰਦਾ ਸੀ ਜਿਹੜਾ ਉਹ ਉਹਨੇ ਸੋਚਿਆ ਕਿ ਹਾਂ ਵੀ ਉਹਦੀ ਗੱਲ ਸਹੀ ਸੀ ਮੈਂ ਮਨਾਉਂਦੀ ਆਪਾਂ ਐਂ ਕਰੀਏ ਕਿਉਂਕਿ ਅਲੈਗਜ਼ੈਂਡਰ ਆ ਰਿਹਾ ਸੀਗਾ ਤਾਂ ਉਦੋਂ ਦੋ ਇਸਿਆਂ ਚ ਤਾਂ ਮੰਡੀ ਸੀ ਅਲੈਗਜ਼ੈਂਡਰ ਨੇ ਆਪਦੀ ਆਰਮੀ ਕਿ ਉਹਨੂੰ ਜਦੋਂ ਖਬਰ ਪਹੁੰਚੀ ਇੰਟੈਲੀਜੈਂਸ ਤੋਂ ਅਲੈਗਜ਼ੈਂਡਰ ਨੂੰ ਕਿ ਆਏਗਾ ਕਿ ਅੱਗ ਲਾ ਰਹੇ ਆ ਤੇ ਉਹਨੂੰ ਗੁੱਸਾ ਆ ਗਿਆ ਕਿ ਵੀ ਜਲਦੀ ਜਲਦੀ ਉਹਨੂੰ ਨੱਪੀਆ ਤਾਂ ਕਰਕੇ ਉਹਨੂੰ ਇਸਸ ਮਿਲਣਾ ਦਾ ਰੋਕ ਕੇ ਲਈ ਮੇਰੇ ਸਾਹ ਨਾਲੇ ਹੋਰ ਆ ਕਿਉਂਕਿ ਫਾਸਲਾ ਨੂੰ ਆਗ ਲੱਗਣੀ ਇਹ ਤਾਂ ਕਹਿੰਦੇ ਵੀ ਹਾਲਾਂਕਿ ਰਿਪੋਰਟਸ ਨੇ ਇਹ ਮੇਰੇ ਮਿਲਣਸ ਮੇਰੇ ਸਾਹ ਨਾਲੇ ਸਟੋਰੀਆਂ ਨੇ ਇਹ ਪੂਰਾ ਨੋਟ ਨਹੀਂ ਕੀਤਾ ਵਿਆ ਵੀ ਫੈਮਲੀਜ਼ ਨੇ ਆਪਦੇ ਆਪ ਲੋਕਾਂ ਆਪ ਇੱਕ ਦੂਜੇ ਨੂੰ ਅੱਗ ਲਾਤੀ ਸੀਗੀ ਕਿ ਮੈਸੇਡੋਨੀਅਰ ਮਤਲਬ ਇਹਨਾਂ ਨੂੰ ਅਸੀਂ ਸਿਰ ਨੀ ਝੁਕਾਉਣਾ ਵੀ ਅਸੀਂ ਕਿਸੇ ਦਾ ਸੈਲਫ ਸੈਕਰੀਫਾਈਸ ਹਾਂ ਸੈਲਫ ਸੈਕਰੀਫਾਈਸ ਕਰਤਾ ਉਹਦੇ ਨਾਲ ਹੀ ਇਹ ਚੀਜ਼ ਚੱਲਦੀ ਸੀ ਕਿ ਜਦੋਂ ਅਲੈਗਜ਼ੈਂਡਰ ਨੇ ਤੁਸੀਂ ਕਿਹਾ ਸੀ ਕਿ ਦੋ ਹਿੱਸਿਆਂ 'ਚ ਵੰਡਦੀ ਹਨਾ ਦੋ ਹਿੱਸਿਆਂ 'ਚ ਉਹ ਦੋ ਵੰਡੀ ਸੀ ਜਦੋਂ ਜਿਹੜਾ ਇੱਕ ਜਿਹੜਾ ਸੈਟਰਾਪ ਸੀਗਾ ਦਾਰਿਆ ਸ਼ਰੀ ਦਾ ਉਹਨੇ ਆਪਦੀ ਫਸਲਾਂ ਨੂੰ ਅੱਗ ਲਾਉਣੀ ਸ਼ੁਰੂ ਕਰਤੀ ਸੀ ਹਨਾ ਕਿ ਇਹ ਕਿਉਂਕਿ ਇਹਨੂੰ ਆਇਆ ਸੀਗਾ ਕਿ ਇੱਥੇ ਇਹ ਭੁੱਖੇ ਮਰਨਗੇ ਵਿਚਾਲੇ ਜਾਗੇ ਤੇ ਅਸੀਂ ਜਿਹੜੇ ਨੇਵਲ ਨੇਵਲ ਬੇਸਿਸ ਤੇ ਦੁਬਾਰਾ ਕਬਜ਼ਾ ਕਰਕੇ ਇਹਨਾਂ ਇਹਨਾਂ ਦੀ ਸਪਲਾਈ ਕੱਟ ਕਰ ਦਾਂਗੇ ਮੈਸਡੋਨੀਆ ਤੋਂ ਹਾਂ ਏਸ਼ੀਆ ਮਾਈਨਰ ਸਮਝਾ ਦਈਏ ਆਪਾਂ ਇਹ ਮੋਸਟ ਆਫ ਦਾ ਪਾਰਟ ਤੁਰਕੀ ਦਾ ਹਨਾ ਆਪਾਂ ਮੈਪ ਵੀ ਲਾਵਾਂਗੇ ਹਨਾ ਉੱਥੇ ਮਤਲਬ ਫਿਰਦਾ ਸੀ ਇਹ ਕੋਸਟਲਾਈਨ ਦੇ ਨਾਲ ਨਾਲ ਤਾਂ ਉੱਥੇ ਇਹ ਚੀਜ਼ਾਂ ਹੁੰਦੀਆਂ ਫਿਰ ਹਾਂ ਤੁਸੀਂ ਦੱਸੋ ਆਪਦਾ ਕਿੱਥੇ ਜਿਹੜਾ ਤੁਸੀਂ ਅਲੱਗ ਨਾਲ ਹਾਂ ਫਿਰ ਉਸ ਤੋਂ ਨੀ ਉਹੀ ਇੰਨਾ ਕੀ ਰਿਪੋਰਟਸ ਇਹ ਹੈ ਕਿ ਕਾਲਾ ਕੀ ਰਿਪੋਰਟਸ ਤਾਂ ਕਈ ਕਈ ਚੀਜ਼ਾਂ ਨੂੰ ਹਨਾ ਕਿ ਅੱਗੇ ਜਾ ਕੇ ਆਪਾਂ ਗੱਲ ਵੀ ਕਰਾਂਗੇ ਕਿ ਇਹ ਰਿਪੋਰਟਸ ਤਾਂ ਡਿਫਰੈਂਟ ਡਿਫਰ ਤੇ ਹਾਂ ਉਸ ਤੋਂ ਬਾਅਦ ਲੋ ਉਥੋਂ ਉਹ ਕੌਨਕਰ ਕੀਤੀਆਂ ਸਾਰੀਆਂ ਸਿਟੀਜ਼ ਕੌਨਕਰ ਕਰਕੇ ਫਿਰ ਇਹ ਤੇਰਾ ਫਰੀਜੀਆ ਫਿਰ ਜਿੱਦ ਆਪਾਂ ਗੱਲ ਕੀਤੀ ਕਿ ਗੋਡੀਅਨ ਨਾਟ ਉਥੇ ਕੀਤੀ ਸੀਗੀ ਕਿ ਵੜਤਾ ਹਨਾ ਉਹਨੇ ਤੇ ਰਾਜ ਕਰੂਗਾ ਜਿਹੜਾ ਪਰਸ਼ੀਅਮ ਬਾਹਰ ਤੇ ਉਸ ਤੋਂ ਬਾਅਦ ਫਿਰ ਇਹ ਉਧਰੋਂ ਡੈਰੀਅਸ ਆ ਰਿਹਾ ਸੀ ਇਧਰੋਂ ਆ ਰਿਹਾ ਸੀ ਇਹਨਾਂ ਦਾ ਟੱਕਰਾ ਹੋਣਾ ਹੁਣ ਹੋ ਜਾਣਾ ਸੀ ਕਹਿੰਦੇ ਪਤਾ ਨਹੀਂ ਸੀ ਇਹਦੀ ਫੌਜ ਨੂੰ ਆਪਣਾ ਸਿਕੰਦਰ ਦੀ ਫੌਜ ਨੂੰ ਕਿ ਉਹ ਇਧਰੋਂ ਆ ਰਹੇ ਨੇ ਤੇ ਮੈਂ ਕਹਿੰਦਾ ਉਹ ਹੀ ਜਦੋਂ ਜਦੋਂ ਆਪਾਂ ਕਹਿੰਦੇ ਆ ਕਿ ਇਹਨੇ ਦੋ ਹੀ ਸੰਜਵੰਡੀ ਕਿ ਮੈਂ ਉਹ ਬੰਦੇ ਕੋਲੇ ਉਹਨੂੰ ਫੜਨਾ ਨੇੜੇ ਜਾਣਾ ਜਿਹੜੇ ਸਾੜ ਕੇ ਸਾੜੀ ਜਾਂਦੇ ਆ ਮੇਰੇ ਰਾਹ ਦੇ ਵਿੱਚ ਜੜੀਆਂ ਫਸਲਾਂ ਜਦੋਂ ਇਹ ਜਾਂਦਾ ਉਹਨੂੰ ਇਹਨੂੰ ਪਤਾ ਸੀਗਾ ਕਿ ਪਾਣੀ ਟੋਰਸ ਮਾਊਂਟੇਨ ਸੀ ਹਨਾ ਪਾਣੀ ਕਿਹੜੀਆਂ ਮਾਊਂਟੇਨ ਸੀਆਂ ਉੱਥੇ ਜਿਹੜੀ ਕਿ ਮਤਲਬ ਉਹਦੇ ਪਿੱਛੇ 1 ਤੋਂ 2 ਲੱਖ ਐਸਟੀਮੇਟ ਕਹਿੰਦੇ ਆ ਆਰਮੀ ਹਨਾ ਡੈਰੀਸ 3 ਨੇ ਆਰਗੇਨਾਈਜ਼ ਕੀਤੀ ਹੋਈ ਸੀ ਇਹਨੂੰ ਕਿਤੇ ਨਾ ਕਿਤੇ ਪਤਾ ਸੀ ਕਿ ਇੱਥੇ ਹੈਗੇ ਆ ਤਾਂ ਸਰੀਅਨ ਗੇਟ ਵਜਦਾ ਉੱਥੇ ਹਨਾ ਇਹ ਉਧਰ ਨੂੰ ਗਿਆ ਭੱਜ ਕੇ ਹਾਂ ਉੱਥੇ ਐਕਸਪੈਕਟ ਕਰ ਰਹੇ ਸੀ ਤੇ ਉੱਥੇ ਉਹ ਜਿਹੜੇ ਜਦੋਂ ਉਸ ਕਿਉਂਕਿ 60 ਦੇ 60 ਦੇ ਮਗਰ ਆ ਰਹੇ ਸੀ ਉਹ ਸਿਰਨ ਗੇਟਸ ਤੇ ਸਾਹਮਣੇ ਉਹਨਾਂ ਨੇ ਛੋਟੀ ਜੀ ਆਰਮੀ ਰੱਖੀ ਆ ਆਪਣੀ ਕਿ ਅਸੀਂ ਜਮਾ ਅਸੀਂ ਗੇਟਾਂ ਕੋਲੇ ਆ ਕੇ ਡਿਫੈਂਡ ਕਰਾਂਗੇ ਕਿਉਂਕਿ ਉਹਨਾਂ ਨੇ ਮਤਲਬ ਪਹਿਲਾਂ ਹੀ ਡਿਸਾਈਡ ਕਰ ਲਿਆ ਸੀ ਕਿ ਅਸੀਂ ਸਾਰਾ ਕੁਝ ਸਾੜ ਦੇਣਾ ਇਹਦੇ ਰਾਹ 'ਚ ਅਸੀਂ ਜਮਾ ਗੇਟ ਕੋਲੇ ਆ ਕੇ ਡਿਫੈਂਡ ਕਰਾਂਗੇ ਜਦੋਂ ਕਹਿੰਦੇ ਅਲੈਗਜ਼ੈਂਡਰ ਦੀ ਆਰਮੀ ਦੇਖੀ ਉਹਨਾਂ ਨੇ ਅੱਧੇ ਬੰਦੇ ਲੈ ਕੇ ਆਇਆ ਜਦੋਂ ਕਹਿੰਦੇ ਡਰਦੇ ਭੱਜ ਗਏ ਛੱਡ ਕੇ ਗੇਟ ਤਾਂ ਫਿਰ ਉਦੋਂ ਇਹਨੇ ਵੇਟ ਕੀਤੀ ਉਥੇ ਕਿ ਇਧਰ ਦੀ ਆਊਗਾ ਪਰ ਉਦੋਂ ਡਰ ਗਿਆ ਇਸ ਥਰੀ ਪਿੱਛੇ ਜਿਹੜਾ ਕਿ ਇਸਸਟ ਆ ਗਿਆ ਜਿੱਥ ਤਾ ਫਿਰ ਉਦੋਂ ਬਾਅਦ ਇਧਰੋਂ ਤੁਰਦਾ ਅਲੈਗਜ਼ੈਂਡਰ ਇਹਦੋਂ ਬਾਅਦ ਫਿਰ ਆਕੇ ਇਹ ਕਿਹੜਾ ਰਿਵਰ ਸੀਗਾ ਮੈਂ ਨਾ ਭੁੱਲ ਗਿਆ ਰਿਵਰ ਤੁਹਾਨੂੰ ਯਾਦ ਆ ਰਿਵਰ ਪਨੈਰੀਅਸ ਪਨੈਰੀਅਸ ਰਿਵਰ ਸੀਗਾ ਪਨੈਰੀਅਸ ਰਿਵਰ ਹਾਂ ਪਨੈਰੀਅਸ ਰਿਵਰ ਦੇ ਉੱਤੇ ਆਕੇ ਟਕਰਾ ਹੁੰਦਾ ਇਟ ਲਾਈਕ ਅੱਜ ਅੱਜ ਪ੍ਰੈਜ਼ੀਡੈਂਟ ਏ ਟਰਕੀ ਦੀ ਗੱਲ ਕਰ ਰਹੇ ਆਪਾਂ ਟਰਕੀ ਦੇ ਵਿੱਚ ਹੋ ਰਹੀ ਹੈ ਬੈਟਲ ਆ ਫਿਰ ਉੱਥੋਂ ਬਸ ਫਿਰ ਉਥੋਂ ਕਿ ਜਿਹੜੇ ਅੱਜ ਅੱਜ ਕਹਿੰਦੇ ਨੇ ਨੂਰ ਮਾਊਂਟਨਸ ਵੀ ਕਹਿੰਦੇ ਨੇ ਅੱਜ ਉਹ ਸ਼ਾਇਦ ਜਗ੍ਹਾ ਨੂੰ ਕਿ ਉੱਥੇ ਹਾਲਾਂਕਿ ਕੋਈ ਵੇਰੀ ਜਿਵੇਂ 에ਰੀਅਨ ਜਿਵੇਂ ਤੁਸੀਂ ਕਹਿਆ ਕਿ ਵਿਚ ਵਸਦਾ ਕਹਿੰਦੇ ਵੀ ਹਿਸਟੋਰੀਅਨ ਗ੍ਰੀਕ ਹਿਸਟੋਰੀਅਨ ਆ ਵੀ ਕਹਿੰਦੇ ਨੇ ਵੀ ਢਾਈ ਤਿੰਨ ਲੱਖ ਵੀ ਬੰਦਾ ਸੀਗਾ ਪਰ ਫਿਰ ਮਾਡਰਨ ਤੈਨੂੰ ਪਤਾ ਮਾਡਰਨ ਹਿਸਟੋਰੀਅਨ ਉਹੀ ਸਿੱਟਾ ਦੇ ਕੱਢ ਕੇ ਕਹਿੰਦੇ ਵੀ 40000 1000 ਬੰਦਾ ਸੀ ਉਹ ਚੀਜ਼ ਹੈ ਤੇ ਫਿਰ ਈਸਸ ਦੀ ਬੈਟਲ ਹਾਂ ਉੱਥੇ ਪਹਾੜਾਂ ਦੇ ਵਿੱਚ ਲੜੀ ਸੀਗੀ ਸਿਕੰਦਰ ਦੀ ਫੌਜ ਨੇ ਜਿਵੇਂ ਤੁਸੀਂ ਗੱਲ ਕੀਤੀ ਸੀ ਕਰਨੇ ਗੱਲ ਕੀਤੀ ਸੀ ਪਿਛਲੇ ਪੋਡਕਾਸਟ ਚ ਕਿ ਜਿਵੇਂ ਥੈਸਲੀ ਦੇ ਇਹਦੇ ਕੋਲੇ ਕੋੜ ਸਵਾਰ ਸੀਗੇ ਹਨਾ ਅਲੱਗ-ਅਲੱਗ ਜਗ੍ਹਾ ਤੋਂ ਸਪੈਸ਼ਲ ਬੰਦੇ ਲੈਂਦਾ ਸੀ ਐਗਰੀਅਨੀਆਂ ਸੀਗੇ ਜਿਹੜੇ ਉਹ ਮਾਊਂਟੇਨਰ ਸੀਗੇ ਉਹਨਾਂ ਨੂੰ ਪਹਾੜਾਂ 'ਚ ਲੜਨ ਦਾ ਸ਼ੌਂਕ ਸੀ ਉਹ ਅੱਗੇ ਕੀਤੇ ਆਣੇ ਉੱਥੇ ਜੈਵਲਿਨ ਥਰੋਅਰਸ ਕਹਿੰਦੇ ਸੀ ਉਹਨਾਂ ਨੂੰ ਜਦੋਂ ਅਕ ਅਲੈਗਜ਼ੈਂਡਰ ਨੇ ਇਧਰੋਂ ਜਦੋਂ ਨੂੰ ਪਤਾ ਲੱਗਿਆ ਕਿ ਡੈਰੀਅਸ 3 ਉੱਥੇ ਪਹੁੰਚ ਗਿਆ ਹਨ ਇਸ ਤੋਂ ਸਤੇ ਪਹਿਲਾਂ ਪਹੁੰਚ ਗਿਆ ਕਿ ਇਧਰੋਂ ਨਹੀਂ ਆਇਆ ਜਦੋਂ ਉਹ ਵੇਟ ਕਰ ਰਿਹਾ ਸੀ ਅਲੈਗਜ਼ੈਂਡਰ ਇਹਨੇ ਫਿਰ ਖਿੱਚਤੀ ਸਪੀਡ ਕਿ ਕੱਟ ਕਰਦੀ ਹੈ ਇਹਨੂੰ ਜਮਾਂ ਉੱਥੇ ਜਾ ਕੇ ਜਿਹੜਾ ਪਨੇਰੀਅਸ ਰੀਵਲ ਘੇਰ ਲਈਏ ਕਿਉਂਕਿ ਚੱਕਰ ਉਹਦਾ ਆਏ ਸੀਗਾ ਕਿ ਜਿਹ ਜਿਵੇਂ ਤੁਸੀਂ ਕਹਿੰਦੇ ਕਿ ਲੱਖ ਤੋਂ 2 ਲੱਖ ਹਨ ਗ੍ਰੀਕ ਹਿਸਟੋਰੀਅਨਾਂ ਵੀ ਕਹਿੰਦੇ ਕਿ 2.5 ਲੱਖ ਕਿਉਂਕਿ ਆਪਦੀ ਜਦੋਂ ਹਿਸਟਰੀ ਦੱਸਦਾ ਬੰਦਾ ਨਾ ਕਿ ਅਲੈਗਜ਼ੈਂਡਰ ਨੇ ਇੰਨੇ ਬੰਦੇ ਰਾਏ ਫਿਰ ਬੰਦਾ ਜ਼ਿਆਦਾ ਹੀ ਦੱਸਦਾ ਵੀ ਇੰਨੇ ਬੰਦੇ ਰਾਏ ਹਨ ਤਾਂ ਉਹ ਤਾਂ ਵੀ ਬਹੁਤ ਜ਼ਿਆਦਾ ਸੀ ਅਲੈਗਜ਼ੈਂਡਰ ਦੇ ਅਮੈਰੀਜਨ ਕਿ ਅਲੈਗਜ਼ੈਂਡਰ ਦੀ ਆਰਮੀ ਦੇ 40000 ਬੰਦਾ ਸੀ ਲਗਭਗ ਹਨਾ 25000 ਤੋਂ ਕਹਿੰਦੇ 40 15 ਲਗਭਗ ਡਬਲ ਸੀ ਹਾਂ ਤੇ ਉਹਨਾਂ ਦਾ ਲੱਖ ਸੀ ਹਨਾ ਇੱਕ ਸਾਲ ਦਾ ਲੱਖ ਤੋਂ 1.5 ਲੱਖ ਤਾਂ ਉਹਨਾਂ ਨੂੰ ਇਹ ਇਹਨਾਂ ਨੇ ਪਿੰਨ ਕਰਤਾ ਰਿਵਰ ਦੇ ਪਰਲੇ ਪਾਸੇ ਹੂੰ ਇੱਕ ਪਾਸੇ ਦਾ ਬੇ ਆਫ ਉਹ ਸੀਗੀ ਬੇ ਆਫ ਇਸਰ ਸੀਗੀ ਪੀੜੀ ਦੀ ਜਗਾ ਸੀਗੀ ਉਹ ਬੇ ਬੇ ਆਫ ਇਸਰ ਸੀਗੀ ਤੇ ਸੱਜੇ ਪਾਸੇ ਪਹਾੜ ਸੀਗੇ ਉਹਨਾਂ ਦੇ ਤੇ ਵਿਚਾਲੇ ਰਿਵਰ ਵੰਗਦਾ ਸੀ ਹਨਾ ਉਹ ਹੁਣ ਆਏ ਸੀ ਕਿ ਬੀਚ ਸੀ ਉਹਦੇ ਨਾਲ ਨਾਲ ਜਿਵੇਂ ਕੋਸਟ ਹੁੰਦੀ ਹੈ ਉਹਦੇ ਨਾਲ ਨਾਲ ਹਨਾ ਹੂੰ ਬੀਚ ਤੇ ਕਹਿੰਦੇ ਫਿਰ ਉਹਨੇ ਇੱਕ ਮਜਬੂਰ ਹੋ ਗਿਆ ਡਾਰੀ ਇਸ ਤਰੀ ਘੋੜੇ ਰੱਖਣ ਵਾਸਤੇ ਆਵਦੀ ਕਿਉਂਕਿ ਜਿਆਦਾ ਮੇਜਰ ਉਹਦੇ ਕੋਲੇ ਘੋੜਿਆਂ ਦੀ ਆਰਮੀ ਸੀਗੀ ਹੂੰ ਤਾਂ ਉਹਨੇ ਆਪਦੇ ਪਾਸੇ ਇਧਰਲੇ ਪਾਸੇ ਰੱਖੇ ਬੇ ਦੇ ਨਾਲ ਜਿੱਥੇ ਬੀਜ ਸੀਗੀ ਕਿਉਂਕਿ ਘੋੜੇ ਭਾਈ ਦੇ ਸੀ ਹਨ ਕਿਉਂਕਿ ਜਦੋਂ ਵੀ ਕਹਿੰਦੇ ਰਫ ਟੈਰੇਨ ਸੀਗੀ ਉਧਰਲੇ ਪਾਸੇ ਉਧਰ ਭਜਰ ਨਹੀਂ ਸੀ ਘੋੜੇ ਇਹਨੇ ਬਿਲਕੁਲ ਤਾਂ ਕਰਕੇ ਉਹਨਾਂ ਨੇ ਸਟ੍ਰੇਟ ਲਾਈਨ ਜਾਂ ਫਾਰਮੇਸ਼ਨ ਵੀ ਨਹੀਂ ਨਹੀਂ ਵਧੀਆ ਲੱਗੀ ਕਿਉਂਕਿ ਢੀੜੀ ਥਾਂ ਸੀਗੀ ਹਾਂ ਹਨਾ ਤੇ ਅਲੈਗਜ਼ੈਂਡਰ ਨੇ ਪਹਿਲਾਂ ਹੀ ਇਹਨੂੰ ਪਤਾ ਵੀ ਸੀਗਾ ਕਿ ਬਈ ਇਹਦੇ ਕੋਲੇ ਕੀ ਕੁਸ਼ ਆ ਕਿਉਂਕਿ ਆਬਵੀਅਸਲੀ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਗ੍ਰੈਨਿਕਸ ਦੇ ਵਿੱਚ ਵੀ ਲੜਾਈ ਹੋ ਚੁੱਕੀ ਸੀ ਹਨਾ ਤਾਂ ਮਤਲਬ ਅਲੈਗਜ਼ੈਂਡਰ ਇੱਕ ਸਾਧਾ ਤਿਆਰ ਸੀਗਾ ਹਨਾ ਆਪਾਂ ਇੱਥੋਂ ਸ਼ੁਰ ਇਨੂੰ ਟੈਰਨ ਪੜਨੇ ਲਾਈਕ ਚੰਗੀ ਤਰ੍ਹਾਂ ਮੈਪ ਮੈਪਸ 'ਚ ਕਈ ਲੋਕੀ ਆਪਾਂ ਦੇਖ ਦੇਖਦੇ ਆ ਨਾ ਰੀਅਲ ਲਾਈਫ 'ਚ ਵੀ ਉਹਨਾਂ ਨੂੰ ਮੈਪ ਦਾ ਬੜਾ ਹਸਾਉਕਦਾ ਹੁੰਦਾ ਮੈਪ ਚਲਾਉਣੇ ਬੜੇ ਤਗੜੇ ਆਉਂਦੇ ਹੁੰਦੇ ਆ ਲਾਈਕ ਜਾਂ ਆਹਦੇ ਵੀ ਅਲੈਗਜ਼ੈਂਡਰ 3 ਡਾਈਮੈਂਸ਼ਨਲੀ ਦੇਖ ਸਕਦਾ ਹੁੰਦਾ ਸੀ ਇਹ ਜਗ੍ਹਾ ਨੂੰ ਅੱਛਾ ਦੇਖ ਸਕਦਾ ਕਿ ਜਨਾ ਵੀ ਸੋਚ ਸਕਦਾ ਹੁੰਦਾ ਸੀ ਜੇ ਮੈਂ ਜੇ ਮੰਨ ਲਾ ਮੈਂ ਤੈਨੂੰ ਕਹਦਾ ਹਾਂ ਨਾ ਵੀ ਲਾਈਕ ਤੂੰ 3 ਡਾਈਮੈਂਸ਼ਨਲੀ ਆਪਦਾ ਘਰ ਦੇਖ ਸਕਦਾ ਆਉਂਦੇ ਦਿਮਾਗ ਵਿੱਚ ਵੀ ਕਿਸੇ ਪਾਸਿਓਂ ਵੀ ਜੇ ਕਿਸੇ ਐਂਗਲ ਤੋਂ ਵੀ ਬਿਲਕੁਲ ਲਾਈਕ ਉਵੇਂ ਉਹਨੂੰ ਵਿਜ਼ੂਅਲ ਸਪੈਸ਼ਲ ਮੈਮਰੀ ਕਹਿੰਦੇ ਆ ਜੇ ਮਤਲਬ ਤੁਸੀਂ ਲੰਘੇ ਇੱਕ ਥਾਂ ਤੋਂ ਦੀ ਤੇ ਥੋੜੇ ਛੱਪ ਗਿਆ ਮੈਪ ਆਸੇ ਪਾਸੇ ਦੀ ਥਾਂ ਦਾ ਤਾਂ ਉਹ ਮਤਲਬ ਜੀਓਮੈਟਰੀ ਮਤਲਬ ਉਹਨੂੰ ਜ਼ਿਆਦਾ ਹਿਸਾਬ ਸੀਗਾ ਇਹ ਚੀਜ਼ ਆ ਨਾ ਵਿਜ਼ੂਅਲ ਸਪੈਸ਼ਲ ਮੈਮਰੀ ਜ਼ਿਆਦਾ ਸੀ ਅਲੈਗਜ਼ੈਂਡਰ ਦੀ ਬੈਟਲ ਆਫ ਇਸਸਸ ਤੇ ਵੀ ਸਿਨੈਰੀਓ ਆਏ ਬਣਿਆ ਪਿਆ ਸੀਗਾ ਵੀ ਰਿਵਰ ਸੀਗਾ ਸਾਹਮਣੇ ਹਨਾ ਪੈਨੈਰੀਅਸ ਤੇ ਆਪੋਜ਼ਿਟ ਆਫ ਦਿ ਡੈਰੀਅਸ ਦੀ ਆਰਮੀ ਖੜੀ ਸੀਗੀ ਤੇ ਇਧਰਲੇ ਪਾਸੇ ਵਿਚਾਲੇ ਉਹੀ ਆਪਾਂ ਇਹਦੀ ਫਾਰਮੇਸ਼ਨ ਫੈਲਿੰਗਸ ਫਾਰਮੇਸ਼ਨ ਵਿਚਾਲੇ ਲਈ ਹੋਈ ਸੀਗੀ ਤੇ ਲੈਫਟ ਸਾਈਡ ਤੇ ਪਰਮੇਨੀਉ ਲਾਇਆ ਹੋਇਆ ਸੀਗਾ ਤੇ ਰਾਈਟ ਸਾਈਡ ਤੇ ਦੀ ਆਪਦੀ ਐਲੀਟ ਆਰਮੀ ਹੈ ਨਾ ਅਲੈਗਜ਼ੈਂਡਰ ਦੀ ਹਮੇਸ਼ਾ ਆਪਾਂ ਬੜਾ ਰਾਈਟ ਸਾਈਡ ਤੇ ਕੱਢਦਾ ਹੁੰਦਾ ਸੀ ਮੋਸਟਲੀ ਹਾਂ ਕੰਪੈਨੀਅਨ ਆਰਮੀ ਅ ਐਗਰੇਨੀਅਨਸ ਦੀਗੇ ਨਾਲ ਤੇ ਹੁਣ ਜਿਹੜਾ ਐਰੀਅਨ ਦਾ ਸੋਰਸ ਅਜੇ ਆਪਾਂ ਪੜਦੇ ਆ ਉਹਦੇ ਮੁਤਾਬਕ ਤਾਂ ਬਸ ਵੀ ਇਹ ਗਾਂ ਸਿੱਧੇ ਵਾਦ ਪਏ ਹਨ ਤੇ ਇਹਨੇ ਅਲੈਗਜ਼ੈਂਡਰ ਨੇ ਆਪਦੇ ਰਾਈਟ ਸਾਈਡ ਤੋਂ ਅਟੈਕ ਕੀਤਾ ਨਾ ਉਹਨੂੰ ਉਹਨਾਂ ਦਾ ਜਿਹੜਾ ਲੈਫਟ ਸਾਈਡ ਲੈਫਟ ਫਲੈਂਕ ਸੀਗੀ ਤੇ ਉੱਥੇ ਅਟੈਕ ਕਰਕੇ ਇਹਨੇ ਹਰਾ ਕੇ ਉਹਨੂੰ ਤੇ ਉਤੋਂ ਦੀ ਲਾਈਕ ਵਲਨ ਦੀ ਕੋਸ਼ਿਸ਼ ਕੀਤੀ ਡੈਰੀਅਸ ਨੂੰ ਡੈਰੀਅਸ ਸੈਂਟਰ 'ਚ ਖੜਾ ਸੀਗਾ ਨਾ ਆਪਦੇ ਰੱਥ ਤੇ ਤੇ ਉਵੇਂ ਵੀ ਇਹਨੇ ਸਾਈਡ ਇੱਕ ਪਾਸਿਓਂ ਲਾਈਕ ਅਟੈਕ ਕਰਕੇ ਹਾਂ ਹਾਂ ਉੱਥੇ ਐਰੀਅਨ ਦਾ ਅਕਾਊਂਟ ਆ ਜਿਹੜਾ ਤੇ ਇੱਕ ਦੂਜਾ ਹਿਸਟੋਰੀਅਨ ਕਾਰਟਿਅਸ ਰੂਫਰ ਰੂਫਰ ਨਾ ਕਾਰਟਿਅਸ ਰੂਫਰ ਥੋੜਾ ਯਾ ਡਰਾਮੈਟਿਕ ਵੇਣਾ ਦੱਸਦਾ ਸੀ ਹਣਾ ਬਟ ਇਹ ਇਹ ਬੈਟਲ ਦਾ ਕਹਿੰਦੇ ਆ ਕਿ ਹਣਾ ਦੋਨੇ ਆਪਾਂ ਨੂੰ ਦੇਖਣੇ ਚਾਹੀਦੇ ਆ ਜਿਵੇਂ ਅਸਤਾਨ ਨੇ ਕਿਹਾ ਐਰੀਅਨ ਐਰੀਅਨ ਦੇ ਹਿਸਾਬ ਨਾਲ ਇਹਨਾਂ ਨੇ ਅਲੈਗਜ਼ੈਂਡਰ ਨੇ ਸ਼ੁਰੂਆਤ ਕੀਤੀ ਹਨਾ ਕਿ ਉਹਨੇ ਰਾਈਟ ਹੈੱਡ ਸਾਈਡ 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 ਤੋਂ ਆਪਦੇ ਥੋੜੇ ਬੰਦੇ ਭੇਜੇ ਪਹਿਲਾਂ ਜਦੋਂ ਉਹਨਾਂ ਨੇ ਬਿਜ਼ੀ ਕਰ ਲਿਆ ਹਨਾ ਉਹਨਾਂ ਦੇ ਲੈਫਟ ਫਲੈਂਕ ਦੇ ਵਿੱਚ ਹੋਰ ਬੰਦੇ ਆਏ ਹਨਾ ਪਰ ਪਰਮੀਨੀਓ ਦਾ ਜਿਹੜਾ ਫਲੈਂਕ ਸੀਗਾ ਮਤਲਬ ਖੱਬੇ ਸਾਈਡ ਕਹਿੰਦੇ ਆ ਫਲੈਂਕ ਮਤਲਬ ਸਾਈਡ ਹੁੰਦੀ ਹੈ ਤੇ ਖੱਬੇ ਸਾਈਡ ਤੇ ਪਰਮੀਨੀਓ ਦੀ ਆਰਮੀ ਘੱਗੀ ਸੀ ਜ਼ਿਆਦਾ ਪਰ ਉਹਦਾ ਪਲਾਨ ਸੀਗਾ ਆ ਪਾਰਟ ਆਫ ਦਾ ਪਲਾਨ ਸੀ ਕਿ ਵੀ ਇਹ ਜ਼ਿਆਦਾ ਕੈਜੂਐਲਟੀਆਂ ਮਤਲਬ ਇੱਥੇ ਜ਼ਿਆਦਾ ਸਟਰੈਂਥ ਹੋਵੇ ਉਹਨਾਂ ਦੀ ਹਾਂ ਦਰੀਆ ਸ੍ਰੀ ਦੀ ਆਰਮੀ ਦੀ ਤਾਂ ਜਦੋਂ ਫਿਰ ਇੱਧਰ ਜਾਦਾ ਹੋਗੇ ਇੱਧਰ ਜਦੋਂ ਫਿਰ ਆਪ ਲੀਡ ਕੀਤਾ ਜਿਵੇਂ ਹਸਨ ਨੇ ਦੱਸਿਆ ਕਿ ਆਪ ਗਿਆ ਫਿਰ ਇਹ ਲੜਨ ਨਾਲ ਉਧਰਲੇ ਪਾਸੋਂ ਦੀ ਤਾਂ ਉਥੋਂ ਜਦੋਂ ਮਤਲਬ ਏਰੀਅਨ ਦੇ ਸਾਹਮਣੇ ਵਾਲੇ ਐ ਖਤਮ ਹੋ ਜਾਂਦਾ ਜਦੋਂ ਉਹਨੇ ਹੈਮਰ ਐਂਵਿਲ ਆਪਾਂ ਪਹਿਲਾਂ ਵੀ ਕੀਤਾ ਨਾ ਕਿ ਉੱਤੋਂ ਦੀ ਘੇਰਾ ਪਾ ਕੇ ਤੁਸੀਂ ਲੜੇ ਇੱਧਰ ਦੇਣਾ ਤੇ ਫੈਲੈਂਕਸ ਨੇ ਤੁਰੇਗਾ ਓਕੇ ਰੂਫਰਸ ਦੀ ਕਹਦੇ ਨੇ ਕਿ ਉਹ ਲੋਕ ਕਹਿੰਦੇ ਮੀਂਹ ਪੈਂਦਾ ਸੀ ਤੇ ਉਹ ਜਿਹੜੇ ਆਪਾਂ ਕਹਿੰਦੇ ਨੇ ਕਿ ਜਿਹੜਾ ਦਰਿਆ ਹੁੰਦਾ ਨਾ ਉਹਦੇ ਆਸੇ ਪਾਸੇ ਜਿਹੜਾ ਕੰਡੇ ਸੀ ਉਹ ਤਲਕਣੇ ਸੀਗੇ ਹਨਾ ਤੇ ਫੈਲੈਂਕਸ ਜਿਹੜਾ 18 18 12 12 ਫੁੱਟ ਦੇ ਉਹ ਲੈ ਕੇ ਪਰਛੇ ਲੈ ਕੇ ਤੁਸੀਂ ਗਾਂ ਟੁਰਨਾ ਸ਼ੀਲਡਾਂ ਲੈ ਕੇ ਉਹ ਔਖਾ ਸੀ ਉਹਨਾਂ ਨੂੰ ਸਤੁਰਨਾ ਤਾਂ ਉਹ ਕਹਿੰਦੇ ਕਿ ਉਹਨਾਂ ਨੇ ਪਹਿਲਾਂ ਵੇਟ ਕੀਤੀ ਇਹਨਾਂ ਨੇ ਵੀ ਅਲੈਗਜ਼ੈਂਡਰ ਨੇ ਵੀ ਹਨਾ ਸ਼ਾਇਦ ਰੂਫਰਸ ਦਾ ਕਾਊਂਟ ਹੈ ਸੀਗਾ ਕਿ ਉਹ ਥੋੜਾ ਜਿਹਾ ਅੱਗੇ ਆਇਆ ਓਕੇ ਦੂਜਾ ਡਾਰੀਸ ਡਾਰੀਸ ਨੇ ਕਹਿੰਦੇ ਇਹਤੇ ਅਟੈਕ ਕੀਤਾ ਪਰਮੇਨੀਓ ਤੇ ਕਿਉਂਕਿ ਪਰਮੀਨੀਓ ਕੋਲ ਤੇਸਿਲੀਆਂ ਨਾ ਕੈਵਲਰੀ ਸੀਗੀ ਮਤਲਬ ਘੋੜੇ ਜਿਹੀਆਂ ਨਾ ਉਹ ਥੋੜੇ ਹੋਣਗੇ ਜੋ ਵੀ ਸੀ ਹੈ ਨਾ ਉਹ ਉਹ ਟਾਈਮ ਦੇ ਵਿੱਚ ਕਿਉਂਕਿ ਬਾਕੀ ਆਪਾਂ ਇਹ ਵੀ ਨੋਟ ਕਰ ਲਈਏ ਕਿ ਆਪਾਂ ਮੈਂ ਅੱਗੇ ਦੱਸਿਆ ਜਿਵੇਂ ਬੀਚ ਤੇ ਘੋੜੇ ਜੀ ਜ਼ਿਆਦਾ ਇਹਦੇ ਫਿਰ ਤਾਂ ਮੀਜਰ ਉਧਰ ਹੀ ਸੀਗੇ ਜਿੱਧਰ ਪਰਮੀਨੀਓ ਦੀ ਫੌਜ ਲਾਈ ਵੀ ਸੀ ਤਾਂ ਉਧਰ ਜ਼ਿਆਦਾ ਅਟੈਕ ਹੋਇਆ ਕਨਸੈਂਟ੍ਰੇਟਡ ਹੈ ਨਾ ਜਦੋਂ ਕਹਿੰਦੇ ਇਹਨਾਂ ਦਾ ਫੈਲੈਂਗਸ ਅੱਗੇ ਹੋਏ ਹੈ ਨਾ ਕਹਿੰਦੇ ਇਹਨਾਂ ਦੇ ਫੈਲੈਂਗਸ ਦੇ ਵਿੱਚ ਗੈਪ ਆ ਗਿਆ ਜਿਵੇਂ ਇਹਨੇ 6 ਬਟਾਲੀਅਨ ਬਣਾਈ ਸੀ ਫੈਲੈਂਗਸ ਦੀ ਜਿਵੇਂ ਆਪਾਂ ਸਮਝਾਇਆ ਸੀ ਕਿ 6 ਲਾਈਨਾਂ ਲਾ ਲ ਲਾੜੀ ਤਿੰਨ ਤਿੰਨ ਹੋ ਗਈਆਂ ਹੂੰ ਤੇ ਤਿੰਨਾਂ ਦੇ ਵਿੱਚ ਉਹਨਾਂ ਦੇ ਬੰਦੇ ਵਾਰਦੇ ਉਹਨਾਂ ਨੇ ਵਿਚਾਲੇ ਲਾ ਗਏ ਤੇ ਉੱਥੇ ਕਹਿੰਦੇ ਫਸ ਗਏ ਸੀ ਕਸਟ ਕਰਟੀਅਸ ਰੂਫਰ ਦੇ ਹਾਵ ਨਾਲ ਬਹੁਤ ਭਿਆੰਕਰ ਫਸ ਗਏ ਸੀ ਤਾਂ ਅਲੈਗਜ਼ੈਂਡਰ ਉਦੋਂ ਲੜ ਰਿਹਾ ਸੀ ਉਧਰ ਜਾ ਕੇ ਸੱਜੇ ਵਾਲੇ ਪਾਸੇ ਹਨਾ ਤਾਂ ਜਦੋਂ ਬਦ ਉਹਨਾਂ ਦੇ ਬੰਦੇ ਡੈਰੀਅਸ ਦੇ ਬੰਦੇ ਵੜ ਗਏ ਸੀ ਗੈਪਸ ਦੇ ਵਿੱਚ ਹਾਂ ਮਤਲਬ ਜਿਹੜੀ ਫੈਲੈਂਕਸ ਫਾਰਮੇਸ਼ਨ ਸੀਗੀ ਉਹਨਾਂ ਨੇ ਵਿਚਾਲੇ ਤਿੰਨ ਤਿੰਨ ਜਦੋਂ ਪਾੜਤੀ ਸੀ ਪਾੜ ਤੇ ਵਿਚਾਲੇ ਉਹਨਾਂ ਨੇ ਲਾ ਲਿਆ ਕਿ ਇਕੱਠੇ ਨਾ ਹੋ ਸਕਣ ਆਉਂ ਵੀਕ ਪੁਆਇੰਟ ਸੀ ਉਹਨਾਂ ਦਾ ਹਾਂ ਤੇ ਉੱਥੇ ਫਿਰ ਉਹ ਨਾਲੇ ਜਦੋਂ ਐ ਫਾਰਮੇਸ਼ਨ 18 18 21 ਕੀ ਫੋਟ ਲਿਆ ਨਾ ਉਹ ਬਾਕੀ ਬਹੁਤ ਡਿਸਪਲਿਨਡ ਸੀਗੇ ਪਰ ਤਾਂ ਵੀ ਔਖਾ ਹੋ ਰਿਹਾ ਸੀ ਲੜਾਈ ਕਰਨਾ ਉਹਨਾਂ ਨੂੰ ਫਿਰ ਉਹਨੇ ਅਲੈਗਜ਼ੈਂਡਰ ਨੇ ਨੋਟ ਕੀਤਾ ਕਹਿੰਦੇ ਫਿਰ ਅਲੈਗਜ਼ੈਂਡਰ ਉਧਰੋਂ ਜਲਦੀ ਉਧਰੋਂ ਨਿਵੇੜ ਕੇ ਕੰਮ ਫੇਰ ਇੱਧਰ ਆਇਆ ਉਹਨੇ ਆਗੇ ਬਚਾਏ ਤੇ ਤੇ ਪਰਮੀਨੀਓ ਪਰਮੀਨੀਓਨ ਜਿਵੇਂ ਹੀ ਖਤਮ ਹੋ ਚੁੱਕਾ ਹੋ ਚੱਲਿਆ ਸੀ ਕਹਿੰਦੇ ਵੀ ਐਕਸ ਸਾਡੀ ਹਾਰ ਗਏ ਸੀਗੇ ਉਹ ਬਟ ਇਹ ਜਦੋਂ ਅਲੈਗਜ਼ੈਂਡਰ ਦੁਬਾਰਾ ਆਇਆ ਅਲੈਗਜ਼ੈਂਡਰ ਦੁਬਾਰਾ ਆਇਆ ਜਦੋਂ ਤਾਂ ਫਿਰ ਕਾਰਟਿਅਸ ਰੂਫ ਦੇ ਹਿਸਾਬ ਨਾਲ ਤਾਂ ਇਹ ਵੀ ਕਹਿੰਦੇ ਆ ਕਿ ਜਦੋਂ ਫਿਰ ਡਾਰੀ ਐਸ 3 ਨੇ ਦੇਖਿਆ ਕਿ ਮੇਰੀ ਫੌਲੀ ਰੋਰੀ ਹੈ ਨਾ ਇਹਨੇ ਆਪ ਵੀ ਲੜਨ ਦੀ ਕੋਸ਼ਿਸ਼ ਕੀਤੀ ਕਹਿੰਦੇ ਇਵਨ ਅਲੈਗਜ਼ੈਂਡਰ ਦੀ ਲੱਤ ਵੀ जख्मी ਕੀਤੀ ਹੈ ਨਾ ਪਰ ਇਹ ਕਾਰਟਿਅਸ ਰੂਫਸ ਦਾ ਕਾਊਂਟ ਆ ਉਹ ਥੋੜਾ ਜਿਹਾ ਦੱਸਦਾ ਸੀ ਪਰ ਜਿਹੜਾ ਐਰੀਅਨ ਆ ਉਹਨੇ ਇਹ ਚਾਹ ਕੁੱਛ ਨਹੀਂ ਦੱਸਿਆ ਉਹਨੇ ਸਿੱਧਾ ਦੱਸਦਾ ਕਿ ਭੱਜ ਗਿਆ ਸੀ ਡਾਰੀਅਸ 3 ਅੱਛਾ ਆਪਦੇ ਰੱਥ ਤੇ ਵਾਪਸ ਜਦੋਂ ਉਹਨੇ ਦੇਖਿਆ ਕਿ ਬਈ ਕੰਮ ਖਿਲਰ ਗਿਆ ਆਹੋ ਦਾ ਕਹਿੰਦੇ ਜਿਹੜਾ ਰੱਥ ਚਲਾ ਰਿਹਾ ਸੀ ਬੰਦਾ ਉਹ ਵੀ ਮਰ ਗਿਆ ਸੀ ਹਾਂ ਬਟ ਉਹ ਤੁਸੀਂ ਐਂ ਕਹਿ ਸਕਦੇ ਆ ਕਿ ਬਈ ਹਾਂ ਸਰਕਮਸਟੈਂਸਸ ਜਿਹੇ ਬਣ ਬਣ ਕੇ ਸੀ ਡਾਰੀਅਸ 3 ਬਹੁਤ ਤਕੜਾ ਰਾਜਾ ਸੀਗਾ ਕਹਿਣ ਨੂੰ ਪਰ ਉਦੋਂ ਉਹਨੇ ਵੇਖ ਅਲੈਗਜ਼ੈਂਡਰ ਵੀ ਆ ਤਾਂ ਕਰਕੇ ਥੋੜਾ ਜਿਆ ਇਹ ਅਲੈਗਜ਼ੈਂਡਰ ਦੀ ਜਿਆਦਾ ਦੱਸਦਾ ਵੀ ਨਹੀਂ ਵੀ ਇਧਰ ਉਧਰ ਕੀ ਹੋਇਆ ਉਹ ਥੋੜਾ ਜਿਹਾ ਵੈਸੇ ਵੀ ਡੈਰੀਅਸ ਨੂੰ ਥੋੜਾ ਜਿਆ ਨੀਵਾ ਹੀ ਰੱਖਦੇ ਨੇ ਕਿ ਹਿੰਮਤ ਨਹੀਂ ਸੀ ਕਿ ਭੱਜ ਗਿਆ ਬਾਕੀ ਕਿਉਂਕਿ ਗ੍ਰੀਕਸ ਦੇ ਨਾਲ ਪਹਿਲਾਂ ਹੀ ਚੱਕਰ ਸੀਗੇ ਹਨਾ ਦਾ ਫਿਰ ਉਹ ਆਪਦੇ ਇਤਿਹਾਸ ਦੇ ਵਿੱਚ ਇਹਨਾਂ ਨੇ ਉਵੇਂ ਹੀ ਰੱਖਿਆ ਪਰ ਤਾਂ ਵੀ ਹਾਂ ਇਹ ਇਹ ਦੋ ਕਾਊਂਟ ਸੀਗੇ ਹਨਾ ਪਰ ਦੋਨਾਂ ਕਾਊਂਟਾਂ ਦੇ ਵਿੱਚ ਇੱਕ ਗੱਲ ਸਹੀ ਸੀ ਕਿ ਵੀ ਅਲੈਗਜ਼ੈਂਡਰ ਜਿੱਤ ਲਈ ਜਿੱਤ ਗਿਆ ਤੇ ਉਹ ਉਹੀ ਮੈਂ ਇੱਕ ਇਥੇ ਐਡ ਵੀ ਕਰਨਾ ਚਾਹੁੰਦਾ ਸੀ ਹਨਾ ਫੈਲੈਂਕਸ ਜਿਹੜੀ ਫੈਲੈਂਕਸ ਫਾਰਮੇਸ਼ਨ ਆਪਾਂ ਦੱਸੀ 256 ਦੇ ਹਨਾ ਟਾਈਡ ਫਾਰਮੇਸ਼ਨ ਆ ਸਾਹਮਣੇ ਉਹ ਤਾਂ ਬਹੁਤ ਤਗੜੀ ਸੀ ਹਨਾ ਸਾਹਮਣੇ ਉਹ ਤਾਂ ਬਰਸ਼ੇ 18 18 ਥਾੜਾਂ ਤੋਂ 20 ਫੁੱਟ ਦੇ ਬਰਸ਼ੇ ਹੁੰਦੇ ਸੀ ਹਨਾ ਉਹ ਕਿਉਂ ਇੰਨੇ ਇੰਨੇ ਲੰਮੇ ਕੀਤੇ ਉਹਨੇ ਤਾਂ ਸੀ ਕਿ ਤਾਂ ਕਿ ਆਪੋਜ਼ਿਟ ਆਰਮੀ ਉਹਦੇ ਨੇੜੇ ਨਾ ਲੱਗ ਸਕੇ ਤੇ ਦੋਵੇਂ ਬਰਸ਼ੇ ਨਾਲ ਲਾਈਕ ਕਰਕੇ ਅਟੈਕ ਨਾ ਅਗਲੀ ਫਾਰਮੇਸ਼ਨ ਨੂੰ ਚੱਕੀ ਆਉਣ ਗਆਂ ਪਰ ਉਹ ਜਿਹੜੀ ਫੈਲੈਂਕਸ ਫਾਰਮੇਸ਼ਨ ਸੀ ਉਹ ਸਾਈਡਾਂ ਤੋਂ ਤੇ ਬੈਕ ਸਾਈਡ ਤੋਂ ਰੀਅਰ ਸ ਜੇ ਕੋਈ ਵੀ ਉਹਨਾਂ ਨੂੰ ਮਗਰੋਂ ਜਾਂ ਉਹਨਾਂ ਨੂੰ ਜੇ ਘੇਰਾ ਪੈ ਜੇ ਹਨਾ ਚਾਰੇ ਪਾਸਿਓਂ ਦਾ ਉਹ ਹਾਂ ਫਿਰ ਔਖਾ ਸੀ ਉਹਨਾਂ ਲਈ ਤਾਂ ਉਹੀ ਜਿਵੇਂ ਤੂੰ ਕਿਹਾ ਹਨਾ ਵੀ ਇੱਕ ਵਿਚਾਲੇ ਗੈਪ ਪੈ ਗਿਆ ਸੀਗਾ ਉਹ ਇੱਕ ਵੀਕ ਪੁਆਇੰਟ ਵੀ ਬਣ ਜਾਂਦਾ ਹਨਾ ਉਹਨਾਂ ਦਾ ਤੇ ਐਨੀਵੇਜ਼ ਹੁਣ ਵੀ ਇੱਥੇ ਵੀ ਹਨਾ 333 BC ਵਿੱਚ ਹੋਈ ਸੀ ਇਹ ਬੈਟਲ ਹਨਾ ਯਾ ਤੇ ਇਸ ਤੋਂ ਬਾਅਦ ਡੈਰੀਅਸ ਜਿਹੜਾ ਪਰਸ਼ੀਆ ਦਾ ਕਿੰਗ ਆ ਉਹ ਭੱਜ ਜਾਂਦਾ ਇੱਥੋਂ ਹਾਂ ਜਿਹੜਾ ਕਿ ਬਹੁਤ ਜ਼ਿਆਦਾ ਆਰਮੀ ਲੈ ਕੇ ਆਇਆ ਸੀ ਆਵਦੀ ਹਨਾ ਤੇ ਇਸ ਤੋਂ ਬਾਅਦ ਜਾਂਦਾ ਵਾ ਟਾਇਰ ਸਿਟੀ ਅਲਦੀ ਟਾਇਰ ਸਿਟੀ ਨਾਲ ਹੀ ਆਉਂਦੀ ਹੈ ਨਾ ਤੇ ਉੱਥੇ ਵੀ ਇਹਨੇ ਬਹੁਤ ਖਲਾਰੇ ਪਾਏ ਉੱਥੇ ਵੀ ਜਾ ਕੇ ਇਹ ਕਹਿੰਦੇ ਇਸ ਤੋਂ ਜਦੋਂ ਭੱਜਿਆ ਡੈਰੀਅਸ ਡੈਰੀਅਸ ਨੇ ਬਾਅਦ ਚ ਭੱਜ ਕੇ ਆਫਰ ਵੀ ਉਦੋਂ ਭੇਜਿਆ ਸੀਗਾ ਜਿਹੜਾ ਉਹ ਟਾਇਰ ਤੋਂ ਬਾਅਦ ਕੀ ਭੇਜਿਆ ਸੀ ਟਾਇਰ ਮੈਨੂੰ ਲੱਗਦਾ ਪਹਿਲਾਂ ਵੀ ਭੇਜਦਾ ਸੀ ਇੱਕ ਦੋ ਭੇਜੇ ਸੀ ਨਹੀਂ ਉਦੋਂ ਭੱਜ ਗਿਆ ਸੀ ਨਾ ਫਿਰ ਉਹ ਟਾਇਰ ਆ ਗਿਆ ਜਦੋਂ ਕਹਿੰਦੇ ਕਿ ਕਿਹੜੇ ਕਿਹੜੀ ਉਹ ਸੀ ਮੈਡੀਟੇਰੀਅਨ ਸੀ ਆ ਨਾ ਉਹਦੇ ਨਾਲ ਨਾਲ ਅਸੀ ਅ ਟਾਇਰ ਸੀਗਾ ਨਾ ਜਿਹੜਾ ਸ਼ਹਿਰ ਸੀ ਤੇ ਉਹ ਤੋਂ ਸ਼ਹਿਰ ਸੀਗੇ 올ਡ ਟਾਇਰ ਤੇ ਇੱਕ ਆਈਲੈਂਡ ਦੇ ਵਿੱਚ ਸੀਗਾ ਮਾਦਾ ਨਾ ਨਿਊ ਨਿਊ ਟਾਇਰ ਆਪਾਂ ਉਹਦੇ ਕਰੈਕਟਰ ਦੀ ਗੱਲ ਕਰਦੇ ਆ ਨਾ ਅਲੈਗਜ਼ੈਂਡਰ ਦੀ ਵੀ ਸਮਝਣ ਦੀ ਕੋਸ਼ਿਸ਼ ਕਰਦੇ ਆ ਵੀ ਕਿਹਜਾ ਬੰਦਾ ਸੀ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਨਾ ਗਾਰਡੀਅਨ ਨੋਟ ਵੀ ਨੋਟ ਵੀ ਇਹਨੇ ਕਿਰਪਾਨ ਤਲਵਾਰ ਨਾਲ ਇਹਨੇ ਆਏ ਸਿੱਧੀ ਵੜਤੀ ਕਿ ਵੀ ਗੰਡ ਕੋਣ ਖੋਲੂਗਾ ਨਾ ਯਾ ਚੱਕੋ ਤੇ ਓਵੇਂ ਹੀ ਇਹਨੇ ਮਤਲਬ ਇੱਕ ਜਦੋਂ ਆਇਆ ਸਰਿੰਡਰ ਕੀਤਾ ਹਨਾ 올ਡ ਟਾਇਰ 올ਡ ਟਾਇਰ ਮਤਲਬ ਨਹੀਂ ਕਰ ਰਿਹਾ ਸੀ 올ਡ ਟਾਇਰ ਵੀ ਨਹੀਂ ਕਰ ਰਿਹਾ ਸੀ ਹਨਾ ਦੂਜੇ ਵੀ ਨਹੀਂ ਕਰ ਰਿਹਾ ਸੀ ਆਇਲੈਂਡ ਵਾਲੋਂ ਨਹੀਂ ਕਰ ਰਿਹਾ ਸੀ ਤਾਂ ਇਹਨੂੰ ਆਏ ਸੀਗਾ ਕਿ ਵੀ ਐਰੋਗੈਂਸ ਕਹਿ ਲੋ ਜਾਂ ਹਨਾ ਈਗੋ ਹਰਟ ਹੋ ਗਈ ਇਹਦੀ ਬਈ ਮੈਂ ਅਲੈਗਜ਼ੈਂਡਰ ਰਾਣਾ ਵੀ ਹੁਣੇ ਮੈਂ ਡਰੀਏ ਥਰੀ ਨੂੰ ਹਰਾ ਕੇ ਆਇਆ ਹਾਂ ਤੇ ਇਹ ਕਹਿੰਦਾ ਬਈ ਤੁਸੀਂ ਆਪ ਦਾ ਹਿਸਾਬ ਲਾ ਲਓ ਨਹੀਂ ਤਾਂ ਮੈਂ ਤੁਹਾਡਾ ਆਇਲੈਂਡ ਜਿਹੜਾ ਨਾਰ ਲਗਾ ਦਊਂਗਾ ਧਰਤੀ ਨਾਲ ਮਤਲਬ ਮੇਨ ਨਾਲ ਆਇਲੈਂਡ ਸੀ ਕਿਉਂਕਿ ਪਾਣੀ 'ਚ ਸੀਗਾ ਤਾਂ ਮਤਲਬ ਇਹ ਹੁਣ ਇਹ ਸਹੀ ਕਰਨ ਵਾਸਤੇ ਕਹਿੰਦੇ ਬਾਅਦ ਚੋ ਇਹ ਪੌੜ ਬਣਾਉਣ ਲੱਗ ਗਿਆ ਸੀ ਉੱਥੇ ਪਤਾ ਕਿਵੇਂ ਕਹਿੰਦੇ ਨੇ 올 ਟਾਇਰ ਟਾ ਕੇ ਜਿਹੜਾ ਜਿਹੜਾ ਸ਼ਹਿਰ ਉੱਤੇ ਸੀ ਵਸਿਆ ਹੋਇਆ ਸੀ ਜਿਹੜਾ ਧਰਤੀ ਉੱਤੇ ਮੇਨ ਤੇ ਮੇਨ ਲੈਂਡ ਦੇ ਤੇ ਉਹ 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 ਟਾ ਕੇ ਉੱਥੋਂ ਚੱਕ ਕੇ ਸਮਾਨ ਸਾਰਾ ਉਹਨਾਂ ਨੇ ਬਣਾਇਆ ਕਹਿੰਦੇ ਤਾਂ ਤੁਸੀਂ ਐ ਵੀ ਕਹਿ ਸਕਦੇ ਕਿ ਆਪਦੀ ਮਨਮਾਨੀ ਹੈ ਨਾ ਬਈ ਬਣਾਉਣ ਵਾਸਤੇ ਤਾਂ ਵੀ ਰਾਜੇ ਵੀ ਸੀ ਉਦੋਂ ਆਏ ਵੀ ਸੀਗਾ ਜਦੋਂ ਜਦੋਂ ਨਾ ਇਹ ਟਾਇਰ ਚ ਆਇਆ ਟਾਇਰ ਦਾ ਜਿਹੜਾ ਰਾਜਾ ਸੀਗਾ ਮਤਲਬ ਟਾਇਰ ਵਾਲੇ ਲੋਕ ਕਹਿੰਦੇ ਵੀ ਇੱਕ ਗੁਮਾਨ ਚ ਸੀਗੇ ਕਿਉਂਕਿ ਉਹ ਇੱਕ ਤਾਂ ਆਈਲੈਂਡ ਵਾਲੀ ਸਿਟੀ ਸੀਗੀ ਬੈਣੀ ਦੂਰ ਤੱਕ ਕਿਹੜਾ ਆ ਕੇ ਕਿਉਂਕਿ ਫਿਰ ਉੱਪਰ ਫੋਰਟੀਫਾਈਡ ਸੀਗੀ ਉਹ ਗੁਮਾਨ ਸੀ ਸੀਗੇ ਇਹਨੇ ਆਨ ਵਾਇਸ ਵੀ ਭੇਜਿਆ ਸੀਗਾ ਇਹਨੂੰ ਇਹਨੂੰ ਐ ਸੀਗਾ ਵੀ ਕਿਉਂ ਇੱਥੇ ਮੇਰਾ ਟਾਈਮ ਵੇਸਟ ਹੋਊਗਾ ਵੀ ਸਰੈਂਡਰੇ ਕਰਵਾ ਲਓ ਤੇ ਉਹਨਾਂ ਨੇ ਮੰਨਿਆ ਨਹੀਂ ਇਹ ਜਦੋਂ ਦੁਬਾਰਾ-ਦੁਬਾਰ ਵੀ ਭੇਜਦਾ ਰਿਹਾ ਉਹਨਾਂ ਨੇ ਇਹਦਾ ਆਨ ਵਾਇਸ ਬੰਦਾ ਮਾਰ ਕੇ ਸਿੱਟਤਾ ਸੀਗਾ ਉਹਦੇ ਚ ਤੇ ਫਿਰ ਇਹਦਾ ਹੋਇਆ ਦਿਮਾਗ ਦਾ ਖਰਾਬ ਫਿਰ ਇਹ 200 ਵੋਟ ਚੌੜਾ ਕਹਿੰਦੇ ਹੁਣ ਲੱਗਿਆ ਬਣਾਉਣ ਨਾਲੇ ਬਾਕੀ ਕਹਿੰਦੇ ਉਹ ਉਹ ਹਾਰਬਰ ਸੀਗਾ ਨਾ ਉਹ ਉਹ ਮਤਲਬ ਜੇ ਇਹ ਗਾਂ ਵੀ ਟਾਪਿਆਂ ਦਾ ਬਿਨਾ ਜਿੱਤੇ ਆਈਲੈਂਡ ਜਿਹੜੀ 45 ਦੀ ਸੀਗੀ ਸਿਟੀ ਹੈ ਨਾ ਟਾਇਰ ਦੀ ਜੇ ਜਿੱਥੇ ਪੈਣਾ ਜਲ ਜਾਂਦਾ ਉੱਥੇ ਕਹਿੰਦੇ ਪਰਸ਼ੀਨ ਅੰਪਾਇਰ ਦਾ ਸਾਰਾ ਫਲੀਟ ਜਿਵੇਂ ਮਤਲਬ ਛੇਪਾਂ ਦੀ ਆਰਮੀ ਖੜੀ ਕਰ ਸਕਦੀ ਜੁੱਥੀ ਤਾਂ ਇਹ ਰਿਸਕ ਨਹੀਂ ਲੈਣਾ ਚਾਹੁੰਦਾ ਸੀ ਤਰੀਕੇ ਨਾਲ ਤਖੜੇ ਨਾਲ ਬਣਾਇਆ ਵੈਸੇ ਤੇ ਆਪਾਂ ਜੇ ਪਰਸਪੈਕਟਿਵ ਚ ਪਾਉਣਾ ਹੋਵੇ ਤਾਂ ਕਿੰਨਾ ਕਿੰਨਾ ਟਾਈਮ ਲੱਗ ਜਾਂਦਾ ਸੀ ਨਾ ਇਹਨਾਂ ਨੇ ਫਿਰ ਪਹਿਲਾਂ ਪੁਲ ਬਣਾਇਆ ਜਿਵੇਂ ਆਪਾਂ ਕਹਿੰਨੇ ਆ ਨਾ ਉੱਥੋਂ ਢਾਕੇ ਪੁਲ ਉਹ ਵੀ ਵਿਚ ਅੜਚਣਾ ਪਾਉਂਦੇ ਰਹੇ ਕਿਤੇ ਉਹ ਆ ਗਏ ਹਾਂ ਇਹ ਇਹ ਵਿਚਾਰੇ ਮੋੜਦੇ ਸੀ ਕਿਤੇ ਵਿਚਾਰੇ ਤਾਂ ਕਿਹਾ ਉਹ ਬਈ ਇਹ ਮੋੜਦੇ ਸੀ ਨਾ ਪਰ ਮਰਦੇ ਸੀ ਦੋਨੇ ਪਾਸੇ ਤਾਂ ਹੌ ਹਾਂ ਸਾਰੀ ਸੀਜ ਨੂੰ ਇਹਨੂੰ ਕਹਿੰਦੇ ਛੇੜ ਕੇ ਕਹਿੰਦੇ ਵੀ ਮੌਕ ਕਰਕੇ ਗਏ ਸੀਗੀ ਉਹਦੀ ਆਰਮੀ ਜਦੋਂ ਵਿਚਾਲੇ ਸੀਗੇ ਇਹ ਇਹਨਾਂ ਨੇ ਪੁਲ ਜੱਦਾਗ ਬਣਾ ਲਿਆ ਸੀਗਾ ਉਹ ਆਕੇ ਵੀ ਵੀ ਤੁਸੀਂ ਕਿ ਰਾਜਾ ਸੀ ਜਿਹੜਾ ਉੱਥੇ ਦਾ ਆਪਣਾ ਨਿਊ ਟਾਇਰ ਦਾ ਕਿ ਅੱਛਾ ਵਸ ਹੁਣ ਲੱਗ ਗਿਆ ਪਤਾ ਤੁਹਾਨੂੰ ਵੀ ਉਦੋਂ ਤੋਂ ਵੱਡੇ ਹੋ ਤੁਸੀਂ ਜਾਂ ਉਹੀ ਵੱਡਾ ਤੇ ਫਿਰ ਕਹਿੰਦਾ ਤਾਂ ਹੋਰ ਇਹਦਾ ਤਾਂ ਮਖਰਾ ਹੋ ਗਿਆ ਬਾਕੀ ਧਾਰਮਿਕ ਸੀ ਜਿਵੇਂ ਕਹਿੰਦੇ ਆ ਇਹਨੇ ਕੋਈ ਸ਼ਰਾਇਨ ਸੀ ਉੱਥੇ ਹਨਾ ਕੋਈ ਧਾਰਮਿਕ ਸਥਾਨ ਸੀ ਦੂਜੇ ਆਈਲੈਂਡ ਦੇ ਆਈਲੈਂਡ ਸ਼ਹਿਰ ਦੇ ਵਿੱਚ ਟਾਇਰ ਦੇ ਵਿੱਚ ਇਹ ਕਹਿੰਦਾ ਵੀ ਮੈਂ ਉੱਥੇ ਮੱਥਾ ਟੇਕਣਾ ਹੈ ਕਿ ਸ਼ਰਮ ਨਹੀਂ ਕਰਨੀ ਹੈ ਉਹ ਕਹਿੰਦੇ ਵੀ ਉਹ ਸ਼ਰਮਣੀ ਉਹੀ ਕਰ ਸਕਦਾ ਜਿਹੜਾ ਰਾਜਾ ਉੱਥਾ ਹਾਂ ਇਹ ਕਹਿੰਦਾ ਵੀ ਆਏ ਨਹੀਂ ਕਹਿੰਦਾ ਵੀ ਅਲੈਗਜ਼ੈਂਡਰ ਆ ਮੈਂ ਖੋਲੂ ਮੇਰੇ ਵਾਸਤੇ ਉਹ ਕਹਿੰਦੇ ਵੀ ਇੱਥੇ ਮੰਦਰ ਹੈ ਕਹਿੰਦੇ ਪੁਰਾਣੇ ਪੁਰਾਣੇ ਢਾਹ ਚ ਕਰ ਲਾ ਉਹ ਕਹਿੰਦਾ ਵੀ ਪੁਰਾਣਾਂ ਦਾ ਢਾਗੇ ਫਿਰ ਨਵੇਂ ਜਾਊਗਾ ਉਹ ਚੀਜ਼ ਕੀਤੀ ਫਿਰ ਇੱਕ ਸਾਹ ਦੀ ਜਣੇ ਲਾਸਟ ਕਿ ਅੱਜ ਵੀ ਕਹਿੰਦੇ ਉਹਦੇ ਥੋੜਾ 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 ਬੋਧਾ ਪੱਥਰ ਪਏ ਆ ਉੱਥੇ ਦਹਿਲਾ ਕੋਲ ਬਣਾਇਆ ਇੰਨਾ ਚੌੜਾ ਇੰਨੀਆਂ ਚੀਜ਼ਾਂ ਹਨਾ ਉਹ ਉਧਰੋਂ ਟੈਂਬਰ ਲੈ ਕੇ ਆਉਂਦੇ ਹੁੰਦੇ ਸੀਗੇ ਕਿਹੜੇ ਦਹਿਲਾ ਜਿੱਥੋਂ ਟੈਂਬਰ ਲੈ ਕੇ ਆਉਂਦੇ ਸੀ ਇਹ ਪਤ ਨਹੀਂ ਕਿਹੜੀ ਵ ਮਤਲਬ ਵਿਚਾਲੇ ਸੀਸ ਟਾਵਰ ਬਣਾਏ ਉੱਥੋਂ ਹਣਾ ਵੀ ਬੈਲੈਂਸ ਆਊਟ ਕਰਨ ਨੂੰ ਅਟੈਕ ਇਹਦੇ ਵੀ ਕੈਟਾਪਲਟਸ ਹਨਾ ਕ੍ਰੇਜ਼ੀ ਸੀ ਕੰਮ ਇੰਜੀਨੀਅਰ ਸੀਗੇ ਇਹਦੇ ਕੋਲੇ ਹਾਂ ਪਰ 7 ਮਹੀਨੇ ਵੀ ਬਹੁਤ ਕਹਿ ਸਕਦੇ ਹਾਂ ਨਾ ਆਪਾਂ ਬੜਾ ਵਿੱਚ ਵਿੱਚ ਫਰਸਟ੍ਰੇਟ ਵੀ ਹੋ ਜਾਂਦਾ ਸੀ ਸਟਾਰਮ ਆ ਜਾਂਦੀ ਸੀ ਵਿੱਚ ਹਨਾ ਆਪਾਂ ਜਦੋਂ ਜੇ ਪਰਫੈਕਟਿਜ ਪੁਆਇੰਟ ਪਰਸਪੈਕਟਿਵ 'ਚ ਪਾਣਾ ਹੋਵੇ ਤਾਂ 7 ਮਹੀਨੇ ਬਹੁਤ ਟਾਈਮ ਹੁੰਦਾ ਇਹਦੇ ਕੋਲੇ ਡਾਇਡਸ ਸੀਗਾ ਡਾਇਡਸ ਨਾਮ ਦਾ ਬੰਦਾ ਸੀ ਇਹਦਾ ਇੰਜੀਨੀਅਰ ਸੀ ਮੇਨ ਉਹਨੇ ਬਹੁਤ ਤਗੜੇ ਤਗੜੇ ਰਿਫਾਰਮ ਲੈ ਕੇ ਆਂਦੇ ਸੀਗੇ ਕਾਫੀ ਚੀਜ਼ਾਂ ਜਿਵੇਂ ਉਦਰੇ ਸਟੋਨ ਥਰੋਅਰ ਹ ਕਿ ਉਹਨੂੰ ਮੇਰੇ ਮੇਰੇ ਹੁਣ ਨਾਮ ਨਹੀਂ ਧਿਆਨ ਚ ਕੁੰਡੀ ਕੁੰਡੀ ਦੀ ਬਣਾਈ ਸੀਗੀ ਉਹਨੇ ਕਿ ਕੇਲੇ ਦੇ نیچے ਖੜ ਕੇ ਉਪਰੋਂ ਕੁੰਡੀ ਬਾਗ ਐ ਖਿੱਚ ਲੈਂਦੇ ਸੀਗੇ ਜਿਵੇਂ ਆਪਾਂ ਫਰੂਟ ਨਹੀਂ ਤੋੜਦੇ ਅਮਰੂਦ ਨਹੀਂ ਤੋੜਦੇ ਛੋਟੇ ਹੁੰਦੇ ਉਹ 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 ਇੰਜੀਨੀਅਰ ਸੀਗਾ ਉਹਨੇ ਵੀ ਬੜੇ ਅੱਗੇ ਅੱਗੇ ਚੀਜ਼ਾਂ ਵਡੀਆਂ ਤਕੜੀਆਂ ਤਕੜੀਆਂ ਬਣਾਉਂਦਾ ਰਿਹਾ ਕਿ ਪੋਲ ਪਾ ਲਈ ਉਹ ਹਨ ਹਾਂ ਫਿਰ ਇਹ ਵੜਿਆ ਪੈਲੇਸ ਪੈਲੇਸਟੀਨ ਦੇ ਵਿੱਚ ਹਨ ਜਿਵੇਂ ਇਹ ਪੈਲੈਸਟਾਈਨ ਦੇ ਵਿੱਚ ਕਹਿੰਦੇ ਸਾਰੇ ਇਹਨੇ ਕਰ ਲਿਆ ਸੀ ਸੈਂਡਰ ਤੇ ਇਥੇ ਗਾਜ਼ਾ ਆ ਗਿਆ ਗਾਜ਼ਾ ਕਹਿੰਦੇ ਉੱਚੇ ਥਾਂ ਤੇ ਬਣਿਆ ਹੋਇਆ ਹਨਾ ਇਹਦਾ ਜਿਹੜਾ ਜਿਹੜਾ ਬਣਿਆ ਹੋਇਆ ਸੀ ਉਹਦਾ ਸ਼ਹਿਰ ਸੀਗਾ ਜਿਹੜਾ ਫੋਰਟੀਫਾਈਡ ਸੀਗਾ ਆਰੀਅਨ ਨੇ ਕਾਊਂਟ ਦਿੱਤਾ ਸੀ ਉੱਥੇ ਕਹਿੰਦੇ ਉੱਥੇ ਇਹਨੇ ਆਸੇ-ਪਾਸੇ ਮਾਉਂਟ ਬਣਾਇਆ ਹਨਾ ਮਤਲਬ ਮਿੱਟੀ ਪਾਪਾ ਕੇ ਟਿੱਬਾ ਬਣਾ ਲਿਆ ਨਾਲ ਇੱਕ ਹਸਬ ਦਾ ਅਗੇ ਨਾਲ ਬਰਾਬਰ ਕਰਨਾ ਸੀ ਕੰਧਾਂ ਦੇ ਵੀ ਇੱਥੇ ਆਪਾਂ ਟਾਵਰ ਲਾਵਾਂਗੇ ਪਤਾ ਕਿੱਡਾ ਕਹਿੰਦੇ ਸੀ ਉਹ ਕਹਿੰਦੇ 1000 ਫੁੱਟ ਚੌੜਾ ਸੀ ਤੇ 250 ਫੁੱਟ ਉੱਚਾ ਸੀ ਹਾਂ ਤੇ ਚਾਰੇ ਪਾਸੇ ਕਰ ਲਿਆ ਸੀ ਹੌਲੀ ਹੌਲੀ ਉਹਨਾਂ ਨੇ 2-3 ਮਹੀਨਿਆਂ ਦੇ ਵਿੱਚ ਗਾਜ਼ਾ ਵਾਲਾ ਹਾਂ ਗਾਜ਼ਾ ਵਾਲਾ ਤੇ ਫਿਰ ਕਹਿੰਦੇ ਉਵੇਂ ਫਿਰ ਇਹਨਾਂ ਨੇ ਟਨਲ ਬਣਾਈ ਥੱਲੇ ਜ ਇਹਨਾਂ ਕੋਲੇ ਉਹ ਵੀ ਸੀਗੇ ਜਿਹੜੇ ਮਾਈਨ ਸੀ ਮਾਈਨਰ ਸੀਗੇ ਨਾ ਜਿਹੜੇ ਮਾਈਨ ਵਿੱਚ ਹੁੰਦੇ ਸੀ ਬੰਬ ਵਾਲੇ ਬੰਬ ਜਿਹੇ ਹੁੰਦੇ ਆ ਅੱਛਾ ਇਹਨਾਂ ਨੇ ਕਹਿੰਦੇ ਟਨਲਾਂ ਦੇ ਵਿੱਚ ਦੀ ਗੇਟ ਡਾਇ ਫਿਰ ਥੱਲੋਂ ਅੱਛਾ ਉਹਨਾਂ ਦੇ ਫਿਰ ਬੜੇ ਸੀ ਅੰਦਰ ਬਹੁਤ ਉੱਥੇ ਵੀ ਬੜੇ ਕੈਜੂਐਲਟੀ ਹੋਈਆਂ ਸੀ ਪਰ ਜਦ ਤੱਕ ਉਹ ਬਰੂਦ ਸੀਗਾ ਹਾਂ ਬਰੂਦ ਹੋਊਗਾ ਮਤਲਬ ਕੋਈ ਨਾ ਕੋਈ ਐਜ ਪਰਫੋਰਮਸਟਿਕ ਸੀਗਾ ਜਿਨ੍ਹਾਂ ਨੇ ਉਹਨਾਂ ਡੈਟੋਨੇਟ ਕੀਤਾ ਸੀ ਇਹਨਾਂ ਕੋਲੇ ਮਤਲਬ ਸਪੈਸ਼ਲੀ ਉਹਨਾਂ ਨੂੰ ਸਟ੍ਰੈਪਸ ਕਹਿੰਦੇ ਸੀ ਕਿ ਪਤਾ ਨਹੀਂ ਕੀ ਕਹਿੰਦੇ ਸੀ ਉਹਨਾਂ ਨੂੰ ਸਟੈਪਰਸ ਸਟ੍ਰੈਪਰਸ ਕੋਈ ਕੋਈ ਟਰਮੀਨੋਲੋਜੀ ਸੀਗੀ ਉਹਨਾਂ ਨੂੰ ਮੈਂ ਉਹ ਪ੍ਰੋਫੈਸ਼ਨ ਸੀ ਉਹਨਾਂ ਦਾ ਬੰਦਾ ਤਾਂ ਤਾਂ ਉਹਨਾਂ ਨੇ ਕਹਿੰਦੇ ਉਪਰ ਗੇਟ ਡਾਇ ਉਹਨਾਂ ਦੇ ਚਾਰੇ ਪਾਸੇ ਫਿਰ ਕੇ ਲਾ ਪਾਇਆ ਉੱਥੇ ਬੜੀਆਂ ਗੈਜੂਐਲਟੀਆਂ ਹੋਈਆਂ ਸੀਗੀਆਂ ਪਰ ਤਾਂ ਵੀ ਇਹਨਾਂ ਨੇ ਜਿੱਤ ਲਿਆ ਸੀ ਇੱਕ ਨਾ ਮੈਂ ਥੋੜੀ ਇੰਟਰਸਟਿੰਗ ਜੀ ਗੱਲ ਆਲਾ ਕੀ ਥੋੜਾ ਪਿੱਛੇ ਜਦੋਂ ਟਾਇਰ ਵਾਲਾ ਨਾਲ ਇਹ ਲੜਦੇ ਸੀਗੇ ਮਤਲਬ ਉਹਨਾਂ ਕਹਿੰਦੇ ਕੰਮਲੇ ਹੋ ਗਏ ਸੀਗੇ ਜਦੋਂ ਉਹਨਾਂ ਨੂੰ ਪਤਾ ਦੇਖ ਰਹੇ ਸੀ ਉਹ ਮੌਤ ਤੋਰੀ ਆ ਰਹੀ ਹੈ ਨਾ ਵੀ ਪੁਲ ਬਣਾ ਕੇ ਆ ਰਹੇ ਨੇ ਉਹ ਉਹਨਾਂ ਦੇ ਜਿਹੜੇ ਇੰਜੀਨੀਅਰ ਸੀਗੇ ਮੈਡ ਇਨਵੈਂਸ਼ਨਸ ਕਰਨ ਲੱਗੇ ਸੀਗੇ ਵੀ ਪੁੱਠੀਆਂ ਸਿੱਧੀਆਂ ਮਸ਼ੀਨਾਂ ਵੱਡੀਆਂ-ਵੱਡੀਆਂ ਬਣਾਉਣੀਆਂ ਤੇ ਹਾਲਾਂਕਿ ਹੋਰ ਕਾਫੀ ਸੀਗੀਆਂ ਉਹਨਾਂ 'ਚੋਂ ਮੇਰੇ ਜਿਹੜੀ ਇੱਕ ਧਿਆਨ 'ਚ ਹੈ ਕਿ ਜਦੋਂ ਇਹ ਐਂਟਰ ਕੀਤੇ ਫੋਟ ਦੇ ਉਹ ਭੰਨ ਕੇ ਹਨਾ ਵਾਲਸ ਭੰਨ ਕੇ ਅੰਦਰ ਵੜਨ ਲੱਗੇ ਕਿਦੇ ਵੀ ਰੇਤਾ ਦੇ ਬਜਰੀ ਜਮਾ ਮਤਲਬ ਅੱਗ ਵਰਗੀ ਲਾਲ ਗਰਮ ਕਰੀ ਬੈਠੇ ਸੀਗੇ ਉਹ ਮੈਟਲ ਪੌਟਸ ਦੇ ਵਿੱਚ ਪਾ ਕੇ ਉਹ ਸਿੱਟੀ ਉਤੋਂ ਵੀ ਮਤਲਬ ਇਹਨਾਂ ਜਾਲ ਤੇ ਸੀਗੇ ਹਨਾ ਬ్రో ਮਤਲਬ ਮਤਲਬ ਉਹ ਕ੍ਰੇਜ਼ੀ ਹੈ ਇਹ ਸ਼ਹਿਰ ਬਚਾਉਣ ਵਾਸਤੇ ਕੁਝ ਨਹੀਂ ਆਉਂਦਾ ਉਹਨਾਂ ਦੇ ਵਿੱਚ ਵੀ ਸੀਗਾ ਇਹ ਸ਼ਹਿਰ ਜਿੱਤ ਕੇ ਬਾਅਦ ਚੋ ਇਹ ਏਜੀਪਟਲੀ ਨੂੰ ਜਾਂਦਾ ਵਾ ਕੱਲ ਤੋਂ ਬਾਅਦ ਏਜੀਪਟ ਹਾਂ ਏਜੀਪਟਾਂ ਹੀ ਸੀਗਾ ਵੀ ਏਜੀਪਟ ਪਰਸ਼ੀਆ ਦੇ ਅੰਦਰ ਆਉਂਦਾ ਸੀਗਾ ਤੇ ਏਜੀਪਟ ਵਾਲਿਆਂ ਨੇ ਆਂਦੇ ਪਹਿਲਾਂ ਹੀ ਇਹਨੂੰ ਲਾਈਕ ਸਲੂਟ ਕੀਤਾ ਵੀ ਸ਼ੁਗਰਾਤ ਨੂੰ ਸ਼ੜਾਤਾ ਪਰਸ਼ੀਅਨਸ ਤੋਂ ਲਾਈਕ ਰੈਦਰ ਦੈਨ ਉਹਦੇ ਨਾਲ ਲੜਾਈ ਕਰਨ ਦੀ ਬਜਾਏ ਉਹਨਾਂ ਨੇ ਲਾਈਕ ਇਹਨੂੰ ਫਰਵਾਹ ਕਹਿੰਦੇ ਆ ਕਈ ਡਿਕਲੇਅਰ ਕਰਤਾ ਕਿੰਗ ਡਿਕਲੇਅਰ ਕਰਤਾ ਵੀ ਤੂੰ ਸਾਡੇ ਲਈ ਰਾਜ ਹੈਂ ਤੇ ਉੱਥੇ ਵੀ ਇਹਨੇ ਆਪ ਦਾ ਸ਼ਹਿਰ ਹੈ ਨਾ ਅਲੈਗਜ਼ੈਂਡਰੀਆ ਸ਼ਹਿਰ ਬਿਲਡ ਕੀਤਾ ਜਿਹੜਾ ਕਿ ਅੱਜ ਵੀ ਹੈਗਾ ਉੱਥੇ ਹਾਂ ਏਜੀਪਟ ਦੇ ਵਿੱਚ ਤੇ ਉੱਥੇ ਵੀ ਇੱਕ ਔਰੇਕਲ ਨੂੰ ਮਿਲਿਆ ਸੀ ਔਰੇਕਲ ਆਪਾਂ ਪਿਛਲੇ ਪੋਡਕਾਸਟ 'ਚ ਦੱਸਿਆ ਸੀ ਪਰ ਉਹਨੂੰ ਦੱਸ ਨਹੀਂ ਸਕੇ ਕਿ ਔਰੇਕਲਸ ਕੀ ਹੁੰਦੇ ਆ ਔਰੇਕਲਸ ਉਹਦੋਂ ਆਏ ਹੁੰਦੇ ਸੀਗੇ ਵੀ ਇੱਕ ਹਿਸਾਬ ਦੇ ਜਿਵੇਂ ਪੰਡਿਤ ਕਹ ਲੀਏ ਜਾਂ ਜੋਤਸ਼ੀ ਕਹ ਲੀਏ ਵੀ ਫਿਊਚਰ ਦਾ ਪ੍ਰੋਫਸੀਆਂ ਕਰਦੇ ਹੁੰਦੇ ਸੀਗੇ ਵੀ ਭਵਿੱਖ ਬਾਣੀਆਂ ਕਰਦੇ ਹੁੰਦੇ ਸੀਗੇ ਵੀ ਲਾਈਕ ਜਾਂ ਰਾਜੇ ਵੀ ਉਹਨਾਂ ਤੋਂ ਸਲਾਹਾਂ ਲੈਂਦੇ ਸੀ ਵੀ ਕੋਈ ਵੀ ਕੰਮ ਕਰੀਏ ਹਨਾ ਅਸੀਂ ਵੀ ਥੋੜੇ ਤੋਂ ਪੁੱਛ ਕੇ ਜਾਈਏ ਹਾਂ ਫੋਰਚਨ ਡੈਲਰ इवन ਜਦੋਂ ਆਪਾਂ 300 ਵੇਖਦੇ ਆ 300 ਵਿੱਚ ਵੀ ਔਰਕਲਸ ਹੁੰਦੇ ਹਨਾ ਵੀ ਉਹ ਪੁੱਛਦੇ ਹੁੰਦੇ ਆ ਵੀ ਸਾਨੂੰ ਲੜਾਈ ਤੇ ਜਾਣਾ ਚਾਹੀਦਾ ਕਿ ਨਹੀਂ ਔਰਕਲਸ 300 ਤੋਂ ਮੈਂ ਨਾ ਇੱਕ ਇੱਕ ਮਿੰਟ ਆਜਣਾ ਮੈਂ ਹਾਲਾਗੀ ਚਲੋ ਆਪਾਂ ਈਵਰਸ ਲਈਓ ਗੱਲ ਆ 300 ਤੋਂ ਮੇਰੇ ਯਾਦ ਆ ਪਿਛਲੇ ਚ ਵੀ ਗੱਲ ਕੀਤੀ ਸੀ ਪੌਡਕਾਸਟ 300 ਦੀ ਇਹ ਨਾ 300 ਅੱਜ ਦੀ ਇਸ ਪੌਡਕਾਸਟ ਦੀ ਲੜਾਈ ਸੀਗੀ ਜਦੋਂ ਇਹ ਆਪਾਂ ਗੱਲ ਕੀਤੀ ਕਿ ਪਰਸ਼ੀਆ ਨੇ ਜਦੋਂ 480 ਜੋ ਇਹਦੇ ਤੇ ਇਨਵੇਸ਼ਨ ਕੀਤੀ ਸੀ ਐਥਨਸ ਦੇ ਸਪਾਰਟਾ ਤੇ ਉਹ ਥਰਮੋਪਲੀ ਜਗਾ ਸੀਗੀ ਉੱਥੇ ਦੀ ਲੜਾਈ ਸੀਗੀ ਉੱਥੋਂ ਜਿੱਥੇ 300 ਬੰਦਾ ਬਹੁਤ ਤਕੜਾ ਲੜਿਆ ਸੀਗਾ ਹਾਲਾਂਕਿ ਹਾਰ ਗਏ ਸੀ ਉਹ ਆ ਹੱਸਣ ਅੱਗੇ ਕਰਿਓ ਕੰਟੀਨਿਊ ਹਾਂ ਉੱਥੇ ਫਿਰ ਏਜੀਪਟ ਦੇ ਵਿੱਚ ਆ ਵਾਵਾ ਦੂਰ ਹੁੰਦਾ ਨਾ ਔਰਕਲ ਹਨਾ ਕਰਨੇ ਉੱਥੇ ਔਰਕਲ ਨੂੰ ਮਿਲਣ ਜਾਂਦਾ ਹੁੰਦਾ ਹੈ ਕਿਉਂਕਿ ਜਿਵੇਂ ਕਰਨੇ ਨੇ ਕਿਹਾ ਵੀ ਔਰਕਲ ਡੈਲਫੀਸ ਦਾ ਇਹ ਚੀਜ਼ਾਂ 'ਤੇ ਵਿਸ਼ਵਾਸ ਕਰਦਾ ਸੀ ਨਹੀਂ ਨਹੀਂ ਔਰਕਲ ਆਫ ਡੈਲਫੀ ਤਾਂ ਚਲੋ ਉੱਥੇ ਸੀ ਗ੍ਰੀਕ ਸੀਗਾ ਪਰ ਉਵੇਂ ਹੀ ਹਾਂ ਜਿਵੇਂ ਹਸਨ ਨੇ ਕਿਹਾ ਕਿ ਦੂਰ ਸੀ ਹਨਾ ਇਹਦੀ ਸਟੋਰੀ ਹੈ ਜਿਵੇਂ ਅਲੈਗਜ਼ੈਂਡਰ ਯਾਨੇ ਸ਼ਹਿਰ ਬਣਾਉਣ ਲੱਗਾ ਸੀ ਆਪਦਾ ਹਨਾ ਜਦੋਂ ਰਾਜਾ ਬਣਾਤਾ ਇਜੀਪਟ ਦਾ ਕਿ ਤੂੰ ਕੰਟਰੋਲ ਕਰਨਾ ਉੱਥੇ ਨੇ ਸਰਕਾਰ ਬਣਾਈ ਆਪਦੀ ਗ੍ਰੀਕ ਸੀ ਇਹਨੇ ਰੱਖੇ ਉੱਥੇ ਅਜਬਸ਼ੀ ਨਹੀਂ ਰੱਖਿਆ ਨਾ ਗ੍ਰੀਕਸ ਨੂੰ ਫੇਵਰ ਦਿੰਦਾ ਸੀ ਉੱਥੇ ਗ੍ਰੀਕਸ ਰੱਖਤੇ ਵੱਡੇ ਲਵਲਾਂ ਦੇਣਾ ਵੱਡੇ ਆਫਸਰ ਫਿਰ ਇਹ ਅਲੈਗਜ਼ੈਂਡਰੀਆ ਸ਼ਹਿਰ ਬਣਾਉਣ ਲੱਗਿਆ ਫਿਰ ਉੱਥੋਂ ਗਿਆ ਕਹਿੰਦੇ ਔਰੇਕਲ ਜਿੱਥੇ ਕਹਿੰਦਾ ਨਾ ਮੰਦਿਰ ਸੀਗਾ ਉਹ ਟੈਂਪਲ ਆਫ ਜੂਸ ਐਮਨ ਕਹਿੰਦੇ ਸੀ ਨਾ ਉਹਨੂੰ ਅੱਛਾ ਤੇ ਜੂਸ ਦਾ ਮੰਦਿਰ ਉਹ ਸੀਗਾ ਤੇ 170 ਮੀਲ ਦੂਰ ਸੀ ਕਹਿੰਦੇ ਉੱਥੋਂ ਹੂੰ ਹੂੰ ਤੇ ਜਦੋਂ ਗਏ ਉੱਥੇ ਪਾਣੀ ਪੁਣੀ ਵੀ ਨਹੀਂ ਸੀ ਰਾਹ ਦੇ ਵਿੱਚ ਨਾ ਰੇਗਿਸਤਾਨ ਸੀ ਈਜੀਪਟ ਦੇ ਵਿੱਚ ਆਪਾਂ ਜੋ ਗੱਲ ਕਰਦੇ ਹਾਂ ਨਾ ਤਾਂ ਉੱਥੇ ਕਹਿੰਦੇ ਥੋੜਾ ਜਿਹਾ ਪਾਣੀ ਮਿਲਿਆ ਇਹਨਾਂ ਦੇ ਬੰਦਿਆਂ ਨੂੰ ਵੀ ਇੱਥੇ ਪਾ अच्छा धार्मिक कह सकते हैं या ना ये ये स्पिरिचुअल स्पिरिचुअल सोच कह सकते हैं कुछ भी कह सकते हैं ना ओवें मतलब ये जानना चाहंदा ਸੀ मतलब ये ना पानी पीते भी इससेदा ਲੰਘਿਆ ਤੇ ਉੱਥੇ ਇੱਕ ਥੋੜਾ ਜਿਹਾ ਇਨਸੀਡੈਂਟ ਇੱਕ ਇੰਟਰਸਟਿੰਗ ਇਨਸੀਡੈਂਟ ਆ ਉਹ ਫੇ ਦੱਸਦੇ ਆ ਵੀ ਮੰਦਿਰ ਚ ਕੀ ਹੋਇਆ ਹਾਂ ਇਹ ਉੱਥੇ ਜਾ ਕੇ ਜਦੋਂ ਵੜਿਆ ਉੱਥੇ ਜਿਹੜਾ ਪਾਦਰੀ ਹੁੰਦਾ ਹਨਾ ਉਹਨੇ ਉਹਨੇ ਕਹਿਣਾ ਸੀ ਮਤਲਬ ਬੁਲਾਉਂਦੇ ਆ ਨਾ ਜੇ ਆਪਾਂ ਵੀ ਚਰਚਾ ਵੇਖਦੇ ਆ ਨਾ oh my son ਕਹਿੰਦੇ ਆ ਨਾ oh pai down ਹਨਾ ਐਂ ਕਹਿਣਾ ਸੀ ਇਹਨੇ ਤੇ ਉਹ ਤਾਂ ਮੂੰਹ ਚ ਨਿਕਲ ਗਿਆ oh pai dos ਹਾਂ pai dos ਦੱਸਦਾ ਮੁੰਡਾ ਅੱਛਾ ਅੱਛਾ ਗਲਤੀ ਨਾਲ ਨਿਕਲਿਆ ਹਾਂ ਗਲਤੀ ਨਾਲ ਨਿਕਲਿਆ ਕਹਿੰਦੇ ਉੱਥੇ ਹਣ ਇਹ ਕਿਸੇ ਕੋਈ ਸੋਰਸ ਕਹ ਰਿਹਾ ਨਾ ਤੇ ਉੱਥੋਂ ਇਹ ਪਹਿਲਾਂ ਵੀ ਇਹਦੀ ਮੰਮੀ ਨੇ ਇਹਦੀ ਇਹਦੀ ਮਾਂ ਨੇ ਹਨਾ 올ੰਪੀਅਸ ਨੇ ਦੱਸਿਆ ਵਿਆ ਸੀ ਕਿ ਤੂੰ ਜਿਊਸ ਦਾ ਮੁੰਡਾ ਨਾ ਉੱਥੇ ਕਹਿੰਦਾ ਵੀ ਹਾਂ ਇਹਨੇ ਮਤਲਬ ਇੰਬ੍ਰੇਸ ਕੀਤਾ ਉਹ ਜੀ ਨੂੰ ਵੀ ਹਾਂ ਠੀਕ ਆ ਵੀ ਜਿਊਸ ਦਾ ਹੀ ਮੁੰਡਾ ਮੈਂ ਤੇ ਹਾਂ ਹਾਂਜੀ ਆਪਾਂ ਗਾਂਹ ਗੱਲ ਕਰਦੇ ਆ ਕਨਫਰਮ ਹੋ ਗਿਆ ਹਾਂ ਹਾ ਤਾਂ ਉਦੋਂ ਲਾਈਕ 1080 ਦੇ ਵਿੱਚ ਉਹ ਹੋਈ ਸੀਗੀ ਬੈਟਲ ਆਫ ਇਸ ਹਨਾ ਤੇ ਉਥੋਂ ਜਤ ਦੇ ਜਤ ਦੇ ਏਜੀਪਟ ਆ ਗਿਆ ਹਨਾ ਤੇ ਏਜੀਪਟ ਤੋਂ ਬਾਅਦ ਫੇਰ ਅਗਲੀ ਜਿਹੜੀ ਮੇਜਰ ਬੈਟਲ ਹੁੰਦੀ ਆ ਉਹਦੇ ਵਿੱਚ ਫੇਰ ਡੈਰੀਅਸ 3 ਆ ਜਾਂਦਾ ਹਨਾ ਉਹ ਸੀਗੀ ਬੈਟਲ ਆਫ ਗੋਗ ਮੇਲਾ ਅੱਛਾ ਉਦੋਂ ਆਪਾਂ ਗੱਲ ਮਿਸ ਪਰ ਅਰਸ਼ਨੇਦ ਯਾਦ ਕਰਾਈ ਸੀ ਉਦੋਂ ਕਿ ਜਦੋਂ ਇਹਨੇ ਡੈਰੀਅਸ 3 ਨੇ ਜਦੋਂ ਸੀਜ ਆਫ ਟਾਇਰ ਹੁੰਦੀ ਆ ਜਦੋਂ ਐਡੀ ਵੱਡੀ 6 ਮਹੀਨੇ ਲੱਗਦੇ ਆ ਤੇ ਸ਼ਰਟ ਆ ਜਾਂਦਾ ਗਾਜ਼ਾ ਤੋਂ ਪਹਿਲਾਂ ਇਜਿਪਟ ਤੋਂ ਪਹਿਲਾਂ ਹਾਂ ਸੌਰੀ ਆਪਾਂ ਪਿੱਛੇ ਲੈ ਕੇ ਜਾ ਰਹੇ ਹਾਂ ਥੋੜਾ ਜਿਹਾ ਕਿਉਂਕਿ ਫਿਰ ਉਦੋਂ ਡਾਰੀਸ 3 ਜਿਹੜਾ ਬੈਟਲ ਆਫ ਈਸਸ ਚ ਹਾਰ ਜਾਂਦਾ ਪਰ ਜਨਪਾਇਰ ਦਾ ਰਾਜਾ ਉਹ ਇਹਨੂੰ ਆਫਰ ਭੇਜਦਾ ਇੱਕ ਉਹ ਭੇਜਦਾ ਹੈ ਕਿ 30000 ਟੈਲੈਂਟਸ ਹੁਣ ਟੈਲੈਂਟਸ ਕੀ ਹੁੰਦੇ ਆ ਟੈਲੈਂਟ ਕਹਿੰਦੇ 26 ਕਿਲੋ ਦਾ ਇੱਕ ਟੈਲੈਂਟ ਵਜਦਾ ਸੀ ਮੈਜ਼ਰਮੈਂਟ ਹੈ ਇੱਕ 26 ਕਿਲੋ ਸਿਲਵਰ ਦਾ 26 ਕਿਲੋ ਚਾਂਦੀ ਦਾ ਇੱਕ ਟੈਲੈਂਟ ਵਾਈਦਾ ਸੀ ਤੇ 30000 ਟੈਲੈਂਟ ਉਹਨੇ ਕਿਹਾ ਸੀ ਕਿ 30000 ਟੈਲੈਂਟ ਦੇਣਾ ਕਹਿੰਦੇ ਉਹ ਅੱਜ ਦੇ ਹਿਸਾਬ ਨਾਲ ਹੁਣ ਮੈਂ ਕਿਤੇ ਪੜ੍ਹੇ ਸੀਗਾ ਹਨਾ ਪਰ ਐਕੂਰੇਟ ਹੈ ਕਿ ਨਹੀਂ ਉਹ ਕਹਿੰਦੇ 45 ਬਿਲੀਅਨ ਡਾਲਰ ਬਣਦੇ ਆ ਉਹ ਟਾਈਮ ਦੇ ਵਿੱਚ ਉਹਨੇ ਰਜਾਮੰਦੀ ਵੀ ਆਪਾਂ ਤੇ ਆਪਦੀ ਕੁੜੀ ਦਾ ਹੱਥ ਵੀ ਦਿੱਤਾ ਕਿ ਅਦਾ ਐਂਪਾਇਰ ਵੀ ਦੇ ਕਹਿੰਦਾ ਸੀ ਹਾਂ ਹਾਂ ਤਾਂ ਐਂਪਾਇਰ ਵੀ ਕਹਿੰਦੇ ਜਦ ਤੱਕ ਹੁਣ ਜਿੱਤਿਆ ਤੂੰ ਤੂੰ ਇਧਰ ਲੀਆਂ ਟ੍ਰੈਕਟਰੀਆਂ ਆਪਦੀਆਂ ਰੱਖ ਲੈ ਤਾਂ ਇਹ ਕਹਿੰਦਾ ਵੀ ਨਾ ਇਹਨੂੰ ਐ ਸੀ ਵੀ ਵੀ ਜਾਣ ਆਇਆ ਹੋਈ ਹੁਣ ਤੱਕਾਂ ਸਾਰੀ ਜਿਤਨੀ ਆ ਹਣ ਤੁਸੀਂ ਉੱਤੇ ਹੰਗਰ ਤਾਂ ਹੀ ਇੱਥੇ ਆਪਾਂ ਹੁਣ ਥੋੜੀ ਗੱਲ ਪਾਸੇ ਹੱਟ ਤੇ ਲੈ ਜੰਨੇ ਆ ਨਾ ਮਾਡਰਨ ਹਿਸਟੋਰੀਅਨ ਇਹਨੂੰ ਟਾਇਰੈਂਟ ਤੇ ਹੀਰੋ ਵਾਲਾ ਵੀ ਆਪਾਂ ਗਾਹ ਗੱਲ ਡਿਸਕਸ ਕਰਾਂਗੇ ਲਾਸਟ ਤੇ ਇੱਥੋਂ ਹੀ ਆਉਂਦਾ ਇਹ ਇਹ ਚੀਜ਼ ਕਿ ਇਹ ਪਾਵਰ ਹੰਗਰੀ ਸੀਗਾ ਮਾਡਰਨ ਹਿਸਟੋਰੀਅਨ ਆਇ ਲਾਉਂਦੇ ਆ ਕਿ ਇਹ ਬੰਦਾ ਇਹਨੂੰ ਆਇ ਸੀਗਾ ਕਿ ਹਣਾ ਡੈਰੀਅਸ 3 ਨੇ ਇੰਨੇ ਆਫਰ ਵੀ ਦਿੱਤੇ ਇਹਨੂੰ ਪਰ ਇਹਨੂੰ ਆਇ ਸੀਗਾ ਕਿ ਵੀ ਹੁਣ ਤਾਂ ਚੱਲਿਆ ਹੀ ਆ ਮੈਂ ਵੀ ਹੁਣ ਤਾਂ ਜਾਊਂਗਾ ਅੱਗੇ ਤਾਂ ਹੀ ਵੀ ਹੁਣ ਤਾਂ ਮੈਂ ਸਾਰਾ ਹੀ ਕਨਕਰ ਕਰੂੰਗਾ ਤਾਂ ਆਪਾਂ ਅੱਗੇ ਅੱਗੇ ਵੀ ਗ ਕੇ ਕੇਜਾ ਰਾਜਾ ਜੀ ਹਾਂ ਇੱਥੇ ਇੱਕ ਇੱਕ ਹੋਰ ਚੀਜ਼ ਵੀ ਹੋਈ ਸੀਗੀ ਇੱਥੇ ਲਾਈਕ ਜਦੋਂ ਬੈਟਲ ਆਫੀਸਸ ਹੋ ਗਈ ਸੀਗੀ ਤਾਂ ਉਥੋਂ ਦੀਆਂ ਜਿਹੜੀਆਂ ਇਹਦੀ ਮਾਂ ਸੀਗੀ ਡੈਰੀਅਸ ਦੀ ਤੇ ਰਾਣੀਆਂ ਸੀਗੀਆਂ ਲਾਈਕ ਭੈਣਾਂ ਸੀਗੀਆਂ ਹੋਰ ਇਹਨੇ ਉਹਨਾਂ ਨੂੰ ਆਹਦੇ ਨਾਈਸਲੀ ਟਰੀਟ ਕੀਤਾ ਬਿਲਕੁਲ ਵੀ ਉਹਨਾਂ ਨੂੰ ਪੂਰੀ ਰਿਸਪੈਕਟ ਨਾਲ ਹਨਾ ਤੇ ਉਹ ਨਾਲ ਸੀਗੀਆਂ ਇਹਦੇ ਉਹਦੇ ਜਵਾਗਦੇ ਉਹਦੀ ਘਰ ਵਾਲੀ ਹਾਂ ਉਥੋਂ ਆਪਾਂ ਨੂੰ ਇਹਦੇ ਕੈਰੈਕਟਰ ਬਾਰੇ ਪਤਾ ਲੱਗਦਾ ਹਨਾ ਆਪਾਂ ਇਹਨੂੰ ਕਹਿ ਦਿੰਦੇ ਹਾਂ ਨਾ ਟਾਇਰੈਂਟ ਜਾਂ ਹੀਰੋ ਹਾਲਾਂਕਿ ਇਹਨੇ ਮਾਰੇ ਵੀ ਬਹੁਤ ਸੀ ਲੋਕ ਹੈ ਨਾ ਤੇ ਪਰ ਇੱਕੇ ਤਨਾਂ ਕਿਤੇ ਇਹਦੇ ਵਿੱਚ ਮੈਨੂੰ ਲੱਗਦਾ ਬਨੇਵਲੈਂਸ ਵੀ ਸੀਗੀ ਕਾਈਂਡਨੈਸ ਵੀ ਸੀਗੀ ਵੀ ਇਹਨੇ ਉਹਦੇ ਦੁਸ਼ਮਨ ਦੇ ਰਾਜੇ ਦੇ ਉਹਨਾਂ ਦੀਆਂ ਭੈਣਾਂ ਨੂੰ ਤੇ ਉਹਨਾਂ ਦੀ ਮਾਂ ਨੂੰ ਉਹਨਾਂ ਨੂੰ ਰਿਸਪੈਕਟਫੁਲੀ ਟਰੀਟ ਕੀਤਾ ਇਹਨੇ ਤੇ ਇਵਨ ਡੈਰੀਅਸ ਦੇ ਕੁੜੀਆਂ ਨਾਲੇ ਨੇ ਵਿਆਹ ਵੀ ਕਰਾਇਆ ਬਾਅਦ ਚੋਂ ਤੇ ਉਹ ਆਪਾਂ ਅੱਗੇ ਡਿਸਕਸ ਕਰਾਂਗੇ ਹਨਾ ਵੀ ਕਿਉਂਕਿ ਉਦੋਂ ਪੋਲਿਟੀਕਲ ਮੈਰਿਜਸ ਹੁੰਦੀਆਂ ਸੀਗੀਆਂ ਜਿਵੇਂ ਕਈ ਸਿਟੀਜ਼ ਜਿੱਤ ਦਾ ਵੀ ਸੀਗਾ ਤਾਂ ਕਈ ਵਾਰ ਜਿਹੜੇ ਸਰੈਂਡਰ ਵੀ ਕਰਦੇ ਸੀ ਤਾਂ ਉਹਨਾਂ ਨੂੰ ਵੀ ਦੇ ਹੀ ਦਿੰਦਾ ਸੀਗਾ ਕਿ ਤੁਸੀਂ ਰੱਖ ਲਓ ਹਾਂ ਆਪਣੀ ਸੈਟਰਾ ਬਣਾਇਆ ਹਾਂ ਆਪਦੀ ਸੈਟਰਾ ਤੁਸੀਂ ਰੱਖ ਲਓ ਇਟਸ ਓਕੇ ਤੁਸੀਂ ਹੈਡ ਉਹ ਤੇ ਉਦੋਂ ਜਦੋਂ ਇਹ ਸਭ ਚੱਲ ਰਿਹਾ ਸੀਗਾ ਬੈਟਲ ਜਿਹੜੀ ਆਪਾਂ ਅੱਗੇ ਤੱਕ ਦੀ ਬੈਟਲ ਜਦੋਂ ਟਾਇਰ ਦੀ ਲੜਾਈ ਤੋਂ ਬਾਅਦ ਚ ਗਾਜ਼ਾ ਤੋਂ ਬਾਅਦ ਇਹਨਾਂ ਨੇ ਥੋੜੀ ਰੈਸਟ ਹਾਂ ਇਜਿਪਟ ਤੋਂ ਬਾਅਦ ਹਾਂ ਉਸ ਤੋਂ ਬਾਅਦ ਉਦੋਂ ਨਾ ਇਹ ਰੈਸਟ ਥੋੜੀ ਰੈਸਟੋਰੇਟ ਵੀ ਕਰਵਾਈ ਇਹਨਾਂ ਦੀ ਤੇ ਪਰ ਇਹਨਾਂ ਨੂੰ ਉਦੋਂ ਪਤਾ ਨਹੀਂ ਸੀ ਨਾ ਵੀ ਡੈਰੀਅਸ ਦੁਬਾਰੇ ਚੱਲ ਪਿਆ ਵੀ ਦੁਬਾਰੇ ਆਰਮੀ ਇਕੱਠੀ ਕਰਨ ਲੱਗ ਗਿਆ ਤੇ ਉਦੋਂ ਜਿਹੜਾ ਕਿੰਗ ਐਗੇਸ ਸੀਗਾ ਕਿੰਗ ਐਗੇਸ ਆਫ ਸਪਾਰਟਾ ਸਪਾਰਟਾ ਦਾ ਜਿਹੜਾ ਰਾਜਾ ਸੀ ਉਸ ਟਾਈਮ ਤੇ ਉਹਨੇ ਪਿੱਛੇ ਬਗਾਵਤ ਸ਼ੁਰੂ ਕਰਤੀ ਉਹਨੇ ਬੰਦੇ ਇਕੱਠੇ ਕਰਕੇ ਮੈਸੋਡੋਨੀਆ ਤੇ ਅਟੈਕ ਕਰਨ ਲੱਗ ਗਿਆ ਤੇ ਤੇ ਫਿਰ ਸਿਕੰਦਰ ਨੇ ਜਿਹੜਾ ਦਰ ਉਹ ਸੀਗਾ ਐਂਟੀਬੈਟਰ ਐਂਟੀਬੈਟਰ ਨੂੰ ਉੱਥੇ ਸੀਗਾ ਗ੍ਰੀਕ ਦੇ ਵਿੱਚ ਉਹ ਜਿਹੜੇ ਉਹ ਹੋਰ ਲੈਵਲ ਉੱਠਦੇ ਸੀਗੇ ਉਹਨਾਂ ਨੂੰ ਕਰ ਰਿਹਾ ਸੀ ਮਤਲਬ ਕੰਟਰੋਲ ਤੇ ਉਹਨੂੰ ਮੈਸੇਜ ਭੇਜਿਆ ਉਹ ਜੋ ਗਿਆ ਸੀਗਾ ਮੈਗਲੋਪੋਲਿਸ ਬਿਲਕੁਲ ਥੈਸਲੀ ਦੇ ਨਾਲ ਆ ਉੱਥੇ ਲੜਾਈ ਹੋਈ ਸੀ ਉੱਥੇ ਕਿੰਗ ਆ ਕਿਸ ਨੂੰ ਹਰਾ ਗਿਆ ਹਰਾ ਗਿਆ ਸੀ ਪਤਨੀ ਮਾਰ ਕੇ ਕਹਿੰਦੇ ਬਹੁਤ ਤਕੜੀ ਲੜਾਈ ਲੜਿਆ ਸੀ ਉਹ ਵੀ ਹਾਂ ਉਦੋਂ ਜਦੋਂ ਰਿਯੂਮਰ ਉੱਡ ਗਏ ਸੀ ਹਨਾ ਕਿ ਕਿੰਗ ਆ ਕਿਸ ਨੇ ਬਗਾਵਤ ਕਰਦੀ ਉੱਥੇ ਉੱਥੇ ਕਹਿੰਦੇ ਇਹਨੇ ਫਿਰ ਜਦੋਂ ਸੀਜ਼ ਆਫ ਟਾਇਰ ਕੀਤਾ ਸੀ ਹਨਾ ਇਹਨੇ ਸੀਜ਼ ਆਫ ਟਾਇਰ ਇੱਕ ਪਤਾ ਨਹੀਂ ਸ਼ਹਿਰ ਦਾ ਨਾਮ ਸੀਗਾ ਉਹਨਾਂ ਕੋਲੇ ਬਹੁਤ ਨੇਵਲ ਫਲੀਟ ਬਹੁਤ ਤਗੜੇ ਸੀ ਹਨਾ ਉਹਨਾਂ ਕੋਲੇ ਸ਼ਿਪ ਸੀ ਬਹੁਤ ਤਗੜੇ ਹਾਂ ਤੇ ਜਿੱਥੇ ਇਹਨਾਂ ਨੇ ਟਾਇਰ ਵਾਲਿਆਂ ਕੋਲੇ ਵੀ ਬੜੇ ਸ਼ਿਪ ਸੀਗੇ ਤੇ ਉਹ ਮਤਲਬ ਉਹਨਾਂ ਤੋਂ ਪਹਿਲਾਂ ਜਿੱਤ ਕੇ ਆਇਆ ਸੀ ਉਹਨਾਂ ਨੂੰ ਇਹ ਉਹਨਾਂ ਤੋਂ ਸ਼ਿਪ ਲਏ ਜੀ ਇਹਨੇ ਅਲੈਕਸੈਂਡਰ ਨੇ ਉਹ ਸੀਜ ਆਫ ਟਾਇਰ ਕਰਨ ਵਾਸਤੇ ਕਿਲਾ ਭੇਦਨ ਵਾਸਤੇ ਤਾਂ ਉਹ ਸ਼ਿਪ ਇਹਨੇ 100 ਸ਼ਿਪ ਭੇਜਿਆ ਸੀ ਸਪਾਰਟਾ ਵੀ ਇੱਥੋਂ ਜਾਓ ਵੀ ਜਾਓ ਹਾਂ ਵੀ ਤੁਸੀਂ ਵੀ ਹਾਂ ਹੈਲਪ ਕਰੋ ਜਾ ਕੇ ਹੈਲਪ ਕਰੋ ਵੀ ਉਹ ਤੇ ਉਹ ਪਰ ਆਪਾਂ ਬਾਅਦ ਚ ਦੱਸਾਂਗੇ ਵੀ ਉਹਦਾ ਉਹਦਾ ਜਿਹੜਾ ਖਤਮ ਬਾਅਦ ਚ ਹੋਇਆ ਉਹ ਗਵਾਗਾ ਮਹਲਾ ਤੋਂ ਬਾਅਦ ਚ ਜਦੋਂ ਏ ਫਾਈਨੈਂਸ਼ੀਅਲ ਬਹੁਤ ਵਧੀਆ ਹੋ ਗਿਆ ਫਿਰ ਇਹਨੇ ਇਥੋਂ ਪੈਸੇ ਭੇਜੇ ਉੱਥੇ ਹਾਂ ਕਿ ਵੀ ਉੱਥੇ ਮਸਲਦੋ ਹਣ ਜਿਹੜੇ ਵੀ ਆਗੇ ਆ ਵੀ ਆਰਮੀ ਤੁਸੀਂ ਜੋ ਵੀ ਲੈਣਾ ਹਨਾ ਹੁਣ ਤੁਸੀਂ ਵੇਖੋ ਵੀ ਇੱਥੇ ਬਾਹ ਦੋ ਸਾਰੇ ਜਿਹੜੇ ਜਿਹੜੇ ਉੱਠੇ ਵੇ ਇੱਥੇ ਉਹ ਬਿਕੋਜ਼ ਮਗਰ ਇਹ ਤਾਂ ਹੁਣ ਪਰਸ਼ੀਆ ਬਚਾਇਆ ਹੋਇਆ ਸੀਗਾ ਤੇ ਮਗਰ ਇਹਦਾ ਰਾਜ ਭਾਗ ਮੈਸੇਡੋਨੀਆ ਦਾ ਉਹ ਐਂਟੀਪੀਟਰ ਵੀ ਵੇਖ ਰਿਹਾ ਸੀਗਾ ਨਾ ਤੇ ਉਹਨੇ ਹੀ ਬਾਅਦ ਚ ਸਪਾਰਟਨਸ ਨੂੰ ਜਾ ਕੇ ਨੱਥ ਪਾਈ ਹਨਾ ਆਓ ਫਿਰ ਇਹ ਆਹ ਜਦੋਂ ਆਹ ਗੱਲ ਕਰਕੇ ਫਿਰ ਇਹ ਪਿਛੋ ਟਾਇਰ ਤੋਂ ਅੱਗੇ ਨੂੰ ਨਹੀਂ ਗਿਆ ਸੌਰੀ ਏਜੀਪਟ ਤੋਂ ਪਿੱਛੇ ਨੂੰ ਮੁੜਿਆ ਸੀ ਵਾਪਸ ਹਾਂ ਦੁਬਾਰਾ ਲਾਵਾਂਗੇ ਸਾਰਾ ਮੈਂ ਆਪ ਲਾਵਾਂਗੇ ਕਿੱਧਰੋਂ ਅਲੈਗਜ਼ੈਂਡਰ ਆਇਆ ਕਿੱਧਰ ਨੂੰ ਗਿਆ ਪਰਸਪੈਕਟਿਵ ਚ ਪਾਉਣ ਵਾਸਤੇ ਤੇ ਫਿਰ ਡੈਰੀਅਸ ਵੱਲ ਨੂੰ ਹੋ ਲਿਆ ਨਾ ਪਿੱਛੇ ਹਾਂ ਤੇ ਉਦੋਂ ਉਦੋਂ ਬਾਅਦ ਮੇਜਰ ਬੈਟਲ ਆ ਜਾਂਦੀ ਹੈ ਨਾ ਫਿਰ ਬੈਟਲ ਆਫ ਗੋਗ ਮੈਲਾ 300 ਕਰਕੀ ਦੇ ਵਿੱਚ ਇੱਕ ਥੋੜਾ ਜਿਹਾ ਮੈਂ ਡਰਾਮੈਟਿਕ ਵੀ ਜਦੋਂ ਰੈਸਟ ਲੈ ਰਹੇ ਸੀ ਕਹਿੰਦੇ ਵੀ ਇਹ ਹੋ ਸੀਗਾ ਕਿ ਰੈਸਟ ਸੀ ਜਿਹੜੀ ਇਹਨਾਂ ਦੀ ਸ਼ਾਂਤੀ ਉਹ ਸੀ ਬਹੁਤ ਵੱਡੇ ਤੂਫਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਸੀਗੀ ਕਿਉਂਕਿ ਕਹਿਣ ਦਾ ਭਾਵ ਇਹ ਹੈ ਕਿ ਬਹੁਤ ਵੱਡੀ ਬੈਟਲ ਸੀਗੀ ਜਿੰਨੀ ਆਰਮੀ ਉਹ ਹਰਾ ਕੇ ਆਏ ਸੀ ਉਸ ਤੋਂ ਵੀ ਵੱਡੀ ਆਰਮੀ ਫੇਸ ਕਰਨ ਲੱਗੇ ਸੀਗੇ ਉਹ ਅੱਗੇ ਇੱਕ ਮੈਨੂੰ ਹੋਰ ਚੀਜ਼ ਬੜੀ ਫੈਸੀਨੇਟ ਕੀਤੀ ਕਿ ਜਦੋਂ ਉਹ ਹਾਲਾਂਕਿ ਤੁਸੀਂ ਥੋੜਾ ਅੱਗੇ ਡੀਪਲੀ ਡਿਸਕ੍ਰਾਈਬ ਕਰਿਓ ਕਿ ਜਦੋਂ ਗੋਆ ਦਾ ਮੇਲਾ ਵਾਲੀ ਬੈਟਲ ਅਗਲੀ ਬੈਟਲ ਹੋਈ ਅਗਲੀ ਲੜਾਈ ਹੋਈ ਤੇ ਉਹਨੂੰ ਕਿਉਂਕਿ ਡੈਰੀਅਸ ਨੂੰ ਲੱਗਿਆ ਕਿ ਹਾਂ ਮੈਂ ਪਿੱਛੇ ਮੈਨੂੰ maat ਪੈ ਗਈ ਉਹਨਾਂ ਚ ਪਹਾੜੀਆਂ ਚ ਮੇਤੋ ਸਹੀ ਨਹੀਂ ਲੜਿਆ ਗਿਆ ਤਾਂ ਮੈਨੂੰ ਪੱਧਰ ਜਗ੍ਹਾ ਚਾਹੀਦਾ ਕਿਉਂਕਿ ਆਰਮੀ ਹਨਾ ਵੀ ਤਕੜਾ ਮੇਰੀ ਆਰਮੀ ਵੱਧਦਾ ਤਾਂ ਮੈਨੂੰ ਓਬਵੀਅਸਲੀ ਬੈਨੀਫਿਟ ਹੋਊਗਾ ਤੇ ਮੈਨੂੰ ਉਹ ਗੱਲ ਦੇਖ ਲੈ ਬੜੀ ਅਜੀਬ ਲੱਗੀ ਵੀ ਇਹਨੇ ਆਪਦੀ ਲਈ ਆਪਦੀ ਜਿਹੜੀ ਸੀਗੀ ਆਰਮੀ ਆਪਦੀ ਫੌਜ ਸੀਗੀ ਸਾਰੀ ਹਨਾ ਉਹਦੇ ਤੋਂ ਪਹਿਲਾਂ ਉਹਨਾਂ ਨੇ ਵਿਚਾਰਿਆ ਨੇ ਆਪਦੀ ਜਗ੍ਹਾ ਪੱਦਰ ਕੀਤੀ ਸਾਰੀ ਆਪਦੇ ਲੜਨ ਵਾਸਤੇ ਤੇ ਫਿਰ ਉੱਥੇ ਆਪ ਆਪ ਹੀ ਮਰੇ ਉਹ ਪਹਣ ਹੁਣ ਉਹਨਾਂ ਕੋ ਸ਼ੁਰੂ ਕਰਦੇ ਪੱਦਰ ਪੱਦਰ ਕਿਉਂ ਕਿ ਸੌਰੀ ਮੈਂ ਧਿਆੜ ਕਰਨਾ ਚਾਹੁੰਗਾ ਹਾਂ ਉਹ ਪੱਦਰ ਤਾਂ ਹੀ ਪੱਦਰ ਤਾਂ ਵੀ ਕਰਾਈ ਸੀ ਕਿ ਨਾ ਬਿਕੋਜ਼ ਮੈਂ ਜਿਵੇਂ ਪਿਛਲੇ ਪੋਡਕਾਸਟ ਕਿਹਾ ਵੀ ਇਹ ਬੈਟਲਫੀਲਡ ਦੇ ਵਿੱਚ ਅਲੈਗਜ਼ੈਂਡਰ ਕਦੇ ਵੀ ਕੋਈ ਟੈਰਾਂ ਵਾਲੀ ਚੀਜ਼ ਨਹੀਂ ਯੂਜ਼ ਕਰਦਾ ਸੀਗਾ ਤੇ ਹਾਂ ਜਿਹੜੀ ਵਾਲੀ ਹਾਲਾਂਕਿ ਹਾਂ ਸੋ ਮੈਂ ਤੈਨੂੰ ਪਤਾ ਟੈਰਾਂ ਵਾਲੀ ਮੇਰੇ ਹਿਸਾਬ ਨਾਲ ਟਾਇਰ ਨਾਲ ਲਈ ਇਹ ਉਹਦੇ ਲਈ ਨਹੀਂ ਸੀ ਯੂਜ਼ ਕਰਦਾ ਕੋਈ ਚੀਜ਼ ਖਿੱਚਣ ਲਈ ਬੱਗੀਆਂ ਲਈ ਬੈਟਲ ਦੇ ਵਿੱਚ ਨਹੀਂ ਯੂਜ਼ ਕਰਦਾ ਸੀਗਾ ਬੈਟਲ ਜਦੋਂ ਲੜਾਈ ਯੁੱਧ ਚੱਲ ਰਿਹਾ ਹੁੰਦਾ ਬੈਟਲਸ ਦੇ ਵਿੱਚ ਤਾਂ ਕਈ ਹਥਿਆਰ ਵੀ ਸੀਗੇ ਜਿਹੜੇ ਡਾਇਡਸ ਵਰਗਿਆਂ ਨੇ ਬਣਾਏ ਸੀ ਡਰਾ ਬੈਗ ਬ੍ਰਿਜ ਜੇਬ ਉਹਨਾਂ ਦੇ ਟਾਇਰ ਸੀਗੇ ਉਹ ਮਤਲਬ ਉਹ ਮਤਲਬ ਸੀ ਕ੍ਰਾਫਟ ਦੇ ਹੋਣਗੇ ਹਾਂ ਸੀ ਕ੍ਰਾਫਟ ਦੇ ਵਿੱਚ ਜਦੋਂ ਕਿਲੇ ਤੋਂ ਲੋਦੀ ਲਾਉਂਦੇ ਆਉਣਗੇ ਉਹ ਉਦੋਂ ਹਾਂ ਪਰ ਜਿਹੜੀਆਂ ਇਹਦੀਆਂ ਮੇਜਰ ਬੈਟਲਸ ਹੋਈਆਂ ਵਾ ਬੈਟਲਸ ਦੇ ਵਿੱਚ ਕੋਈ ਵੀ ਇਹ ਆਪਦੀ ਟਾਇਰਾਂ ਵਾਲੀ ਚੀਜ਼ ਨਹੀਂ ਆ ਗਈ ਸੀ ਹਾਲਾਂਕਿ ਜਿਹੜੇ ਡੈਰੀਅ ਸੀਗਾ ਡੈਰੀਅਸ ਨੇ ਲੈਂਡ ਪੱਧ ਨਾ ਨਹੀਂ ਜਣਾ ਵੀ ਜੇ ਉੱਚਾ ਨੀਵਾ ਥਾਂ ਹੁੰਦਾ ਸੀਗਾ ਤਾਂ ਫਿਰ ਉਹ ਸਹੀ ਨਹੀਂ ਚੱਲਣੇ ਸੀਗੇ ਆਪਾਂ ਜਦੋਂ ਰੱਥਾਂ ਦੇ ਸਾਈਡਾਂ ਤੇ ਬਲੇਡ ਵੀ ਲੱਗੇ ਹੋਏ ਸੀਗੇ ਥੋੜਿਆ ਜੀਓਗ੍ਰਾਫੀਕਲ ਦਿਖਾ ਦਿੰਦਾ ਦੱਸਦੀ ਹਣਾ ਯੂਫ੍ਰੇਟਿਸ ਰਿਵਰ ਸੀਗਾ ਹਣਾ ਇਹਨਾਂ ਨੇ ਯੂਫ੍ਰੇਟਿਸ ਰਿਵਰ ਪਾਰ ਕਰਨਾ ਸੀ ਜਦੋਂ ਈਸਟ ਨੂੰ ਤੁਰ ਪਿਆ ਉਹ ਚ ਰੈਸਟ ਕਰਕੇ ਹਣਾ ਦੇਖ ਰਹੇ ਆ ਜਦੋਂ ਯੂਫ੍ਰੇਟਿਸ ਰਿਵਰ ਨੂੰ ਪਾਰ ਕਰਨ ਲੱਗਿਆ ਉਦੋਂ ਇੱਕ ਉਹਦਾ ਮਜ਼ਹਿਸਨਾ ਦਾ ਬੰਦਾ ਸੀ ਜਿਹੜਾ ਉਹਦਾ ਸੈਟਰਾਪ ਸੀਗਾ ਡੈਰੀਸ 3 ਦਾ ਹਣਾ ਉਹ 3000 ਬੰਦਾ ਲੈ ਕੇ ਨਿਗਰ ਰੱਖ ਰਿਹਾ ਸੀ ਹਣਾ ਜਿੱਥੇ ਜਿੱਤੇ ਐਕਸਲ ਰਾਗੇ ਸੀਗੇ ਉਹ ਰਾਂਗ ਤੁਰਿਆ ਕੋਈ ਬੰਦੇ ਘਾਟ ਸੀ ਇਹਦੇ ਕੋਲੇ ਆਰਮੀ 40000 ਦੇ ਨੇੜੇ ਤੇ ਡੇ ਸੀ ਹਣਾ ਤਾਂ ਇਹਨੇ ਫਿਰ ਜਦੋਂ ਪਾਰ ਕੀਤੀ ਤਾਂ ਇਹਨੂੰ ਆਏ ਸੀਗਾ ਕਿ ਕਿਤੇ ਇਹਨੇ ਫੜੇ ਸੀ ਜਿਹੜੇ ਬੰਦੇ ਪਿੱਛੋਂ ਉਹਨਾਂ ਚੋਂ ਇਹਨੇ ਪੁੱਛਿਆ ਪਰ ਜਿਹਨੂੰ ਕਿਸੇ ਨੂੰ ਕਿ ਕਿ ਤੈਨੂੰ ਕੀ ਲੱਗਦਾ ਵੀ ਕਿੱਥੇ ਗਿਆ ਹੋਊਗਾ ਦਾਰੀ ਇਸਤਰੀ ਕਿਉਂਕਿ ਦਾਰੀ ਇਸਤਰੀ ਇਕੱਠੇ ਕਰ ਰਿਆ ਸੀ ਬੰਦੇ ਆਪਦੇ ਦੁਆਰਾ ਕਿ ਵੱਡੇ ਬੈਟਲ ਵਾਸਤੇ ਕਿਉਂਕਿ ਪਰ ਜਨ ਅਪਾਇਰ ਜਦੋਂ ਆਪਾਂ ਸੋਚੀ ਆਪਾਂ ਗੱਲਾਂ ਕਰ ਰਹੇ ਹਾਂ ਨਾ ਇਰਾਨ ਮਿਡਲ ਈਸਟ ਸਾਰਾ ਏਸ਼ੀਆ ਉਹ ਜੇ ਇਜ਼ਸ ਚੋ ਹਰ ਕੇ ਉਹ ਸੌਰੀ ਗਰਾਨਿਕ ਗ੍ਰੈਨਿਕਸ ਤੋਂ ਹਰ ਕੇ ਇਸਸਸ ਦੇ ਵਿੱਚ ਆਇਆ ਫੇਰ 1 ਲੱਖ ਬੰਦਾ ਲੈ ਕੇ ਆਇਆ ਫੇਰ ਹੁਣ ਗਾਂ ਫੇਰ ਲੱਖ ਬੰਦਾ ਇਕੱਠਾ ਕਰ ਲਿਆ ਉਹਨੇ ਉਹਨਾਂ ਟਾਈਮ 'ਚ ਜਿਹਨਾਂ ਨੇ ਉਹਨੇ ਰੈਸਟ ਕੀਤੀ ਹਨਾ ਪਿੱਛੇ ਜਾ ਕੇ ਵੀ ਤਾਂ ਉਦੋਂ ਉਦੋਂ ਕਹਿੰਦੇ ਉਹ ਉਧਰੋਂ ਵਧੀਆ ਥਾਂ ਲੱਭ ਰਹੇ ਸੀਗੇ ਹਨਾ ਲੜਨ ਵਾਸਤੇ ਕਿਉਂਕਿ ਉਹਨੂੰ ਪਤਾ ਸੀ ਆ ਵੀ ਅਲੈਗਜ਼ੈਂਡਰ ਨਾਲ ਦੋ ਵਾਰੀ ਲੜਾਈ ਹੋ ਚੁੱਕੀ ਸੀ ਹਨਾ ਤਾਂ ਡਾਰੀਸ ਥਰੀ ਉਧਰ ਲੜ ਰਿਹਾ ਸੀ ਇਹਨੂੰ ਇਹਨੂੰ ਇਹਨਾਂ ਨੂੰ ਉਹ ਮਿਲੀ ਇੰਟੈਲੀਜੈਂਸ ਮਿਲੀ ਕਿ ਇਹ ਟਿਗਰਸ ਰਿਵਰ ਤੋਂ ਆਉਣਗੇ ਅੱਛਾ ਟਿਗਰਸ ਰਿਵਰ ਦੇ ਪਾਰ ਬੈਠ ਖੜਾ ਤੇ ਇਹ ਗਿਆ ਜਦੋਂ ਉੱਥੇ ਡਿਗਰੇ ਸਲੀਵਰ ਕੋਲੇ ਇਹ ਫਰਿਜ ਤੋਂ ਬਾਅਦ ਹਾਂ ਉੱਥੇ ਕੋਈ ਨਹੀਂ ਜੀਗਾ ਹਨ ਤੇ ਉਸ ਤੋਂ ਬਾਅਦ ਕਹਿੰਦੇ ਜਦੋਂ ਇਹ ਗਾਂਹ ਟੱਪਿਆ ਇਹ ਅਲੈਗਜ਼ੈਂਡਰ ਫੇਰ ਇਹਨੂੰ ਗਾਂਹ ਪਤਾ ਲੱਗਿਆ ਇਹਦੇ ਜਿਹੜੇ ਗਾਂਹ ਚ ਸਕਾਉਟ ਭੇਜਦਾ ਸੀ ਗਾਂਹ ਬੰਦੇ ਕੋੜਿਆਂ ਵਾਲੇ ਤਿੰਨ ਚਾਰ ਬੰਦੇ ਦੇਖਣਾ ਸੀ ਹਨ ਫੇਰ ਇਹਨੂੰ ਗਾਂਹ ਪਤਾ ਲੱਗਿਆ ਕਿ ਉਹ ਪੱਧਰ ਕਰੀ ਜਾਂਦੇ ਆ ਉੱਥੇ ਫੇਰ ਇਹਨਾਂ ਨੇ ਕਹਿੰਦੇ ਉਹ ਜਦੋਂ ਪੱਧਰ ਕਰੀ ਜਾਂਦੇ ਸੀ ਉਹਨਾਂ ਤੋਂ ਮਿਸ ਹੋ ਗਿਆ ਥੋੜਾ ਜਿਹਾ ਪਹਾੜ ਸੀਗੇ ਥੋੜੇ ਪਾਸੇ ਤੇ ਤਨ ਕਮੀਲ ਦੂਰ ਸੀ ਉਦੋਂ ਉੱਥੇ ਇਹਨਾਂ ਨੇ ਕੈਂਪ ਲਾ ਲਿਆ। ਥੇ ਜਿਆਦੇ ਲਗਨ ਹੋ ਗਏ ਪੱਦਰ ਕਰਨ ਚ। ਉੱਥੇ ਕੈਂਪ ਲਾ ਲਿਆ। ਅੱਛਾ ਪੱਦਰ ਕਹਿੰਦੇ ਜਿਵੇਂ ਜਿਵੇਂ ਹਸਨ ਦੱਸਿਆ ਕਿ ਹਰਥ ਸੀ ਇਹਨਾਂ ਕੋਲੇ। ਜਿਹੜੀ ਫੈਲੈਂਗਸ ਫਾਰਮੇਸ਼ਨ ਸੀਗੀ ਉਹ ਹੁਣ ਦੋ ਵਾਰੀ ਦੇਖ ਲਈ ਸੀ ਕਿੰਗ ਡੈਰੀਅਸ ਨੇ ਹਨਾ। ਫੈਲੈਂਗਸ ਫਾਰਮੇਸ਼ਨ ਨੂੰ ਭੇਦਣਾ ਬਹੁਤ ਔਖਾ ਸੀ ਹਨਾ। ਉਹਦੇ ਵਾਸਤੇ ਸਪੈਸ਼ਲੀ ਰਥਾਂ ਦੇ ਟਾਇਰਾਂ ਤੇ ਇਹਨਾਂ ਨੇ ਬਲੇਡ ਲਵਾਏ ਸੀ। ਬਾਹੂਬਲੀ ਸਟਾਈਲ ਤਲਵਾਰਾਂ ਜਿਵੇਂ ਐ ਕਰਕੇ ਕਹਣਾ ਵੀ ਬੇਜ ਦੀ ਕੱਢਾਂਗੇ ਲੱਤਾਂ ਮੜਦਾਂਗੇ ਜਾਂ ਕਿ ਜਿਵੇਂ ਵੀ ਜਿਵੇਂ ਵੀ ਮਟ ਪੜਾਂਗੇ ਹਾਂ ਦਿਸ਼ਾਉਂਦੇ ਜਾਵਾਂਗੇ। ਉਹ ਚੀਜ਼ ਕਰ ਪੱਧਰਾ ਕਰਵਾਇਆ ਤੁਸੀਂ ਰਾਜੇ ਦੀ ਪਾਵਰ ਦੇਖੋ ਹਨਾ ਵੀ ਆਪਾਂ ਜੋ ਕਹਨੇ ਆ ਕਿ ਕਿੱਧਰ ਲੱਗਦੇ ਆ ਪੈਸੇ ਆਪਾਂ ਹੁਣ ਟੈਕਸ ਦਾ ਆਪਾ ਸਵਾਲ ਕਰਦੇ ਆ ਕਿ ਸਾਡੀ ਗਵਰਨਮੈਂਟ ਟੈਕਸ ਕਿੱਧਰ ਵਰ ਜਾਂਦੇ ਆ ਤੇ ਉਦੋਂ ਰਾਜੇ ਉਹ ਕਹਿੰਦੇ ਵੀ ਪੱਧਰ ਕਰੋ ਇੱਥੇ ਬਣੇ ਕਿੰਨਾ ਥਾਂ ਸੀ ਹਨਾ ਉਹਨਾਂ ਨੂੰ ਗੁਆਗਾ ਮੇਲਾ ਦੇ ਵਿੱਚ ਜਿਹੜਾ ਪਿੰਡ ਸੀ ਹਨਾ ਉੱਥੇ ਮਿਲੀ ਉਹਨੂੰ ਥਾਂ ਵੀ ਇੱਥੇ ਪੱਧਰ ਕਰਾਂਗੇ ਉੱਥੇ ਜਦੋਂ ਕਹਿੰਦੇ ਆਰਮੀ ਆਪਾਂ ਥੋੜੇ ਅਲੈਗਜ਼ੈਂਡਰ ਦੀ ਵੀ ਮੈਂਟੈਲਿਟੀ ਦੀ ਗੱਲ ਕਰਦੇ ਆ ਇੱਥੇ ਹਨਾ ਅਲੈਗਜ਼ੈਂਡਰ ਵੀ ਕਹਿੰਦੇ ਉਦੋਂ ਜਦੋਂ ਇਹਨਾਂ ਨੇ ਕੈਂਪ ਲਾਇਆ ਉਹਨਾਂ ਨੇ ਨਿਗਾ ਰੱਖੀ ਦੋ ਤਿੰਨ ਦਿਨ ਅਲੈਗਜ਼ੈਂਡਰ ਹਾਲਾਂਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਬਹੁਤ ਬੰਦੇ ਆਦੇ ਕੋਲੇ ਤੇ ਜਦੋਂ ਆਰਮਰ ਦੇਖੇ ਉਹਨਾਂ ਦੇ ਮਥਿਆਰ ਦੇਖੇ ਈਵਨ 15 ਹਾਥੀ ਵੀ ਸੀਗੇ ਕਹਿੰਦੇ ਉਹ ਟਾਈਮ ਦੇ ਹੁਣ ਵਿੱਚ ਇਹ ਸੋਰਸ ਮਤਲਬ ਡਿਫਰ ਕਰਦੇ ਆ ਕਈ ਕਹਿੰਦੇ ਆ ਕਿ ਇੰਡੀਅਨ ਕੈਵਲਰੀ ਆਈ ਸੀਗੀ ਇੰਡੀਅਨ ਕੋਰਸਵਾਰ ਆਏ ਸੀਗੇ ਥੋੜੇ ਡਾਇਰੈਕਸ਼ਨ ਨੂੰ ਹੈਲਪ ਕਰਨ ਵਾਸਤੇ ਕਿਉਂਕਿ ਉਹਨਾਂ ਦੀ ਹੋਊਗੀ ਉਧਰਲੇ ਪਾਸੇ ਰਾਜਾ ਤੇ ਉਹਦੇ ਨਾਲ ਹਾਥੀ ਵੀ ਸੀਗੇ 15 ਨਾ ਕਹਿੰਦੇ ਇਹਨੇ ਦੇਖ ਕੇ ਘਬਰਾਇਆ ਵਿਆ ਸੀ ਥੋੜਾ ਜਿਹਾ ਇਹ ਕਿਹਾ ਜਾਂਦਾ ਹੁਣ ਇਹਦਾ ਅਲੈਗਜ਼ੈਂਡਰ ਜਾਂ ਉਦੋਂ ਦਾ ਟਾਈਮ ਹੀ ਪਤਾ ਹੋਊਗਾ ਨਾ ਪਰ ਕਹਿੰਦੇ ਫਿਰ ਕਿਉਂਕਿ ਪਰਮੇਨੀਓ ਨੇ ਆਏ ਕਿਹਾ ਸੀ ਕਿ ਵੀ ਰਾਤ ਨੂੰ ਅਟੈਕ ਕਰਦੇ ਹਾਂ ਨਾ ਇਹ ਕਹਿੰਦਾ ਵੀ ਰਾਤ ਨੂੰ ਨਹੀਂ ਸਵੇਰੇ ਕਰਾਂਗੇ ਕਹਿੰਦਾ ਵੀ ਇਹ ਉਦੋਂ ਫਿਰ ਇਹ ਐਂ ਕਹਦਾ ਸੀ ਵੀ ਆਪਾਂ ਹਾਲਾਂਕਿ ਇਹਨੂੰ ਪਤਾ ਸੀ ਕਿ ਉਹਦੇ ਕੋਲੇ ਬੰਦੇ ਜ਼ਿਆਦਾ ਮੇਰੇ ਕੋਲੇ ਘੱਟ ਆ ਤਾਂ ਵੀ ਕਹਿੰਦੇ ਰਾਤ ਨੂੰ ਜਾਗਦਾ ਰਿਹਾ ਫਿਰ ਇਹ ਜਾਗਦਾ ਕਿਉਂ ਰਿਹਾ ਐ ਨਹੀਂ ਵੀ ਟੈਨਸ਼ਨ 'ਚ ਜਾਗਦਾ ਰਿਹਾ ਟੈਂਸ਼ਨ ਸੀਗੀ ਪਰ ਇਹ ਪਲਾਨ ਕਰੀ ਗਿਆ ਸਾਰਾ ਹਨਾ ਵੀ ਕਿਵੇਂ ਕਰਨਾ ਫਿਰ ਆਪਾਂ ਹਾਲੀਵੁੱਡੀ ਸਮਝਾਵਾਂਗੇ ਟੈਕਟਿਕਸ ਆਹ ਜਿਹੜਾ ਅਸਲੇ ਕਿਵੇਂ ਲੇਟ ਵੀ ਉੱਠਿਆ ਸੀ ਹਨਾ ਅੱਜ ਇੱਕ ਮਿੰਟ ਹਾਂ ਆਹ ਉਹ ਵੀ ਕਹਿੰਦੇ ਵੀ ਜਦੋਂ ਨੂੰ ਬੈਟਲ ਹੋਣੀ ਸੀਗੀ ਆਂਦੇ ਵੀ ਇਹਨੂੰ ਆਪਦੇ ਜਨਰਲਸ ਤੇ ਇੰਨਾ ਭਰੋਸਾ ਸੀਗਾ ਵੀ ਕੋਈ ਚੱਕਰ ਨਹੀਂ ਭਾਂਜ ਜਿੱਡੀ ਮਰਜ਼ੀ ਬੈਟਲ ਆ ਆਰਾਮ ਨਾਲ ਉੱਠਿਆ ਆਂਦੇ ਸਵੇਰ ਲੇਟ ਲੋਟ ਤੇ ਉਹ ਡੀਕੀ ਜਾਣ ਵੀ ਅਜੇ ਤਾਈ ਉੱਠਿਆ ਹੀ ਨਹੀਂ ਗਾ ਇਹ ਆਹ ਜਿਹੜੇ ਫੌਜਾਂ ਦੇ ਟੁਕੜੀਆਂ ਹੁੰਦੀਆਂ ਫੌਜਾਂ ਦੀਆਂ ਉਹਨਾਂ ਨੇ ਕਹਿੰਦੇ ਆਪਦੇ ਬ੍ਰੈਕਫਾਸਟ ਕਰਕੇ ਉਹਦੀ ਤੇ ਆਰਦੁਰ ਵੀ ਹੋਣ ਲੱਗ ਗਈ ਸੀ ਲੜਾਈ ਨੂੰ ਤੇ ਪਿਆ ਸੀ ਕਹਿੰਦੇ ਅਜੇ ਤੇ ਕਹਿੰਦੇ ਵੀ ਕੋਈ ਨਾ ਕਹਿੰਦਾ ਕੋਈ ਚੱਕਰ ਨਹੀਂ ਵੀ ਠੀਕ ਹੀ ਆ ਹਾਲਾ ਕਿ ਉਹ ਉਦੋਂ ਉਦੋਂ ਆਇਆ ਕਹਿੰਦਾ ਸੀ ਵੀ ਜਾਂ ਤਾਂ ਇਹ ਕਮਲ ਮਾਰਦਾ ਸੀ ਕਿਉਂਕਿ ਇਹਨੂੰ ਪਤਾ ਸੀ ਵੀ ਕੀ ਹੋਣ ਵਾਲਾ ਪਰ ਇਹਨੇ ਆਪ ਦਾ ਲਾਲੇ ਸਕੀਮ ਜਦੋਂ ਫਿਰ ਇਹ ਉੱਠਿਆ ਹਨਾ ਫਿਰ ਇਹ ਜਦੋਂ ਜਦੋਂ ਪੋਜੀਸ਼ਨ ਪੋਜੀਸ਼ਨਲ ਲਈਆਂ ਹਨਾ ਆਰਮੀਆ ਨੇ ਕਹਿੰਦੇ ਵਿਚਾਲੇ ਗੁਗਾ ਮੈਦਾਨ ਦਾ ਜਿਹੜੇ ਪੱਧਰ ਕੀਤੀ ਸੀ ਕਹਿੰਦੇ ਉਹਦੀ ਇੰਨੀ ਆਰਮੀ ਸੀ ਆਊਟ ਫਲੈਂਕ ਕਰਦੀ ਪਈ ਸੀਗੀ ਅਲੈਗਜ਼ੈਂਡਰ ਦੀ ਆਰਮੀ ਨੂੰ ਜਿਵੇਂ ਤੂੰ ਜਿਵੇਂ ਹੁਣ ਮੈਂ ਬਾਵਾ ਐ ਕਰ ਲਾਂ ਹਨਾ ਤੇ ਅਲੈਗਜ਼ੈਂਡਰ ਦੀ ਆਰਮੀ ਇੱ ਵੇ ਐਸੀ ਆਰਮੀ ਉਹਦੇ ਫਲੈਗ ਫਲੈਪ ਉਹਦੇ ਫੈਲੈਂਗਸੇ ਮਿਲਦਾ ਬਾਹਰ ਤੱਕ ਉਹਦੀ ਬਾਹਰ ਤੱਕ ਸੀ ਇੰਨੇ ਬੰਦੇ ਸੀ ਹਨਾ ਸੌਰੀ ਇੱਥੇ ਮੈਂ ਐਡ ਐਡ ਕਰਨਾ ਚਾਹੂੰਗਾ ਆਹਦੇ ਵੀ ਉਹਦੀ ਆਰਮੀਾਂ ਦੀ ਸਟ੍ਰੈਚ ਕਰਦੀ ਸੀ 6 ਕਿਲੋਮੀਟਰ ਲੰਬੀ ਇੰਨੀ ਲੰਬੀ ਉਹਦੀ ਲੈਂਥ ਵਿੱਚ ਸੀਗੀ ਲਾਈਕ 4 ਮਾਈਲ 4 ਮਾਈਲ ਕਹਿ ਦਈਏ ਆਹ ਵੀ ਪ੍ਰਸਪਰਟੀ ਚ 40000 ਬੰਦਾ ਤਾਂ ਅਲੈਗਜ਼ੈਂਡਰ ਕੋਲੇ ਵੀ ਸੀਗਾ 40000 ਬੰਦੇ ਅਲੈਗਜ਼ੈਂਡਰ ਸੀ ਇਹਦੇ ਕੋਲੇ ਲੱਖ ਡੇਢ ਲੱਖ ਹਨਾ ਮਤਲਬ ਹੋਰ حساب ਲਾ ਲਓ ਤੁਸੀਂ ਆਏ ਨੇ ਘੇਰਾ ਪਾਇਆ ਹੋਇਆ ਸੀ ਹਨਾ ਇਹਨੇ ਫਿਰ ਸਕੀਮ ਲਾਈ ਉੱਥੇ ਅਲੈਗਜ਼ੈਂਡਰ ਨੇ ਜਿਹੜਾ ਰਾਤ ਜਾਗਦਾ ਰਿਆ ਜਿਹੜੀ ਕੈਵਲਰੀਆਂ ਸੀਗੀਆਂ ਦੋਨੇ ਪਾਸੇ ਇਹਨਾਂ ਜਿਵੇਂ ਆਪਾਂ ਸਿੱਧੀ ਛੋਟੀ ਲੈ ਲੋ ਤੇ ਸਾਈਡਾਂ ਤੋਂ ਜਿਵੇਂ ਤੀਰ ਕਮਾਨ ਮੁੜੇ ਨਹੀਂ ਹੁੰਦੇ ਹਾਂ ਹੈਂਡਲ ਹੁੰਦੇ ਜਿਵੇਂ ਐ ਕਰਕੇ ਇਹਨੇ ਥੋੜੇ ਕਰਵ ਕਰਦੇ ਕਿ ਜੇ ਕੋਈ ਮੈਨੂੰ ਘੇਰ ਘੇਰਾ ਪਾਇਆ ਕਿਸੇ ਨੇ ਤੇ ਫਿਰ ਇਧਰੋਂ ਕਰ ਲਾਂਗੇ ਤੇ ਪਿੱਛੇ ਆਪਦੇ ਪਿੱਛੇ ਵੀ ਬੰਦੇ ਰੱਖੇ ਆਰਚਰ ਰੱਖੇ ਤੇ ਸਾਰੇ ਮਤਲਬ ਬੈਕਸ ਰੱਖੀ ਆਰਮੀ ਕੇ ਮਗਰੋਂ ਘੇਰਾ ਪਿਆ ਗਿਆ ਕਿ ਤੋਂ ਤਾਂ ਮਤਲਬ ਇਹ ਸਾਮਣਾ ਚੱਲੇ ਆ ਫਿਰ ਉਹ ਆਰਮੀ ਦੇ ਵਿੱਚ ਫਿਰ ਜਦੋਂ ਕਹਿੰਦੇ ਉਹਨੇ ਛੱਡੇ ਚਾਰੀਟ ਛੱਡੇ ਜਦੋਂ ਵੀ ਫੈਲੈਂਗਸ ਭੇਜ ਦੋ ਇਹਨਾਂ ਦੇ ਹਾਂ 3000 ਫਲੈਂਜੀਟਸ ਕਹਿੰਦੇ ਸੀਗੇ ਕਿ 300 200 ਚੈਰੀਟਸ ਸੀ ਉਹਦੇ ਕੋਲਾਂ ਦੇ 200 ਚੈਰੀਟਸ ਸੀਗੇ 3000 ਫਲੈਂਜੀਟ ਸੀਗੇ ਉਹਨਾਂ ਕੋਲੇ ਜਿਹੜੇ ਛੇਪ ਟੁਕੜੀਆਂ ਜੀ ਵੰਡੇ ਵੇ ਸੀ ਉਹੀ 30 40 ਤੋਂ 43000 ਬੰਦਾ ਸੀ ਇਹਨਾਂ ਕੋਲੇ ਤੇ ਉਹੀ ਖੱਬੇ ਪਾਸੇ ਪਰਮੀਨੀਓ ਸੱਜੇ ਪਾਸੇ ਅਲੈਗਜ਼ੈਂਡਰ ਆਪਦੀ ਕੰਪੈਨੀਅਨ ਨਾਲ ਉਧਰ ਥੈਸੇਲੀਅਨ ਕਾਵਲਰੀ ਹਨਾ ਉਹੀ ਗੱਲ ਫੇਰ ਕਿ ਉਧਰਲੇ ਪਾਸੇ ਹੀ ਜ਼ਿਆਦਾ ਫੇਰ ਹੈ ਕਿ ਨੁਕਸਾਨ ਹੋਣਾ ਸੀਗਾ ਕਿਉਂਕਿ ਇਹਦੇ ਕੋਲੇ ਵਿੱਚ ਹੁੰਦਾ ਪਲੋਟ ਹਨਾ ਕਹਿੰਦੇ ਜਦੋਂ ਇਹਨਾਂ ਨੇ ਚੈਰੀਟ ਛੱਡੇ 200 ਜਿਹਨਾਂ ਉੱਤੇ ਕਟਰ ਲੱਗੇ ਹੋ ਜਦੋਂ ਫੈਲਿੰਗਸ ਫਾਰਮੇਸ਼ਨ ਨਿਕਲ ਜਿਆ ਹਾਂ ਇਹਨਾਂ ਵਿੱਚ ਮਤਲਬ ਵਧੀਆ ਡਿਸਪਲਾਈਨਡ ਮਤਲਬ ਪਹਿਲਾਂ ਪ੍ਰੈਕਟਿਸ ਕੀਤੀ ਵੀ ਹੋਗੀ ਮੈਨੂੰ ਹਾਂ ਬਿਲਕੁਲ ਇਹਨਾਂ ਨੇ ਲੈਣਾ ਖੋਲਤੀਆਂ ਉਹ ਵੇਚਦੀ ਲਾਂਗੇ ਇਹਨਾਂ ਨੇ ਮਾਰਮੂਰ ਦਿੱਤੇ ਹਨ ਉਹ ਉਹ ਫੇਲ ਹੋ ਗਈ ਤਕਨੀਕ ਉਸ ਤੋਂ ਬਾਅਦ ਬਸ ਫਿਰ ਆਪਾਂ ਜਿਵੇਂ ਕਹਿੰਦੇ ਬਾਅਦ ਇਹਨਾਂ ਨੇ ਪਾ ਲਿਆ ਕੰਕੇਰਾ ਉਹ ਵੀ ਉਹ ਵੀ ਆਏ ਕਹਿੰਦੇ ਅੱਛਾ ਉਹਦੇ ਵਿੱਚ ਜਿਵੇਂ ਕਹਿੰਦੇ 6 ਕਿਲੋਮੀਟਰ ਲੰਬੀ ਸੀ ਹਨ ਅਲੈਗਜ਼ੈਂਡਰ ਨੇ ਉੱਥੇ ਸਕੀਮ ਕੀ ਲਾਈ ਅਲੈਗਜ਼ੈਂਡਰ ਆਫ ਦੀ ਕੰਪੈਨੀਅਨ ਨੂੰ ਲੈ ਕੇ ਜਿਹੜੇ ਆਪਦੇ ਕੋਲੇ ਹੋ ਸੀਗੇ ਕੋਟਸਵਾਰ ਸੀਗੇ ਤੇ ਬੰਦੇ ਸੀ ਸਾਰੇ ਲੈ ਕੇ ਉਧਰ ਨੂੰ ਭੱਜ ਪਿਆ ਸੱਜੇ ਪਾਸੇ ਨੂੰ ਬਹੁਤ ਪਰਾਂ ਲੰਘਿਆ ਅੱਗੇ ਦਾ ਕਾਂ ਪੈਰਲਲ ਬਹੁਤ ਪਰਾਂ ਲੰਘਿਆ ਹਾਂ ਸਟ੍ਰੈਚ ਕਰਨ ਲੱਗ ਗਿਆ ਹਾਂ ਤੇ ਉਹਦੇ ਨਾਲ 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 ਇਧਰਲਾ ਫਲੈਂਕ ਉਹਨਾਂ ਦਾ ਲੈਫਟ ਫਲੈਂਕ ਇਧਰ ਜਾਣ ਲੱਗਿਆ ਨਾ ਇਧਰ ਉਹਨਾਂ ਦਾ ਰਾਈਟ ਇਹਨਾਂ ਦਾ ਵਿਚਾਲਲਾ ਸੈਂਟਰ ਉਹ ਹੋ ਗਿਆ ਖੁੱਲ ਗਿਆ ਖੁੱਲ ਗਿਆ ਜਦੋਂ ਇਧਰ ਗਿਆ ਉੱਥੇ ਲੜਿਆ ਉਹਨਾਂ ਨਾਲ ਲੜ ਕੇ ਖਤਮ ਕਰਕੇ ਜਦੋਂ ਉਹਦਾ ਲੜਾਈ ਹੋ ਰਹੀ ਸੀ ਉਦੋਂ ਇਹਨਾਂ ਨੇ ਮੌਕਾ ਧੱਕਿਆ ਉਧਰੋਂ ਆਣੇ ਥੋੜੀ ਫੋਇਲ ਲਾ ਕੇ ਤੇ ਵਿਚਾਲ ਦੀ ਵੜ ਗਿਆ ਜਦੋਂ ਕਿਉਂਕਿ ਲੈਫਟ ਫਲੈਂਕ ਇਧਰ ਹੋ ਗਿਆ ਨਾ ਅਲੈਗਜ਼ੈਂਡਰ ਬੰਦੇ ਲੈ ਕੇ ਆਇਆ ਕਿਉਂਕਿ ਪਰਮੀਨੀਓ ਉਧਰ ਫਸ ਗਿਆ ਸੀ ਜਮਾ ਹਾਂ ਪਰਮੀਨੀਓ ਜਮਾ ਫਸ ਗਿਆ ਸੀ ਕਿਉਂਕਿ ਵੀ ਗੇ ਵੀ ਸੌਰੀ ਮੈਂ ਇੱਥੇ ਐਡ ਕਰਦਾ ਵਾਂ ਇਹਨੇ 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 ਸਟ੍ਰੈਚ ਇੱਕ ਆ ਵੀ ਰੀਜ਼ਨ ਸੀ ਨਾ ਸਟ੍ਰੈਚ ਲੰਮੀ ਲਈ ਜਾਂਦਾ ਸੀਗਾ ਆਪਦੀ ਰਾਈਟ ਸਾਈਡ ਜਿੱਥੇ ਖੜਦਾ ਹੁੰਦਾ ਸੀ ਨਾ ਅਲੈਗਜ਼ੈਂਡਰ ਇਹਨੂੰ ਸੀਗਾ ਵੀ ਮੈਂ ਇੱਥੇ ਜਿੱਥੇ ਜਿੱਥੇ ਇਹਨਾਂ ਨੇ ਪੱਧਰਾ ਕਰਾਇਆ ਪੱਧਰੇ ਗਰਾਊਂਡ ਦੀ ਬਜਾਏ ਉੱਚੇ ਨੀਵੇਂ ਥਾਂ ਤੇ ਲੈ ਜਾ ਤੇ ਕਿਉਂਕਿ ਉੱਥੇ ਇਹ ਨੂੰ ਸੀਗਾ ਵੀ ਮੇਰੇ ਕੋਲ ਐਡਵਾਂਟੇਜ ਹੋਊਗੀ ਮੇਰੇ ਕੋਲ ਕੈਵਲਰੀ ਹੈਗੀ ਹਨਾ ਜਾਂ ਨਹੀਂ ਕੈਵਲਰੀ ਤਾਂ ਉਹ ਨਹੀਂ ਸੀ ਉਹ ਵੀ ਉਹ ਬੈਸਸ ਸੀ ਜਿਹੜਾ ਬੈਸਸ ਨਾਲ ਇਹ ਲੜ ਰਿਹਾ ਸੀ ਉਦੋਂ ਉਹੀ ਹੈ ਨਾ ਇਹਨਾਂ ਦਾ ਸੈਂਟਰ ਵੀ ਉਹ ਹੋ ਗਿਆ ਸੀ ਨਾ ਇਹਨਾਂ ਦਾ ਸੈਂਟਰ ਉਹ ਹੋ ਗਿਆ ਸੀ ਅਨਗਾਰਡਨ ਹੋ ਗਿਆ ਸੀ ਹਾਂ ਤੇ ਇਹ ਪਰੇ ਨੂੰ ਲਿਜਾ ਕੇ ਹਨਾ ਉਹਨਾਂ ਦੇ ਹੁਣ ਉਹਨਾਂ ਦੀ ਆਰਮੀ ਵੀ ਆਪਾਂ ਦੱਸ ਦਿਆਂ ਨਾ ਉਹਨਾਂ ਨੇ ਵਿਚਾਲੇ ਹਨਾ ਚੈਰੀਟ ਲਾਏ ਹੋਏ ਸੀ ਤੇ ਡੈਰੀਅਸ ਵਿਚਾਲੇ ਸੀ ਤੇ ਉਹਨੂੰ ਇਮੋਰਟਲ ਪਰਸ਼ੀਅਨ ਇਮੋਰਟਲਸ ਆਰਮੀ ਬਹੁਤ ਤਕੜੀ ਮੰਨਦੇ ਸੀ ਹਨਾ ਉਹ ਗਾਰਡ ਕਰ ਰਹੀ ਸੀ ਤੇ ਆ ਇਧਰ ਉਹਦੇ ਲੈਫਟ ਸਾਈਡ ਤੇ ਬੇਸਸ ਸੀਗਾ ਤੇ ਦੂਜੇ ਪਾਸੇ ਇੱਕ ਉਹਨਾਂ ਦਾ ਹੋਰ ਮਜ਼ਾਇਸ ਸੀਗਾ ਮਜ਼ਾਇਸ ਸੀਗਾ ਮਜ਼ਾਇਸ ਸੀਗਾ ਹਾਂ ਉਹ ਮਜ਼ਾਇਸ ਨੇ ਪਰਮੇਨੀਉ ਨੂੰ ਫੇਸ ਕਰਨਾ ਸੀਗਾ ਬੇਸਸ ਨੇ ਅਲੈਗਜ਼ੈਂਡਰ ਨੂੰ ਫੇਸ ਕਰਨਾ ਸੀਗਾ ਤੇ ਡੈਰੀਅਸ ਵਿਚਾਲੇ ਸੀਗਾ ਤੇ ਹੁਣ ਬੇਸਸ ਆ ਜਿਹੜਾ ਉਹ ਵੀ ਉਹਨੂੰ ਜਦੋਂ ਵੇਖਿਆ ਵੀ ਅਲੈਗਜ਼ੈਂਡਰ ਤਾਂ ਪਰੇ ਨੂੰ ਹੀ ਭੱਜਿਆ ਜਾਂਦਾ ਹਨਾ ਤੇ ਉਹ ਵੀ ਡਰ ਦੇ ਮਾਰੇ ਵੀ ਮੈਨੂੰ ਘੇਰਾ ਨਾ ਪੈ ਜਾਏ ਉਹ ਵੀ ਪਰੇ ਨੂੰ ਜਾਣ ਲੱਗ ਗਿਆ ਉਹਨੂੰ ਕਵਰ ਕਰਨ ਲਈ ਤੇ ਉਦੋਂ ਸਕੀਮ ਲਾ ਗਿਆ ਨਾ ਅਲੈਗਜ਼ੈਂਡਰ ਕਿਉਂਕਿ ਉਦੋਂ ਫਿਰ ਬੇਸਿਸ ਜਦੋਂ ਪਰੇ ਗਿਆ ਤੇ ਡੈਰੀਅਸ ਦਾ ਲੈਫਟ ਸੈਂਟਰ ਐਕਸਪੋਜ਼ ਹੋ ਗਿਆ ਸੀਗਾ ਫਿਰ ਉੱਥੇ ਗੈਪ ਪੈ ਗਿਆ ਸੀਗਾ ਹੁਣ ਨਿਕਲ ਲੈ ਕੇ ਨਿਕਲ ਗਿਆ ਉਧਰ ਨੂੰ ਹਾਂ ਤੇ ਉਧਰ ਉਧਰ ਵਿਚਾਲ ਨੂੰ ਹੋ ਗਿਆ ਅਲੈਗਜ਼ੈਂਡਰ ਸਿੱਧਾ ਵਿਚਾਲ ਨੂੰ ਹੀ ਹੋ ਗਿਆ ਫਿਰ ਇਹਨਾਂ ਦੀ ਜਿਹੜੀ ਪੁਰਾਣੀ ਟ੍ਰੇਡਮਾਰਕ ਹੈ ਹੇਮਰ ਐਨਵਲ ਬਈ ਟਕ ਲਾ ਕੇ ਉੱਤੋਂ ਦੀ ਘੋੜੇ ਲੈ ਕੇ ਕਿਉਂਕਿ ਫੈਲੈਂਗਸ ਲਾ ਲੈਂਦੇ ਸੀ ਨਾ ਫੈਲੈਂਗਸ ਰੋਕ ਲੈਂਦੇ ਸੀ ਕਿ ਪੈਨ ਕਰ ਲੈਂਦੇ ਸੀ ਪਿੱਛੋਂ ਘੋੜੇ ਆ ਕੇ ਘੇਰਾ ਪਾ ਜਾਂਦਾ ਸੀਗਾ ਤਾਂ ਫਿਰ ਉੱਥੇ ਡੈਰੀਅਸ ਭਜਦਾ ਫਰਾਰ ਹੋ ਗਿਆ ਦੁ ਮਤਲਬ ਇਥੇ ਡੈਰੀਅਸ ਕੇਰਾ ਪੈਨ ਲੱਗ ਗਿਆ ਸੀਗਾ ਹਾਂ ਡੈਰੀਅਸ ਤਿੰਨ ਵਾਰੀ ਵੀ ਆਤਾ ਨਾ ਮਤਲਬ ਕਈ ਨੂੰ ਆਇ ਲੱਗੋ ਕਿ ਡੈਰੀਅਸ ਦੋ ਵਾਰ ਕੋਈ ਐਜਰ ਆ ਜਾ ਤਕੜਾ ਰਾਜਾ ਨਹੀਂ ਸੀ ਆਣਾ ਪਰ ਪਰ ਤੁਸੀਂ ਆਏ ਸਾਹ ਲੈ ਲਓ ਵੀ ਕਿਉਂਕਿ ਫੈਲੈਂਕਸ ਦਾ ਕੋਈ ਮੁਕਾਬਲਾ ਨਹੀਂ ਸੀ ਉਹ ਟਾਈਮ ਦੇ ਵਿੱਚ ਨਾ ਕਿ ਉਹ ਆਰਮੀ ਟੈਕਟਿਕਸ ਤਕੜੇ ਸੀਗੇ ਲੱਗਦਾ ਇੱਕ ਹੋਰ ਵੀ ਉਹ ਆ ਪਰਸਪੈਕਟਿਵ ਹੈ ਕਿ ਜਦੋਂ ਨਾ ਕਹਿੰਦੇ ਵੀ ਜਦੋਂ ਆ ਆ ਆਪਣਾ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਜਿਹੜੇ ਡੈਰੀਅਸ ਦੀ ਫੌਜ ਸੀਗੀ ਉਹ ਕਹਿੰਦੇ ਵੀ ਸਾਰੀ ਰਾਤ ਫਾਰਮੇਸ਼ਨਾਂ 'ਚ ਖੜੀ ਰਹੀ ਡਰ ਰਹੇ ਸੀਗੇ ਵੀ ਪਤ ਨਹੀਂ ਕਦੋਂ ਅਟੈਕ ਕਰ ਦੇਣ ਉਹਨਾਂ ਨੇ ਰੈਸਟੇ ਨਹੀਂ ਕੀਤੀ ਉਹ ਬੇ ਰੈਸਟੋ ਕੀ ਲੜੇ ਸੀਗੇ ਹਨਾ ਬਿਲਕੁਲ ਬਿਲਕੁਲ ਬੇਰਾਮੇ ਹੋ ਕੇ ਇੱਕ ਬਾਕੀ ਇਹ ਵੀ ਜਦੋਂ ਹਨਾ ਡੈਰੀਅਸ ਭੱਜਣ ਲੱਗ ਗਿਆ ਉਦੋਂ ਆਂਦੇ ਅਲੈਗਜ਼ੈਂਡਰ ਕੋਲ ਆਪਸ਼ਨ ਸੀਗਾ ਵੀ ਉਹਨੂੰ ਚੇਜ਼ ਕਰੇ ਚੇਜ਼ ਕੀਤਾ ਸੀ ਪਿੱਛੇ ਜੇ ਆਪਾਂ ਦੇਖੀਏ ਹਾਂ ਕੀਤਾ ਸੀ ਪਰ 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 ਉੱਥੇ ਪਰਮੀਨੀਓ ਬਚਾਉਣਾ ਸੀ ਆਊਟ ਨੰਬਰ ਹੋ ਰਿਹਾ ਸੀਗਾ ਪਰ ਵਾਪਸ ਆ ਗਿਆ ਸੀ ਫੇਰ ਹਾਂ ਤੇ ਉਹ ਵੀ ਫਿਰ ਉਹਨੂੰ ਉਹਨੂੰ ਡੈਰੀਅਸ ਨੂੰ ਛੱਡ ਕੇ ਫਿਰ ਇਹਨੇ ਆਪ ਆ ਕੇ ਪਰਮੇਨੀਉ ਨੂੰ ਬਚਾਇਆ ਹਣਾ ਤੇ ਫਿਰ ਉਹ ਤੁਹਾਨੂੰ ਸਾਰੇ ਭੱਜਣ ਲੱਗ ਗਏ ਸੀਗੇ ਪਰਸ਼ੀਅਨ ਸੀਗੇ ਕਿਉਂਕਿ ਡੈਰੀਅਸ ਹੀ ਭੱਜ ਗਿਆ ਜਦੋਂ ਹਾਂ ਉਹ ਫਿਰ ਉੱਥੇ ਵੀ ਜਿੱਤ ਪੂਰੀ ਤਗੜੀ ਜਿੱਤ ਹਾਸਲ ਕੀਤੀ ਇਹਨੇ ਹਾਂ ਤਾਂ ਜਿਹੜੀਆਂ ਕੈਜੂਐਲਟੀਆਂ ਆ ਉੱਥੇ ਉਹ ਵੇਰੀ ਕਰਦੀਆਂ ਹੁਣ ਉਹ ਕਈ ਤਾਂ ਕਹਿੰਦੇ ਵੀ ਹਜ਼ਾਰਾਂ ਚ ਮਰੇ ਹਨਾ ਵਿੱਚ ਇਹਦੇ ਹਜ਼ਾਰ ਘੋੜੇ ਹੀ ਮਰ ਗਏ ਸੀ ਜਾਂਦੇ ਅਲੈਗਜ਼ੈਂਡਰ ਦੇ ਤੇ ਪਰ ਉਹ ਆਪ ਇੰਨੇ ਰਿਲਾਇਬਲ ਜੇ ਨਹੀਂ ਲੱਗਦੇਗੇ ਹੁਣ ਕਈ ਥਾਵਾਂ ਤੇ ਤਾਂ ਕਿਹਾ ਵੀ ਉਸ ਇਹਦੀ ਆਰਮੀ ਸਿਰਫ 400 500 ਬੰਦੇ ਹੀ ਮਰੇ ਆਂ ਤਾਂ ਮੈਨੂੰ ਨਹੀਂ ਲੱਗਦਾ ਜਿਆਦਾ ਮਰੇ ਹੋਗੇ ਮੇਰੇ ਉਹਨਾਂ ਦੇ 15 ਤੋਂ 20 ਹਜ਼ਾਰ ਮਰੇ ਆ ਇਹਨਾਂ ਦੇ ਕੋਈ 7000 ਕਹਿੰਦੇ ਆ ਕਈ ਹਿਸਟੋਰੀਅਨ ਕਹਿੰਦੇ ਆ ਕਈ ਕਹਿੰਦੇ ਆ ਵੀ ਘੱਟ ਮਰੇ ਆ ਪਰ ਇਹ ਕੀ ਕਹਿ ਸਕਦੇ ਤੁਸੀਂ ਇਹ ਚੀਜ਼ ਮੰਨ ਕੇ ਚੱਲਿਓ ਕਿ ਫੈਲੈਂਕਸ ਫਾਰਮੇਸ਼ਨ ਦੇ ਵਿੱਚ ਬਹੁਤ ਘੱਟ ਗ੍ਰੈਜੂਐਲਟੀ ਹੋਈਆਂ ਇਹਨਾਂ ਦੀਆਂ ਹਾਂ ਉਹ ਅੱਗੇ ਨਹੀਂ ਆਉਣ ਦਿੰਦੇ ਹਾਂ ਹੈ ਹੀ 18 ਫੁੱਟ ਦੀ ਤੁਸੀਂ ਲਾ ਕੇ ਖੜੀ ਜਾਣੀ ਜਦੋਂ ਹਨਾ ਉੱਥੇ ਹੀ ਹਾਂ ਉਹ ਮਾਰੀ ਜਾਂਦੇ ਸੀਗੇ ਉਧਰ ਕਰਦੇ ਸੀਗੇ ਜਿਵੇਂ ਆਪਾਂ ਪਹਿਲਾਂ ਪਹਿਲੀ ਪੋਡਕਾਸਟ ਕੀਤਾ ਸੀਗਾ ਕਿ ਸਾਰੇ ਉਹੀ ਤਰੀਕੇ ਨਾਲ ਲੜਦੇ ਸੀ ਉਹਨਾਂ ਕੋਲੇ ਪਹਾਲੇ ਛੋਟੇ ਸੀ ਇਹ ਤਾਂ ਮਿੰਟ ਚ ਵੜਦੇ ਹੁੰਦੇ ਸੀ ਸਾਰਿਆਂ ਨੂੰ ਜਾ ਕੇ ਕੋਈ ਜਾਂ ਤਾਂ ਫਿਰ ਇਹ ਤਗੜੇ ਸੀ ਉਹ ਉਹ ਟਾਈਮ ਦੇ ਵਿੱਚ ਹਾਂ ਤੇ ਫਿਰ ਏ ਪੂਰਾ ਤਗੜੇ ਤਰੀਕੇ ਨਾਲ ਜਿੱਤ ਕੇ ਜੰਗ ਫਿਰ ਹੋਰ ਦੇ ਅੱਗੇ ਸ਼ਹਿਰ ਇਹ ਕਨਕਰ ਕਰਦਾ ਰਿਹਾ ਓਗਜ਼ੇਰੀਅਨ ਸੀਗਾ ਇੱਕ ਪਤਨੀ ਪਰਸੇਪਰਸ ਪਰਸੇਪਲ ਇਸ ਪਰਸੇਪਲ ਇਸ ਪਰਸੇਪਲ ਐਸਾਂ ਹੀ ਵੀ ਤਾਕੜੀ ਸਿਟੀ ਸੀ ਉਸ ਟਾਈਮ ਦੀ ਨਾ ਉਸ ਤੋਂ ਪਹਿਲਾਂ ਵੀ ਜਦੋਂ ਆਪਾਂ ਬਹੁਤ ਜਗ੍ਹਾ ਛੋਟੀਆਂ ਵੱਡੀਆਂ ਛੋਟੀਆਂ ਵੱਡੀਆਂ ਲੜਾਈਆਂ ਲੜਾਈਆਂ ਜਿਹੜੀਆਂ ਵੱਡੀਆਂ ਨੇ ਇਹਦੀ ਉਹ ਚਾਰ ਪੰਜ ਮੰਡੀਆਂ ਜਾਂਦੀਆਂ ਨੇ ਪਰ ਬਹੁਤ ਲੜਿਆ ਉਸ ਤੋਂ ਪਹਿਲਾਂ ਵੀ ਐਜ਼ ਐਜ਼ ਯੂ ਬਰਨਾਰ ਬਰਨਾਨੀ ਸੀਗਾ ਕੋਈ ਰਾਜਾ ਉਹਦੇ ਨਾਲ ਲੜਾਈ ਹੋਈ ਉੱਥੇ ਉਹ ਤਗੜੀ ਮਾਊਂਟੇਨਸ ਦੇ ਵਿੱਚ ਲੜਾਈ ਹੋਈ ਹੈ ਨਾ ਆ ਸੀਗਾ ਉੱਥੇ ਕੋਈ ਨੰਗਾ ਉਹ ਪਰਸ਼ੀਅਨ ਗੇਟ ਸੀਗਾ ਜਿੱ ਉਹੋ ਉਹਦਾ ਵੀ ਕੀ ਹੈ ਕਿ ਨੰਬਰਸ ਦੀ ਅੱਪਾ ਗੱਲ ਕਰਦੇ ਆ ਉੱਥੇ ਜਿਹੜੇ ਮਾਡਰਨ ਸਟੋਰੀਆਂ ਤਾਂ ਕਹਿੰਦੇ ਬੰਦਾ ਹੀ 700 ਮਾਰੇ ਆ ਇਹਨਾਂ ਨੇ ਹਨਾ ਤੇ ਮਰੇ ਆ ਇਹਨਾਂ ਦਾ ਮਰੇ ਮਰੀਆ ਕੇ ਮਾਰੇ ਆ ਮਾਰੇ ਆ ਮਾਰੇ ਆ ਉਹ ਬੰਦਾ ਸੌਰੀ ਮਾਰੇ ਆ ਨਹੀਂ ਸਾਹਮਣੇ ਬੰਦਾ 700 ਸੀ ਸਾਹਮਣੇ 700 ਬੰਦਾ ਸੀ ਪਰ ਜਿਹੜੇ ਗ੍ਰੀਕ ਨੇ ਉਹ 25 ਤੋਂ 40 ਹਜ਼ਾਰੇ ਕਹੀ ਜਾਂਦੇ ਨੇ ਵੀ ਉੱਥੇ ਹੀ 25 ਤੋਂ 40 ਸੀ ਪਰ ਦੋਨੇ ਨਹੀਂ ਸਹੀ ਇਹ 700 ਵੀ ਨਹੀਂ ਕਹਿੰਦੇ ਹਾਂ ਹਾਂ 700 ਹਾਂ ਬਿਲਕੁਲ ਉਹ ਉਹ ਵੀ ਗੱਲ ਹੈ ਕਿ 700 ਵੀ ਕਿਉਂਕਿ 700 ਤਾਂ ਨਹੀਂ ਸਹੀ ਵੀ ਉਹ ਆਪਦੀ ਐਡੀ ਤਾਕੜੀ ਸਿੱਟੀ ਬਚਾਉਣ ਨੂੰ 700 ਬੰਦਾ ਥੋੜੀ ਲੈ ਤੇ ਫਿਰ ਉਸ ਤੋਂ ਬਾਅਦ ਜਦੋਂ ਉਹ ਜਦੋਂ ਅੱਗੇ ਜਾ ਨਹੀਂ ਸੀ ਰਿਹਾ ਫਿਰ ਉਹਦੇ ਨਾਲ ਇੱਕ ਕਹਿੰਦੇ ਵੀ ਉਹ ਸੀਗਾ ਉਹਨੇ ਪਿੱਛੋਂ ਜਿੱਤੇ ਹੋਏ ਸੀਗੇ ਜਿਹੜੇ ਸਲੇਵਜ਼ ਨਾਲ ਇਕੱਠੇ ਹੋਏ ਸੀ ਹੁਣ ਜਿਹੜਾ ਭੇਡਾਂ ਚਾਰਨ ਵਾਲਾ ਸੀਗਾ ਉਹ ਤੋਂ ਰਾਹ ਪੁੱਛਿਆ ਰਾਹ ਉੱਤੇ ਦੀ ਜਾ ਕੇ ਵੀ ਪਹਾੜਾਂ ਵਿੱਚ ਦੀ ਰਾਹ ਗਿਆ ਰਾਹ ਜਾ ਕੇ ਘੇਰਾ ਪਰਸੇਪਲਿਸ ਘੇਰਾ ਪਾਇਆ ਉਹ ਫਿਰ ਜਿੱਤੀ ਹਣਾ ਪਰਸੇਪਲਿਸ ਗਿਆ ਹੁਣ ਉੱਥੇ ਇੱਕ ਜਿਹੜੀ ਗ੍ਰੀਕ ਹਿਸਟੋਰੀਅਨ ਵਾਲੀ ਉਹ ਆ ਜਾਂ ਉਹ ਚੀਜ਼ ਆ ਵੈਰੀ ਕਰਦੀ ਆ ਕਿ ਉੱਥੇ ਕਹਿੰਦੇ ਵੀ ਇੰਨਾ ਜ਼ਿਆਦਾ ਸਮਾਨ ਦੇਖ ਕੇ ਸੋਨਾ ਜਾਂਦੀ ਏ ਉਹ ਦੇਖ ਕੇ ਵੀ ਉੱਥੇ ਲੁੱਟਾਂ ਲੂਟਿੰਗ ਸ਼ੁਰੂ ਕਰਤੀ ਸੀ ਮੈਸੇਡੋਨੀਆ ਨਾ ਨੇ ਹਨਾ ਤੇ ਉੱਥੇ ਜਿਹੜੇ ਜਿਹੜਾ ਐਰੀਅਨ ਐਰੀਅਨ ਨੇ ਤਾਂ ਕਹਿੰਦੇ ਕੋਈ ਗੱਲਬਾਤ ਵਾਲੀ ਕੀਤੀ ਨਹੀਂ ਹੋਈ ਇਹ ਚੀਜ਼ ਤੇ ਤੇ ਬਾਕੀਆਂ ਨੇ ਜਿਵੇਂ ਬਾਕੀਆਂ ਨੇ ਰੂਫ ਜਿਹੜਾ ਹੋਰ ਹੋਰਾਂ ਨੇ ਉਹ ਉਹਨਾਂ ਨੇ ਸਿੱਧਾ ਸਿੱਧਾ ਕਿਹਾ ਹੋਇਆ ਵੀ ਅਲੈਗਜ਼ੈਂਡਰ ਨੇ ਹੀ ਕਿਹਾ ਸੀਗਾ ਆਰਡਰ ਦਿੱਤਾ ਸੀ ਕਿ ਲੁੱਟੋ ਹਨਾ ਤਾਂ ਉਹ ਜੀ ਉਹ ਥੋੜਾ ਜਿਹਾ ਵਧੀਆ ਦਿਖਾਉਣ ਨੂੰ ਉਹ ਲਾਲਾਂ ਨੇ ਰੋਕੀ ਉਹ ਇਹ ਸੀ ਕਿ ਜਦੋਂ ਜਦੋਂ ਹੁਣ ਬੜੀਆਂ ਸਪੈਕੂਲੇਸ਼ਨ ਹੋ ਸਕਦੀਆਂ ਹਨ ਉਹ ਸਟੋਰੀ ਇਹ ਸੀ ਕਹਿੰਦੇ ਜਦੋਂ ਉਹ ਪਹੁੰਚੇ ਪਰਸਪਾਲਿਸ ਪਹੁੰਚਿਆ ਨਾ ਪਰਸਪਾਲਿਸ ਜੋ ਵੀ ਕਹਿੰਦੇ ਆ ਉਹ ਉਹਨਾਂ ਦੀ ਸੈਰੇਮੋਨੀਅਲ ਕੈਪੀਟਲ ਸੀ ਜਿੱਥੇ ਉਹ ਆਪਣੀਆਂ ਧਾਰਮਿਕ ਆਪਣੀਆਂ ਸਰਮੀਆਂ ਕਰਦੇ ਸੀ ਹਨ ਤੇ ਉੱਥੇ ਕਹਿੰਦੇ ਉਹਨਾਂ ਦੇ ਪੈਲੇਸ ਸੀਗੇ ਬਹੁਤ ਤਗੜੇ ਹਨ ਜਿਵੇਂ ਕਹਿ ਦਿੰਦੇ ਆ ਰਾਜਿਆਂ ਦੇ ਪੈਲੇਸ ਸੀਗੇ ਚੰਗੇ ਚੰਗੇ ਬਿਲਡਿੰਗਾਂ ਬਣੀਆਂ ਹੋਈਆਂ ਸੀ ਹਨ ਉਹਨਾਂ ਦੀ ਤੇ ਜਦੋਂ ਉਹਨਾਂ ਨੇ दारू ਪੀਤੀ ਸੈਲੀਬ੍ਰੇਟ ਕੀਤਾ ਜਦੋਂ ਲੂਟਿੰਗ ਦੀ ਗੱਲ ਕਰਦੇ ਆ ਕਿ ਉਹਨਾਂ ਨੇ ਸੋਨਾ ਹੀ ਇਹਨਾਂ ਦੇਖ ਲਿਆ ਨਾ ਉੱਥੇ ਉੱਥੇ ਜੱਜਮੈਂਟ کہہ ਸਕਦੇ ਆ ਇਹਦੀ ਹੁਣ ਕੁਐਸਚਨ ਚ ਆ ਜਾਂਦੀ ਆ ਨਾ ਅਲੈਗਜ਼ੈਂਡਰ ਦੀ ਉੱਥੇ ਕਹਿੰਦੇ ਇਹ दारू ਪੀਤੀ ਵੀ ਸੀ ਇਹਦੀ ਕਿਉਂ ਨਾ ਬਦਲਾ ਲਿਆ ਜਾਵੇ ਕਿ ਐਥንስ ਦੀ ਇੱਕ ਔਰਤ ਹਾਂ ਅਗ ਲਾਵੇ ਪਰਸ ਪਰਸਪੋਲਿਸ ਨੂੰ ਹਨਾ ਬਈ ਕਿਉਂਕਿ ਐਥንስ ਜ਼ਰਕਸਿਸ ਨੇ ਟੈਂਪਲ ਟਾਇਆ ਸੀਗਾ ਟੈਂਪਲਾਂ ਨੂੰ ਲਾਵੇ ਜਾਂ ਬੰਦਿਆਂ ਨੂੰ ਪੈਲੇਸਿਸ ਨੂੰ ਪੈਲੇਸਿਸ ਨੂੰ ਬਈ ਜਿੰਨੇ ਵੀ ਜਿਹੜੇ ਵੀ ਉਹਨਾਂ ਦੀ ਹੋ ਸੀਗੀਆਂ ਇਮਾਰਤਾਂ ਸੀਗੀਆਂ ਵਧੀਆ ਤੇ ਫਿਰ ਇਹਨੇ ਅਗ ਲਵਾ ਦਿੱਤੀ ਸੀ ਹਨਾ ਹੁਣ ਕਈ ਸੋਰਸ ਉੱਥੇ ਕਹਿੰਦੇ ਆ ਕਿ ਅਲੈਗਜ਼ੈਂਡਰ ਜਦੋਂ ਉਤਰੀ ਅਲੈਗਜ਼ੈਂਡਰ ਨੂੰ ਸ਼ਰਾਬ ਫਿਰ ਅਲੈਗਜ਼ੈਂਡਰ ਮੱਥੇ ਤੇ ਹੱਥ ਹੀ ਮਾਰਦਾ ਸੀ ਕਿ ਵੀ ਨਹੀਂ ਕਰਨਾ ਚਾਹੀਦਾ ਸੀ। ਸੋਰਸਾਂ ਵੀ ਕਹਿੰਦੇ ਆ ਵੀ ਉੱਥੇ ਉਹਨਾਂ ਨੇ ਸਵਿਲੀਨ ਵੀ ਬਹੁਤ ਮਾਰੇ ਆ। ਹਾਂ ਉੱਥੇ ਫਿਰ ਆਏ ਸੀ ਨਾ ਜਦੋਂ ਕਹਿੰਦੇ ਕੋਈ ਵੀ ਵਾਰ ਹੁੰਦਾ ਹਨਾ ਹੁਣ ਆਪਾਂ ਆਏ ਲਾ ਲਈਏ ਕਿ ਕੋਈ ਆਏ ਤਾਂ ਨਹੀਂ ਸੀਗਾ ਕਿ ਵੀ ਸਾਰੇ ਦੁੱਧ ਦੇ ਦੁੱਲੇ ਸੀ ਜਣਾ ਕੋਈ ਐਡੇ ਤਗੜੇ ਤਾਂ ਹੁਣ ਇਹ ਸੀ ਕਿ ਅਲੈਗਜ਼ੈਂਡਰ ਦੇ ਨਾਲ ਕਈ ਮਰਸਨਰੀਜ਼ ਵੀ ਸੀਗੇ ਕਈ ਕਈ ਟ੍ਰਾਈਬਾਂ ਥਰੇਸ਼ੀਅਨਸ ਜਿਵੇਂ ਸੀਗੇ ਸਪੈਸ਼ਲੀ ਇਹਦੇ ਬਲਕਨ ਨੇਬਰ ਮੈਸੋਨੀਆਂ ਦੇ ਉਹ ਸੈਵਜ ਸੀਗੇ ਉਹਨਾਂ ਨੂੰ ਲੁੱਟਖੋਹਾਂ ਦਾ ਪੈਸੇ ਚਾਹੀਦੇ ਚਾਹੀਦੇ ਹੁੰਦੇ ਸੀ ਤੇ ਜਦੋਂ ਕਹਿੰਦੇ ਮੋਟੀਵੇਟਿਵ ਕਰਦਾ ਸੀ ਅਲੈਗਜ਼ੈਂਡਰ ਲੋਕ ਹਰੇਕ ਦਾ ਨਾਮ ਲੈ ਲੈ ਕੇ ਸਪੀਚ ਚ ਉਹ ਤੋਂ ਕਹਿੰਦਾ ਹੁੰਦਾ ਸੀ ਕਿ ਥਰੇਸ਼ੀਅਨਸ ਤੁਹਾਡੇ ਵਾਸਤੇ ਕਿੰਨਾ ਹੀ ਲੁੱਟਖੋਹ ਵਾਲਾ ਸਮਾਨ ਪਿਆ ਹੈ ਹਨਾ ਕਿਉਂਕਿ ਉਹਨੂੰ ਮੋਟੀਵੇਟ ਕਰਨਾ ਸੀ ਹਨਾ ਉਸ ਟਾਈਮ ਦੇ ਵਿੱਚ ਤਾਂ ਫਿਰ ਉਹ ਉੱਥੇ ਉਹਨਾਂ ਨੇ ਸਾਰਿਆਂ ਨੂੰ ਲੁੱਟਿਆ ਜਿਵੇਂ ਮਾਰਿਆ ਵੀ ਗਈਆਂ ਲੋਕਾਂ ਨੂੰ ਹਨਾ ਤੇ ਸਲੇਵ ਸਲੇਵਰੀ ਚ ਵੀ ਵੇਚੇ ਲੋਕੀ ਉੱਥੇ ਹਾਂ ਤੇ ਪਰ ਉੱਥੇ ਉਹ ਕਹਿ ਸਕਦੇ ਆ ਕਿ ਵੀ ਉੱਥੇ ਨੇ ਕਾਹਨ ਮਚਾਏ ਆ ਏ ਅਗਲਵਾਦੀ ਉਥੇ ਉਹਨਾਂ ਦੇ ਪੈਲਸਾਂ ਨੂੰ ਹਾਂ ਫਿਰ ਇਹਨਾਂ ਨੇ 4-4 ਮਹੀਨੇ ਇਹਨਾਂ ਨੇ ਬਤਾਏ ਸੀਗੇ ਉਥੇ ਜਦੋਂ ਇਹਨੇ ਪਰਸਪਲ ਜਿੱਤ ਲਈ ਮਤਲਬ ਉਥੇ ਪੈਨਲ ਸਾੜ ਤੇ ਉਥੇ ਫਿਰ ਲੀਗ ਆਫ ਕੋਰੈਂਥ ਦਾ ਜਿਹੜਾ ਇਹ ਫਿਲਿਪ ਟੂ ਨੇ ਪਿਆਉਣੇ ਜਿਹੜੀ ਇਹ ਬਣਾਈ ਸੀ ਲੀਗ ਕਿ ਆਪਾਂ ਪਰਜਨ ਅੰਪਾਇਰ ਜਿੱਤਣਾ ਜਾਂ ਪਰਜਨ ਅੰਪਾਇਰ ਦੇ ਖਿਲਾਫ ਆਪਣੀ ਇਹ ਐਕਸਪੈਡੀਸ਼ਨ ਲਾਉਂਚ ਕਰਨੀ ਹੈ ਨਾ ਹਾਂ ਤਾਂ ਉਹ ਖਤਮ ਹੋ ਗਈ ਤਾਂ ਫਿਰ ਇਹਨੇ ਗ੍ਰੀਕ ਸਿਟੀ ਸਟੇਟਸ ਤੋਂ ਜਿਹੜੇ ਵੀ ਫੌਜੀ ਆਏ ਸੀਗੇ ਕਹਿੰਦੇ ਵਾਪਸ ਮੋੜਤੇ ਸੀ ਵੀ ਤੁਸੀਂ ਜਾਓ ਹੁਣ ਹਾਂ ਮੈਂ ਉਹੀ ਗੱਲ ਕਰ ਰਿਹਾ ਤੇ ਮੈਸੋਡੋਨੀਆ ਦੇ ਵਿੱਚ ਮੈਸੋਡੋਨੀਆ ਤੋਂ ਵਾਪਸ ਆ ਗਏ ਸੀ ਥੋੜੇ ਮਤਲਬ ਇਹਨਾਂ ਨੇ ਦੁਬਾਰਾ ਕਰ ਲਈ ਸੀ ਹਨਾ ਉੱਥੋਂ ਜਦੋਂ ਕਹਿੰਦੇ ਵਾਪਸ ਗਏ ਨਾ ਉਹ ਜਦੋਂ ਗ੍ਰੀਕ ਵਾਪਸ ਭੇਜੇ ਇਹਨਾਂ ਨੇ ਕਿ ਤੁਹਾਡਾ ਹੁਣ ਲੀਗ ਆਫ ਕਰੇ ਤਾਂ ਖਤਮ ਹੋ ਗਿਆ ਤੇ ਮੈਸੋਡੋਨੀਅਨਸ ਵੀ ਕਈ ਖੁਸ਼ ਸੀਗੇ ਕਿ ਹੁਣ ਬਹੁਤ ਟਾਈਮ ਹੋ ਗਿਆ ਸੀ ਉਹਨਾਂ ਨੂੰ ਆਇਆਂ ਨੂੰ ਕਿੰਨਾ ਹੀ ਡੇਜ਼ਰਟ ਦਾ ਵਿੱਚ ਕਿੰਨੇ ਪਹਾੜਾਂ ਦੇ ਵਿੱਚ ਟੱਪ ਕੇ ਬਹੁਤ ਦੂਰ ਆ ਗਏ ਸੀਗੇ ਹਨਾ ਤੇ ਆਪਾਂ ਗੱਲ ਕਰਦੇ ਆ ਕਿ 336 BC ਹਨਾ ਆਪਾਂ ਹੁਣ ਪਹੁੰਚ ਗਏ ਸੀ 330 331 ਤੇ ਪਹੁੰਚ ਗਏ ਸੀ 5-6 ਸਾਲ ਤਾਂ ਹੋ ਹੀ ਗਏ ਸੀ ਹਨਾ ਤਾਂ ਇੰਨਾ ਇੰਨਾ ਟਾਈਮ ਹੋ ਗਿਆ ਸੀ ਇਹਨਾਂ ਨੂੰ ਤਰਿਆ ਨੂੰ ਤਾਂ ਉਹਨਾਂ ਨੂੰ ਆਏ ਸੀ ਵੀ ਹੁਣ ਜਾਵਾਂਗੇ ਵਾਪਸ ਹੁਣ ਇਹ ਕਿਉਂਕਿ ਖਤਮ ਹੋ ਗਿਆ ਸਾਰਾ ਕੁਝ ਤਾਂ ਕਰ ਲਿਆ ਹਾਂ ਤੇ ਉਦੋਂ ਕਹਿੰਦੇ ਜਦੋਂ ਗ੍ਰੀਕ ਵਾਪਸ ਭੇਜੇ ਹਨਾ ਜਦੋਂ ਗ੍ਰਾਗੋਮੇਲਾ ਹਾਰ ਗਿਆ ਕਿਉਂਕਿ ਮੈਜੋਰਟੀ ਪਰਜਨ ਐਂਪਾਇਰ ਇਹਦੇ ਵਾਸਤੇ ਸੀਗਾ ਹੁਣ ਕਬਜ਼ੇ ਸੀ ਹਨਾ ਡੈਰੀਅਸ ਆਫ ਦੀ ਆਰਮੀ ਇਕੱਠੀ ਕਰ ਰਿਹਾ ਸੀ ਜਿਵੇਂ ਤੁਸੀਂ ਕਿਹਾ ਪਰ ਉਦੋਂ ਆਪਾਂ ਗਾਂ ਕਰਾਂਗੇ ਕਿ ਉਹ ਫੜਿਆ ਗਿਆ ਸੀ ਉਹ ਤੇ ਨਹੀਂ ਹੋਈ ਸੀ ਉਹ ਤੋਂ ਪੂਰੀ ਹੈਨਾ ਤਾਂ ਇਥੇ ਮੈਸਡੋਨੀਅਸ ਦੇ ਮਨ ਦੇ ਵਿੱਚ ਵੀ ਆਈ ਸੀ ਕਿ ਵੀ ਹੁਣ ਕਰਿਆ ਜਾਵਾਂਗੇ ਪਰ ਇਹਦੇ ਕੋਈ ਹੋਰ ਰਹਦੇ ਸੀਗੇ ਗਾਂ ਜਾਣਾ ਸੀ ਅਜੇ ਇਹਨੇ ਹੋਰ ਪੂਰੀ ਦੁਨੀਆ ਜਿੱਤਣੀ ਸੀ ਆਪਾਂ ਉਹੀ ਗੱਲ ਕਰਾਂਗੇ ਹੁਣ ਅੱਗੇ ਹਾਂਜੀ ਗੋਗ ਮੇਲਾ ਜਿੱਤ ਗਿਆ ਹੈਨਾ ਤੇ ਉਦੋਂ ਹੋਰ ਚੇਂਜਸ ਵੀ ਆਉਂਦੇ ਆ ਇਹਦਾ ਜਿਹੜਾ ਸੀਗਾ ਪਰਮੇਨੀਓ ਸੀਗਾ ਜਨਰਲ ਹੈਨਾ ਉਹਨੂੰ ਵੀ ਇੱਕ ਹਿਸਾਬ ਦਾ ਰਿਟਾਇਰ ਕਰਤਾ ਸੀ ਇਹਨੇ ਉਹਨੂੰ ਇੱਕ ਕਿੰਗਡਮ ਦੇਤੀ ਸੀ ਹੈਨਾ মিডিਆ ਦੀ ਵੀ ਉੱਥੇ ਜਾ ਕੇ ਆਪਦਾ ਰੂਲ ਕਰ ਹੈਨਾ ਤੇ ਉਸੇ ਦੌਰਾਨ ਹੀ ਜਿਹੜਾ ਬੇਸਸ ਜਿਹਨੇ ਨਾਲ ਲੜ ਰਿਆ ਸੀਗਾ ਲੜਾਈ ਦੇ ਵਿੱਚ ਅਲੈਗਜ਼ੈਂਡਰ ਉਹਦਾ ਕਮਾਂਡਰ ਸੀਗਾ ਡੈਰੀਅਸ ਦਾ ਤੇ ਉਹਨੇ ਵੀ ਚੱਕ ਕੇ ਲਾਈਕਾਂ ਦੇ ਹੁਣ ਵੀ ਪਰਸਨਸ ਉਸ ਕਹਿੰਦੇ ਆ ਵੀ ਉਹਨੇ ਡੈਰੀਅਸ ਨੂੰ ਫੜ ਕੇ ਹਨਾ ਮਾਰਤਾ ਸੀਗਾ ਜ਼ਖਮੀ ਕਰਤਾ ਸੀਗਾ ਤੇ ਆਪ ਉਹ ਤੱਕੇ ਨਾਲ ਰਾਜਾ ਬਣ ਗਿਆ ਸੀਗਾ ਇੱਥੋਂ ਦਾ ਪਰਸ਼ੀਆ ਦਾ ਬੇਸਸ ਆ ਜਿਹੜਾ ਤੇ ਹੁਣ ਜਿਹੜਾ ਡੈਰੀਅਸ ਆ ਉਹਨੂੰ ਕਈ ਕਹਿੰਦੇ ਵੀ ਇੰਜਰ ਕਰਕੇ ਉਹਨੂੰ ਰਾਜ ਸਿੱਟਿਆ ਆ ਸੀਗਾ ਤੇ ਜਿਹਨੂੰ ਕੀ ਅਲੈਗਜ਼ੈਂਡਰ ਜਦੋਂ ਗਾ ਮਾਰਚ ਕਰ ਰਿਹਾ ਸੀ ਅਲੈਗਜ਼ੈਂਡਰ ਨੂੰ ਉਹਦੀ ਉਹ ਬਾਡੀ ਮਿਲੀ ਸੀਗੀ ਰਾਹ ਵਿੱਚ ਨਾ ਡੈਰੀਅਸ ਦੀ ਤੇ ਉੱਤੋਂ ਜਿਹੜਾ ਪਰਮੇਨੀਓ ਸੀਗਾ ਉਹ ਵੀ ਰਿਟਾਇਰ ਹੋ ਗਿਆ ਸੀਗਾ ਤੇ ਇੱਥੇ ਆਰਮੀ ਦੇ ਵਿੱਚ ਚੇਂਜਸ ਵੀ ਆ ਰਹੇ ਸੀ ਹੁਣ ਪਰਮੇਨੀਓ ਰਿਟਾਇਰ ਹੋ ਗਿਆ ਤਾਂ ਹੁਣ ਨਵੇਂ ਜਰਨਲ ਹਾਇਰ ਹੋ ਗਏ ਸੀਗੇ ਨਾ ਵੀ ਨਵੇਂ ਉਹ ਰੈਂਕ ਉੱਤੇ ਹੋ ਗਏ ਸੀਗੇ ਹੈਫੈਸਟੀਅਨ ਹੋ ਗਿਆ ਕ੍ਰੇਟਰਸ ਹੋ ਗਿਆ ਇਹ ਦੇ ਜਰਨਲ ਬਣ ਗਏ ਸੀਗੇ ਨਵੇਂ ਤੇ ਉਦੋਂ ਹੀ ਇੱਕ ਇੱਕ ਹੋਰ ਗੱਲ ਆਉਂਦੀ ਆ ਵੀ ਜਿਹੜਾ ਉਹ ਸੀਗਾ ਪਰਮੇਨੀਓ ਪਰਮੇਨੀਓ ਦਾ ਮੁੰਡਾ ਫਿਲੇਟ ਫਲੋਟਸ ਹਾਂ ਉਹ ਵੀ ਉਹ ਰੰਜਿਸ਼ ਕਰ ਰਿਆ ਸੀਗਾ ਇਹਨੂੰ ਮਾਰਨ ਦੀਆਂ ਦੇ ਅਲੈਗਜ਼ੈਂਡਰ ਨੂੰ ਹੂੰ ਤੇ ਅਲੈਗਜ਼ੈਂਡਰ ਨੂੰ ਪਤਾ ਲੱਗ ਗਿਆ ਸੀਗਾ ਵੀ ਲਾਈਕ ਮੇਰੇ ਖਿਲਾਫ ਕੋਈ ਚੱਲ ਰਿਹਾ ਵਾ ਆਬਵੀਅਸਲੀ ਉਹਦੇ ਖ਼ਬਰੀ ਹੋਣਗੇ ਹਨਾ ਤਾਂ ਦੇ ਵੀ ਉਹਨੇ ਫਲੋਟਸ ਕਰ ਰਿਆ ਸੀ ਕਨਸਪੀਰੇਸੀ ਹਾਂ ਹਾਂ ਫਲੋਟਸ ਮੈਨੂੰ ਲੱਗਦਾ ਕਹਿੰਦੇ ਆਏ ਸੀਗਾ ਫਲੋਟਸ ਨਹੀਂ ਕਰ ਰਿਆ ਸੀ ਡੈਮਨਸ ਡੈਮਨਸ ਕਿਸੇ ਦਾ ਬੰਦਾ ਹੋਰ ਬੰਦੇ ਕਰ ਰਿਆ ਸੀ ਉਹਦੇ ਕੋਲੇ ਖ਼ਬਰ ਪਹੁੰਚੀ ਸੀ ਫਲੋਟਸ ਪਰ ਉਹਨੇ ਇਗਨੋਰ ਕਰ ਦਿੱਤੀ ਸੀ ਆਈ ਮੀਨ ਮੈਂ ਆਏ ਸੁਣਿਆ ਆਈਆਂ ਆਈਆਂ ਉਹਨੇ ਇਗਨੋਰ ਕਰਤੀ ਸੀ ਪਰ ਆंदे ਵੀ ਨਾਮ ਉਹਦਾ ਹੀ ਆਇਆ ਸੀਗਾ ਫਲੋਟਸ ਦਾ ਵਿੱਚ ਫਿਰ ਫਲੋਟਸ ਐ ਸੀ ਫਿਰ ਟੌਰਚਰ ਕੀਤਾ ਸੀ ਇਹਨਾਂ ਟੌਰਚਰ ਕਰਕੇ ਫਿਰ ਆਪਦਾ ਤੇ ਆਪਦੇ ਬਾਪ ਦਾ ਨਾਮ ਲੈਂਦਾ ਸੀ ਉਹਨੇ ਕਿ ਮੇਰਾ ਬਾਪ ਵੀ ਵਿੱਚ ਆ ਹਾਂ ਤੇ ਫਿਰ ਉਦੋਂ ਫਿਰ ਫਲੋਟਸ ਨੂੰ ਵੀ ਇਹਨੇ ਮਰਵਾਤਾ ਹਨਾ ਤੇ ਬਾਅਦ ਚੋਂ ਵੀ ਹੁਣ ਪਰਮੇਨੀਓ ਨੂੰ ਨਾ ਪਤਾ ਲੱਗ ਜੇ ਵੀ ਲਾਈਕ ਆਹ ਕੁਝ ਹੋ ਰਿਹਾ ਤੇ ਫਿਰ ਪਰਮੇਨੀਓ ਨੂੰ ਵੀ ਮਰਵਾਤਾ ਸੀ ਇਹਨੇ ਹਨਾ ਜਿਹੜਾ ਕਿ ਉਹਦਾ ਬਹੁਤ ਤਗੜਾ ਜਨਰਲ ਸੀਗਾ ਹਾਂ ਜਿਹੜੀ ਕਿ ਇੱਕ ਹਿਸਾਬ ਦੀ ਆਪਾਂ ਵੀ ਇਮੋਰਲ ਚੀਜ਼ ਵੀ ਕਵਾਂਗੇ ਹਨਾ ਵੀ ਇੰਨੀ ਤੱਕ ਤੇਰੀ ਹੈਲਪ ਕੀਤੀ ਹੈ ਨਾ ਆਰਮੀ ਵਿੱਚ ਤੂੰ ਉਹਨੇ ਹੀ ਮਰਵਾਤਾ ਤਾਂ ਇੱਕ ਆ ਵੀ ਰੀਜ਼ਨ ਸੀਗਾ ਜਦੋਂ ਆਪਾਂ ਕਹਿੰਦੇ ਵੀ ਆ ਏਡੀ ਕੈਰੀ ਸੀ ਵੀ ਵਾਪਸ ਜਾਵਾਂਗੇ ਘਰੇ ਤਾਂ ਉਹਨਾਂ ਵਿੱਚ ਕਿਤੇ ਨਾ ਕਿਤੇ ਵਿਦਰੋਹ ਵੀ ਪੈਦਾ ਹੋਣ ਲੱਗਿਆ ਸੀ ਵੀ ਆਹ ਕੀ ਲਾਈਕ ਇਹਨੇ ਆਪਦੇ ਜਨਰਲ ਮਰਵਾਤਾ ਇੰਨਾ ਤਕੜਾ ਹਨਾ ਤੇ ਹੋਰ ਵੀ ਰੀਜਨਸ ਹੋ ਸੀ ਵਿਦਰੋਹ ਦਾ ਕਾਰਨ ਇਹ ਵੀ ਸੀਗਾ ਕਿ ਪਰਸੀਨਾਈਜੇਸ਼ਨ ਇਹ ਉਹਨਾਂ ਵਾਂਗੇ ਡਰੈਸ ਅਪ ਕਰਨ ਲੱਗ ਗਿਆ ਇਹਨੇ ਇਹਨੇ 30000 ਬੰਦਾ ਸਟੂਡੈਂਟ ਸੀਗਾ ਉੱਥੇ ਉਹਨੂੰ ਕਹਿੰਦਾ ਵੀ ਇਹਨਾਂ ਨੂੰ ਗ੍ਰੀਕ ਸਿਖਾਓ ਇਹਨਾਂ ਨੂੰ ਮੈਸੇਡੋਨੀਅਨ ਤਰੀਕੇ ਨਾਲ ਲੜਾਉਣਾ ਸਿਖਾਓ ਤੇ ਫਿਰ ਇੱਕ ਹੋਰ ਇੱਕ ਉਥੇ ਪ੍ਰਥਾ ਸੀਗੀ ਕਿ ਰਾਜੇ ਦੀ ਜਦ ਪੈਰ ਜਿੱਥੇ ਰੱਖਿਆ ਹੁੰਦੇ ਸੀ ਫਲੋਰ ਚੁੰਮਦੇ ਸੀ ਜਾਂ ਪੈਰ ਚੁੰਮਦੇ ਸੀ ਉਹ ਜੀ ਉਹ ਇਹ ਹੀਆਂ ਚੀਜ਼ਾਂ ਕਰਕੇ ਉਹ ਐਂਟੀ ਹੋਣ ਲੱਗੇ ਸੀ ਕਈ ਜਿਹੜੇ ਇਹਦੇ ਬਾਪ ਦੇ हायर ਕੀਤੇ ਹੋਏ ਸੀਗੇ ਪੁਰਾਣੇ 올ਡ ਸਕੂਲ ਕੀ ਵੀ ਵੀ ਅਸੀਂ ਤੇਰੇ ਨਾਲ ਬਰਾਬਰ ਲੜਿਆ ਦੂਜੂ ਹੋਰ ਚੇਂਜ ਹੋ ਗਿਆ ਤੁਹਾਨੂੰ ਯਾ ਪ੍ਰੋਕਨੀਸਿਸ ਟੈਕਨੀਕ ਵਿੱਚ ਕੀ ਕਰਦੇ ਸੀਗੇ ਵੀ ਜੇ ਥੋੜੇ ਤੋਂ ਲੋਅਰ ਰੈਂਕ ਦਾ ਬੰਦਾ ਵਾ ਜਮਨ ਲੈਟ ਜੋ ਰਾਜੇ ਦੇ ਮੁਰੇ ਲੰਮੇ ਪੈਜੋ ਮੁੱਦੇ ਹੋਗੇ ਉਪਰਸ਼ੈਂਸ ਦਾ ਇੱਕ ਤਰੀਕਾ ਸੀ ਹਨਾ ਤੇ ਕਿਉਂਕਿ ਗ੍ਰੀਕਸ ਦੇ ਵਿੱਚ ਮੈਸੀਡੋਨੀਅਨਸ ਦੇ ਵਿੱਚ ਯੂਸੂਲੀ ਇਹ ਹੈਂਡਸ਼ੇਕ ਕਰਦੇ ਸੀ ਨਾ ਜਦੋਂ ਕਿਸੇ ਨੂੰ ਮਿਲਦੇ ਸੀ ਜਾਂ ਰਿਸਪੈਕਟ ਕਰਦੇ ਸੀ ਜਾਂ ਆਫ ਦਾ ਸੈਟ ਛਕਾਉਂਦੇ ਸੀ ਹਨਾ ਤੇ ਮੈਸੀਡੋਨੀਅਨਸ ਨੂੰ ਇਹ ਚੀਜ਼ ਬੁਰੀ ਲੱਗੀ ਵੀ ਲਾਈਕ ਸਾਡਾ ਰਾਜਾ ਹੁਣ ਉਹਨਾਂ ਦੇ ਕਲਚਰ ਨੂੰ ਜ਼ਿਆਦਾ ਐਕਸੈਪਟ ਜੇ ਕਰ ਰਿਹਾ ਤੇ ਉਹਨਾਂ ਨੂੰ ਇਹ ਵੀ ਡਰ ਸੀਗਾ ਵੀ ਲਾਈਕ ਇਹਨਾਂ ਦੀ ਆਰਮੀ ਲਾਈਕ ਇਹਨਾਂ ਦੇ ਬੰਦੇ ਜ਼ਿਆਦਾ ਨਾ ਭਰਤੀ ਕਰ ਲਏ ਹਨਾ ਆਪਣੀ ਆਰਮੀ ਵਿੱਚ ਪਰਸ਼ੀਅਨਸ ਦੇ ਤੇ ਉਦੋਂ ਉਦੋਂ ਬਾਅਦ ਹਨਾ ਡੈਰੀਅਸ ਨੂੰ ਇਨੂੰ ਰਾਹ ਵਿੱਚ ਪਤਾ ਲੱਗ ਗਿਆ ਨਾ ਵੀ ਮਰਿਆ ਪਿਆ ਵਾ ਹਾ ਫੜ ਵੇਖਿਆ ਨਾ ਤੇ ਉਸ ਤੋਂ ਬਾਅਦ ਗਾਂ ਨੂੰ ਮਾਰਚ ਕਰਦਾ ਹੈ ਹੁਣ ਹਾ ਡੈਰੀਅਸ ਦੇ ਨੇ ਇਹਨੇ ਕਿ ਪੂਰਾ ਰਾਜਿਆਂ ਦੇ ਪੂਰਾ ਪਰਥਾ ਦੇ ਹਿਸਾਬ ਨਾਲ ਇਹਨੇ ਪੂਰਾ ਕਿ ਰਿਸਪੈਕਟ ਦੇ ਨਾਲ ਉਹਦੀ ਪੂਰਾ ਉਹ ਕਰਵਾਇਆ ਕੀਤਾ ਸੀਗਾ ਹਾ ਸੰਸਕਾਰ ਲਾ ਲਾ ਜੋ ਵੀ ਹੈ ਨਾ ਹਾ ਇੱਥੋਂ ਪਤਾ ਲੱਗਦਾ ਵੀ ਇਹ ਰਿਸਪੈਕਟ ਲਾਈਕ ਇੱਕ ਇਹਦੇ ਵਿੱਚ ਕਾਈਂਡਨੈਸ ਵੀ ਸੀਗੀ ਹਨਾ ਚਾ ਚਾਹੇ ਇਹਨੇ ਮਰਵਾਏ ਨਾ ਬੰਦੇ ਆਪਾਂ ਕੌਂਟਰਡਿਕਟ ਕਰ ਰਹੇ ਹਾਂ ਥੋੜੀ ਜੀ ਗੱਲ ਇਹ ਕਾਈਂਡਨੈਸ ਕਰਕੇ ਹਨਾ ਜਿਹੜੀ ਪਿਛਲੀ ਗੱਲ ਕੀਤਾ ਕਿ ਇਹਨੇ ਜਰਨਲ ਮਰਾਤਾ ਉੱਥੇ ਆਪਾਂ ਥੋੜੀ ਹੋਰ ਕਲੈਰੀਫਿ ਉੱਥੇ ਆਏ ਸੀ ਕਿ ਉਦੋਂ ਟ੍ਰਾਇਲ ਚੱਲਦੇ ਹੁੰਦੇ ਸੀ ਹਨਾ ਜਦੋਂ ਫਿਲੋਟਸ ਜਦੋਂ ਆਪਾਂ ਕਿਹਾ ਕਿ ਫਿਲੋਟਸ ਕੋਲੇ ਕੋਈ ਬੰਦਾ ਲੈ ਕੇ ਗਿਆ ਕਿ ਅਲੈਗਜ਼ੈਂਡਰ ਨੂੰ ਮਾਰਨ ਦੀ ਕੋਈ ਸਕੀਮ ਘੜ ਰਿਆ ਫਿਲੋਟਸ ਨੇ ਇਗਨੋਰ ਕਰਤਾ ਕਿ ਯਾਰ ਉਹ ਸਟੋਰੀ ਹੋ ਗਈ ਹੁਣ ਇਹ ਸੱਚ ਹੈ ਕਿ ਨਹੀਂ ਆਪ ਹੀ ਕਰ ਰਿਆ ਸੀ ਹਨਾ ਉਹ ਪਰ ਕਹਿੰਦੇ ਜਿਹੜੇ ਹਫੈਸਟੀਅਨ ਤੇ ਜਿਹੜੇ ਹੋਰ ਜਿਹੜੇ ਕੰਪੈਨੀਅਨ ਸੀਗੇ ਅਲੈਗਜ਼ੈਂਡਰ ਦੇ ਜਰਨਲ ਬਣ ਰਹੇ ਸੀ ਜਿਹੜੇ ਹਨਾ ਉਹ ਆਏ ਸਮਝਦੇ ਸੀਗੇ ਕਿ ਜਿਹੜੇ ਪਰਮਿਨੀਅਨ ਤੇ ਫੈਲੋਟਸ ਆ ਥੋੜੇ ਅਰੋਗੈਂਟ ਸੀਗੇ ਤੇ ਤਕੜੇ ਸੀਗੇ ਕੋਈ ਕੋਈ ਛੱਕ ਨਹੀਂ ਚਾਰ ਨਾਲ ਬਹੁਤ ਤਕੜੇ ਸੀ ਹਨਾ ਉਹ ਬੈਰੀਅਰ ਸੀ ਉਹਨਾਂ ਨੂੰ ਗਾਂ ਅੱਪਰ ਰੈਂਕ ਵਾਸਤੇ ਅੱਪਰ ਰੈਂਕ ਲਈ ਉਹਨਾਂ ਨੇ ਅੱਗੇ ਨਿਵਦਨ ਦੇ ਸੀ ਉਹ ਤਾਂ ਕਰਕੇ ਅਲੈਗਜ਼ੈਂਡਰ ਨੂੰ ਇਹਨਾਂ ਨੇ ਚੱਕ ਦਿੱਤੀ ਕਿ ਇਹਦੇ ਟ੍ਰਾਇਲ ਚਲਾ ਗੁੰਮਰਾ ਕਰ ਲਾ ਹਾਂ ਟ੍ਰਾਇਲ ਚਲਾ ਪਹਿਲਾਂ ਅਲੈਗਜ਼ੈਂਡਰ ਨੇ ਮਾਫ ਕਰਦਾ ਸੀ ਇਹਨੂੰ ਕਿ ਹਾਂ ਠੀਕ ਹੈ ਕਨਫਿਊਜ਼ਨ ਹੋ ਗਈ ਹੋਣੀ ਹੈ ਫੈਲੋਟਸ ਨੂੰ ਫਿਰ ਕਹਿੰਦੇ ਟਾਰਚਰ ਕਰਵਾਇਆ ਕਹਿੰਦੇ ਸਪੈਸ਼ਲ ਉਹਦਾ ਸਾਨੇਨ ਲਾ ਵੀ ਸੀਗਾ ਵਿੱਚ ਸੌਰੀ ਬ੍ਰਦਰ ਇਨ ਲਾ ਉਹਦਾ ਦੂਜੇ ਦਾ ਫੈਲੋਟਸ ਦਾ ਕਹਿੰਦੇ ਉਹਨਾਂ ਨੇ ਉਹਨਾਂ ਨੇ ਅਗੇ ਟੌਰਚਰ ਕੀਤਾ ਹੁਣ ਉਥੋਂ ਕੰਟਰੋਵਰਸ਼ੀਅਲ ਹੈ ਕਿ ਇਹਨੇ ਆਪਦੇ ਪਿਓ ਦਾ ਨਾਮ ਵੀ ਲਾਤਾ ਵਿੱਚ ਹਨ ਕਿ ਉਹਨਾਂ ਨੇ ਨਾ ਦੋਾਇਆ ਹੋਵੇ ਕਿ ਦੋਨੇ ਖਦਮਾਂ ਦੇ ਨਾਲ ਲਾਤਾ ਜਾਂ ਕੀ ਆ ਬਸ ਉਥੋਂ ਮਤਲਬ ਆ ਇਹ ਕਹਿ ਸਕਦੇ ਕਿ ਹੁਣ ਫਿਰ ਆਪਾਂ ਨੂੰ ਨਹੀਂ ਪਤਾ ਨਾ ਵੀ ਉਹ ਟਾਈਮ ਦੇ ਵਿੱਚ ਆਪਦੀ ਲਾਇਲਟੀ ਵੀ ਰਾਜੇ ਨੂੰ ਵੀ ਕਿਹੜੇ ਫੈਸਲੇ ਲੈਣੇ ਪੈਂਦੇ ਆ ਪਰ ਕਹਿ ਸਕਦੇ ਆ ਕਿ ਕਹਿ ਸਕਦੇ ਆ ਕਿ ਇੰਨਾ ਵੀ ਅਲੈਗਜ਼ੈਂਡਰ ਸੀਗੀਆਂ ਚੀਜ਼ਾਂ ਫਲੌ ਸੀਗੇ ਅਲੈਗਜ਼ੈਂਡਰ ਦੇ ਵਿੱਚ ਬਹੁਤ ਉਦੋਂ ਬੈਸਸ ਸੀਗਾ ਜਿਹੜਾ ਜਿਹਨੇ ਪਰਜੀਆ ਨੂੰ ਖੋਸ਼ਿਤ ਕਰ ਲਿਆ ਸੀ ਆਹ ਜਿਹੜਾ ਡੈਰੀਅਸ ਨੂੰ ਮਾਰ ਕੇ ਇਹ ਬੈਕਟਰੀਆ ਦੇ ਵਿੱਚ ਸੀਗਾ ਉਦੋਂ ਤੇ ਫਿਰ ਇਹੇ ਉਦੋਂ ਜਦ ਜਦ ਤੁਸੀਂ ਗੱਲ ਕੀਤੀ ਕਿ ਲੋਕ ਕਹਿੰਦੇ ਬਸ ਹੁਣ ਤਾਂ ਡੰਨ ਦਾ ਹੋ ਗਿਆ ਵੀ ਯਾਰ ਦੁਆ ਵੀ ਕਰ ਲਿਆ ਤੂੰ ਡੈਰੀਅਸ ਵੀ ਮਰ ਗਿਆ ਹੋਰ ਤੈਨੂੰ ਕੀ ਚਾਹੀਦਾ ਇਹ ਕਹਿੰਦਾ ਵੀ ਨਹੀਂ ਮੈਂ ਉਹ ਵੀ ਮਾਰਨਾ ਹੁਣ ਜਿਹੜਾ ਵੀ ਕੋਸ਼ਿਤ ਕਰੀ ਬੈਠਾ ਵੀ ਗੱਲ ਨੂੰ ਫਿਰ ਆਪਾਂ ਨੂੰ ਵੀ ਖਤਰਾ ਉਹਦਾ ਉਹਦੇ ਪਿੱਛੇ ਪਿੱਛੇ ਗਿਆ ਇਹ ਹਨਾ ਉਥੇ ਸਪੈਟ ਵੀ ਹਾਲਾਂਕਿ ਉਹ ਅੱਗੇ ਨਿਕਲ ਗਿਆ ਸੀਗਾ ਬੈਕਟਰੀਆ ਤੋਂ ਅੱਗੇ ਨਿਕਲ ਗਿਆ ਸਪੈਟਮੀਜ਼ ਨਾਮ ਦਾ ਰਾਜਾ ਸੀਗਾ ਇੱਕ ਜਿੱਥੇ ਅੱਗੇ ਪਹੁੰਚਿਆ ਉਹ ਉਹਨੇ ਉਹਨੂੰ ਫੜ ਕੇ ਕਿਡਨਾਪ ਕਰਕੇ ਲਾਲਾ ਬੈਸਸ ਨੂੰ ਉਹਨੂੰ ਭੇਜਦਾ ਚਿੱਠੀ ਭੇਜਦੀ ਅਲੈਗਜ਼ੈਂਡਰ ਨੂੰ ਕਿ ਹਾਂ ਫੜ ਲਿਆ ਆ ਜਾ ਹਾਂ ਉਥੇ ਕਹਿੰਦੇ ਵੀ ਅਨੇ ਸਿਕੰਦਰ ਨੇ ਬੈਸਸ ਨੂੰ ਨਾ ਕਿੰਗ ਡੈਰੀਸ ਦੇ ਭਾਈ ਨੂੰ ਸੌਂਪਤਾ ਵੀ ਤੂੰ ਸੰਭ ਕਰ ਲੈ ਕਰਦਾ ਫਿਰ ਉਹਨੇ ਵੀ ਆਪਦੇ ਉੱਪਰ ਆ ਤਾਂ ਟ੍ਰੈਡੀਸ਼ਨ ਦੇ ਹਿਸਾਬ ਨਾਲ ਕਹਿੰਦੇ ਨੰਗਾ ਕਰਕੇ ਬੈਸਸ ਨੂੰ ਗਲੇ 'ਚ ਲੱਕੜ ਦਾ ਕੋਲਰ ਪਾ ਕੇ ਗੇੜਾ ਕੱਡੇ ਕੜਵਾਇਆ ਤੇ ਨੱਕ ਤੇ ਕੰਨ ਵੱਡੇ ਅੱਛਾ ਹਾਂ ਤੇ ਫਿਰ ਮਾਰਿਆ ਕਹਿੰਦੇ ਅੱਛਾ ਹਾਂ ਉਪਰ ਟ੍ਰੈਡੀਸ਼ਨ ਸੀ ਉੱਥੇ ਦਾ ਤੇ ਹੁਣ ਆਪਾਂ ਆ ਵੀ ਪਰਸਪੈਕਟਿਵ 'ਚ ਪਾ ਦੀ ਹੈ ਨਾ ਵੀ ਅਲੈਗਜ਼ੈਂਡਰ ਨੇ ਪਰਸ਼ੀਆ ਆਲਮੋਸਟ ਵਾਵਾ ਕਾਂਕਰ ਕਰ ਲਿਆ ਇਹਨੇ ਪ੍ਰੈਜ਼ੈਂਟ ਦੇ 터ਕੀ, ਇਰਾਨ, ਇਰਾਕ ਆ ਸਾਰੇ ਸ਼ਹਿਰ ਹਨਾ ਤੇ ਹੁਣ ਇਹ ਵੱਧ ਰਿਹਾ ਵਾ ਇੰਡੀਆ ਵਾਲੇ ਪਾਸੇ ਨੂੰ ਇਨ ਦਾ ਸੈਂਸ ਅਫਗਾਨਿਸਤਾਨ ਜਾਂ ਹਿੰਦੂ ਕੁਸ਼ ਕਹਿੰਦੇ ਹਨਾ ਉਸ ਬੇਕਿਸਤਾਨ ਜਾਂ ਉਹ ਵਾਲੀਆਂ ਜਗ੍ਹਾਵਾਂ ਦੇ ਵਿੱਚ ਤੇ ਉੱਥੇ ਬੀਜ਼ਸ ਨੂੰ ਮਾਰਿਆ ਸੀ ਹਨਾ ਹਾਂ ਹਾਂ ਸਾਰੇ ਤੇ ਇੱਕ ਇੱਥੇ ਹੋਰ ਚੀਜ਼ ਸੀਗੀ ਜਿਹੜੇ ਗ੍ਰੀਕਸ ਸੀਗੇ ਗ੍ਰੀਕਸ ਨੂੰ ਐਂ ਲੱਗਦਾ ਸੀਗਾ ਵੀ ਉਹਨਾਂ ਨੂੰ ਇੰਨੀ ਨੌਲੇਜ ਨਹੀਂ ਸੀ ਤੈਨੂੰ ਪਤਾ ਇੰਡੀਆ ਦੀ ਉਹਨਾਂ ਨੂੰ ਲੱਗਦਾ ਸੀਗਾ ਵੀ ਇੰਡੀਆ ਦਾ ਇੰਡੀਆ ਦਾ ਸਿਰਫ ਇੰਨਾ ਹੈਗਾ ਵੀ ਆਜ ਅੱਜ ਪ੍ਰੈਜ਼ੈਂਟ ਹੈ ਜਿਵੇਂ ਪਾਕਿਸਤਾਨ ਪੰਜਾਬ ਇੱਥੋਂ ਤੱਕ ਹੀ ਹੈ ਇੰਡੀਆ ਤੇ ਇਸ ਤੋਂ ਬਾਅਦ ਦੁਨੀਆ ਦਾ ਅੰਤ ਆ ਇਸ ਤੋਂ ਬਾਅਦ ਈਸਟਰਨ ਓਸ਼ਨ ਆਉਂਦਾ ਵਾ ਹਾਂ ਤੇ ਬਸ ਉੱਥੋਂ ਤੱਕ ਰਾਜਾ ਸਾਡਾ ਜਿੱਤ ਕੇ ਆ ਜਾਊਗਾ ਹਣਾ ਤੇ ਉਹਨਾਂ ਦਾ ਆ ਮੰਨਣਾ ਸੀਗਾ ਪਰ ਜਿਵੇਂ ਜਿਵੇਂ ਆਪਾਂ ਗਾਂ ਜਾਵਾਂਗੇ ਆਪਾਂ ਵੇਖਾਂਗੇ ਹਣਾ ਵੀ ਅਲੈਗਜ਼ੈਂਡਰ ਨੂੰ ਹੋਰ ਪਤਾ ਲੱਗਦਾ ਵੀ ਅੱਛਾ ਜਗਾ ਐਦੂ ਗਾਂ ਵੀ ਹੋਰ ਜਗਾ ਹੈਗੀ ਆ ਤੇ ਐਨੀਵੇਸ ਹੁਣ 329 BC ਦੇ ਵਿੱਚ ਹਨਾ 329 ਤੋਂ ਲੈ ਕੇ 327 BC ਦੇ ਵਿੱਚ ਵਿੱਚ ਇਹ ਆ afghanistan ਵਾਲੀਆਂ ਜਗਾਵਾਂ ਇੱਥੋਂ ਕੌਂਕਰ ਕਰਦਾ ਉੱਥੇ ਪ੍ਰੋਵਿੰਸ ਸੀਗੇ ਜਗਾਹਾਂ ਸੀਗੀਆਂ ਬੈਕਟਰੀਆ ਹਨਾ ਸੌਕ ਦੀਆਂ ਰੌਕਸ ਤੇ ਉੱਥੇ ਵੀ ਬਹੁਤ ਟਫ ਕੰਪੀਟੀਸ਼ਨ ਮਿਲਿਆ ਹਨਾ ਇਹਨੂੰ ਇੱਥੋਂ ਦੇ ਰਾਜਿਆਂ ਨੇ ਦਿੱਤਾ ਇਹਨੂੰ ਤੇ ਉਦੋਂ ਤੱਕ ਇਵਨ ਠੰਡ ਵੀ ਪੈਣ ਲੱਗ ਗਈ ਸੀ ਬਹੁਤ ਜ਼ਿਆਦਾ ਠੰਡ ਹੋ ਚੁੱਕੀ ਸੀ ਉੱਥੇ ਵੀ ਇੱਕ ਬੜਾ ਉਹ ਫੇਮਸ ਯਾਨੀ ਕੌਂਕਰ ਕੀਤਾ ਸੀ ਹਨਾ ਸੌਕਦੀਆਂ ਰੌਕਸ ਦਾ ਰਾਜਾ ਸੀਗਾ ਤੇ ਉਹ ਵੀ ਤੜਫੜ ਕਰਦਾ ਸੀਗਾ ਤੇ ਉਹ ਕਹਿੰਦੇ ਵੀ ਆਵਾਵਾ ਉੱਚੇ ਜਗ੍ਹਾ ਤੇ ਸੀਗਾ ਸੌਕਦੀਆਂ ਰੌਕ ਜਿਹੜਾ ਉਹਦਾ ਕਿਲਾ ਸੀਗਾ ਤੇ ਘਿਰਿਆ ਹੋਇਆ ਸੀ ਆਲੋਲ ਪਹਾੜਾਂ ਨਾਲ ਸੀਗੀ ਸਨੋ ਸਨੂ ਕਰਕੇ ਵੀ ਫੈਲਾ ਸੀ ਹਾਂ ਪਹਾੜਾਂ ਨਾਲ ਘਿਰਿਆ ਹੋਇਆ ਸੀਗਾ ਤੇ ਹੁਣ ਆਪਾਂ ਨੂੰ ਐਗਜ਼ੈਕਟ ਹਾਈਟ ਨਹੀਂ ਪਤਾ ਵੀ ਉਹ ਕਿੰਨੀ ਉੱਚਾ ਸੀਗਾ ਪਹਾੜ ਤੇ ਉਹ ਰਾਜਾਾਂ ਦੇ ਉਹ ਐ ਚਾਂਬਲਿਆ ਹੋਇਆ ਸੀਗਾ ਵੀ ਆਹ ਦਾ ਅਲੈਗਜ਼ੈਂਡਰ ਜਦੋਂ ਉੱਥੇ ਪਹੁੰਚ ਗਿਆ ਅਲੈਗਜ਼ੈਂਡਰ ਨੂੰ ਆਂਦਾ ਵੀ ਆਂਦਾ ਵੀ ਜੇ ਤੂੰ ਮੈਨੂੰ ਕਾਂਕਰ ਕਰਨਾ ਆਂਦਾ ਤੈਨੂੰ ਪਰਾਂ ਵਾਲੀ ਆਰਮੀ ਚਾਹੀਦੀ ਹੋਊਗੀ ਆ ਐਨੀਦਰ ਤੋਂ ਜਿੱਤਿਆ ਜਾਣਾ ਐਡਾ ਬੁੜ ਕੇ ਆਉਣਾ ਪੈਣਾ ਤੇ ਇਹਨੇ ਆਂਦੇ ਵੀ ਰਾਤੋ ਰਾਤਿਆਂ ਦੇ ਠੰਡ ਪੈ ਰਹੀ ਸੀ ਉਦੋਂ ਤੇ ਇਹਨੇ ਆਪਦੀ ਆਰਮੀ ਦੇ ਵਿੱਚੋਂ ਆਂ ਨਾ 300 ਬੰਦਿਆਂ ਨੂੰ ਚੂਜ਼ ਕੀਤਾ ਵੋਲੰਟੀਅਰ ਕੀਤੇ ਵੀ ਜਿਹੜੇ ਮੇਰੇ ਲਈ ਲੜਨਾ ਚਾਹਣਗੇ ਤੇ ਉਹਨੂੰ ਮੈਂ ਈਵਨ ਜ਼ਿਆਦਾ ਪੇ ਵੀ ਕਰੂੰਗਾ ਨਾ ਤੇ ਇਹਨੇ ਜਿਹੜੇ ਵਧੀਆ ਮਾਊਂਟੇਨ ਕਲਾਈਮਰ ਸੀਗੇ ਉਹ ਚੂਜ਼ ਕੀਤੇ ਹਨਾ ਉਹ ਨਿਕਲੇ ਆ ਸਾਹਮਣੇ ਆਪ ਹੀ ਚੂਜ਼ ਕੀਤੇ ਗਏ ਹਨਾ ਅੱ ਤੇ ਉਹਨਾਂ ਨੇ ਬਾਅਦ ਚੋ ਪਹਾੜ ਪਿਛਲੇ ਪਾਸਿਓਂ ਕ੍ਰੋਸ ਕਰਨਾ ਸ਼ੁਰੂ ਕੀਤਾ ਤਾਂ ਉਹਨੂੰ ਚੜ੍ਹਾਈ ਕਰਨੀ ਸ਼ੁਰੂ ਕੀਤੀ ਰस्सियां ਰੁੱਸੀਆਂ ਲੈ ਕੇ ਹਨ ਤੇ ਉਹ 300 ਦੇ ਵਿੱਚੋਂ ਆਨੇ ਹੁਣ 30 ਜਾਣੇ ਮਰ ਵੀ ਗਏ ਸੀਗੇ ਡੈਗ ਗਏ ਸੀਗੇ ਚੜਦੇ ਚੜਦੇ ਤੇ ਹਾਲਾਂਕਿ ਉਹਨਾਂ ਨੇ ਤਾਂ ਚੜ੍ਹ ਹੀ ਗਏ ਸੀਗੇ ਸੌਜੀਨ ਰੌਕ ਤੇ ਆਂਦੇ ਵੀ ਉਦੋਂ ਤਾਈ ਉਹ ਜਿਹੜਾ ਰਾਜੇ ਨੂੰ ਜਦੋਂ ਪਤਾ ਲੱਗਿਆ ਵੀ ਓਕੇ ਮਗਰੋਂ ਵੀ ਕਰ ਗਿਆ ਉਹ ਆਪ ਹੀ ਸਰੈਂਡਰ ਕਰ ਗਿਆ ਸੀਗਾ ਉੱਥੇ ਇੱਕ ਇਹੋ ਜਿਹੀ ਇੱਕ ਹੋਰ ਰੌਕ ਸੀਗਾ ਉਹ ਉਹ ਵੀ ਇਹਨੇ ਆਈ ਕੈਪਚਰ ਕੀਤਾ ਸੀਗਾ ਨਾ ਤੇ ਉਦੋਂ ਨਾਲ ਠੰਡ ਵੀ ਬਹੁਤ ਪੈ ਰਹੀ ਸੀ ਜਿਵੇਂ ਮੈਂ ਕਿਹਾ ਤੇ ਆਰਮੀਆ ਦੇ ਕੈਜੂਅਲਟੀਆਂ ਵੀ ਹੋ ਰਹੀਆਂ ਸੀ ਇਹਦੀ ਆਰਮੀਜ਼ ਦੀਆਂ ਮਰ ਵੀ ਗਏ ਸੀਗੇ ਕਾਫੀ ਉਦੋਂ ਹਜ਼ਾਰਾਂ ਵਿੱਚ ਮਰੇ ਸੀਗੇ ਕਿਉਂਕਿ ਠੰਡ ਪੈ ਰਹੀ ਸੀ ਤੇ ਕੁਸ਼ ਵਿੱਚ ਵਿਦਰੋਹ ਵੀ ਹੋ ਰਿਹਾ ਸੀ ਨਾ ਬਗਾਵਤ ਵੀ ਪੈਦਾ ਹੋ ਰਹੀ ਸੀ ਉਹਦੇ ਕਰਕੇ ਵੀ ਉਹ ਬੜਾ ਟਫ ਸਿਚੁਏਸ਼ਨ ਹੋਈ ਪਈ ਸੀ ਇਹਦੇ ਆਸਤੇ ਤੇ ਉਦੋਂ ਹੀ ਇਹਨੂੰ ਇਹਦੀ ਜਿਹੜੀ ਵਾਈਫ ਆ ਰਕਸੇਨ ਹੂੰ ਫਿਊਚਰ ਵਾਈਫ ਜਿਹੜੀ ਬੰਦੀ ਹੋ ਉਹਦੇ ਹੀ ਵਿਆਹ ਕਰਵਾਇਆ ਸੀ ਉੱਥੇ ਹੀ ਮਿਲੀ ਸੀਗੀ ਇਹਨੂੰ ਤੇ ਉਹ ਇਹਦੀ ਪ੍ਰਾਇਮਰੀ ਵਾਈਫ ਸੀਗੀ ਆਹੋ ਉਹਦੇ ਵੀ ਹੋਰ ਵੀ ਉਹ ਜਿਹੜੇ ਵਿਆਹ ਕਰਾਉਣ ਦੇ ਪਿੱਛੇ ਆਏ ਸੀਗਾ ਇਹ ਜੋ ਸੌਕ ਡਾਇਨਾਂ ਦੇ ਵਿੱਚ ਰ ਸੌਕ ਡਾਇਨ ਰੌਕ ਦੇ ਆਲੇ ਦੁਆਲੇ ਵੀ ਬਹੁਤ ਛਿੜੀ ਸੀਗੀਆਂ ਯਾਰ ਬਹੁਤ ਉਹ ਸਾਰਾ ਪਹਾੜੀ ਏਰੀਆ ਇਹਨੂੰ ਬਹੁਤ ਅੰਗ ਹੋ ਰਿਹਾ ਸੀਗਾ ਕਿ ਕਿੱਧਰ ਦੀ ਘੇਰਾ ਪਾਉਣਾ ਕਿੱਧਰ ਦੀ ਜਿਹੜਾ ਮੈਂ ਪਹਿਲਾਂ ਗੱਲ ਕੀਤੀ ਐ ਸਪੈਤਨ ਮੀਸ ਜਿਹੜਾ ਉਹ ਕਿ ਬੈਸਿਸ ਫੜਾਇਆ ਸੀ ਜੀ ਨੇ ਹਮ ਹਮ ਉਹ ਫਿਰ ਬਾਅਦ ਚ ਆ ਕੇ ਗੁਰੀਲਾ ਅਟੈਕ ਕਰਨ ਲੱਗ ਗਿਆ ਆ ਕੇ ਅਟੈਕ ਕਰ ਜਾਂਦਾ ਪਿੱਛੇ ਜਿਹੜੀ ਇਹ ਜਿੱਤ ਜਾਂਦਾ ਸਿਟੀ ਉਹਦੇ ਆ ਕੇ ਫੇਰ ਕਬਜ਼ਾ ਕਰ ਲੈਂਦਾ ਇਹ ਵਾਪਸ ਹੁੰਦਾ ਭੱਜ ਜਾਂਦਾ ਐ ਕਰ ਕਰ ਕੇ ਸਭ ਤੋਂ ਵੱਧ ਗੈਜੂਲਟੀਆਂ ਕਹਿੰਦੇ ਵੀ ਮੈਸੋਡੋਨੀਅਮ ਆਰਮੀ ਨੇ ਉਦੋਂ ਫੇਸ ਕੀਤੀਆਂ ਸੀ ਸੌਡਿਆਨਾ ਦੇ ਵਿੱਚ 5000 ਗੈਜੂਲਟੀਆਂ ਉਹ ਚੀਜ਼ ਇੰਨਾ ਲੰਮਾ ਚੱਲਦੀ ਰਹੀ ਉਹ ਲੋਕਾਂ ਦੇ ਵਿੱਚ ਵੀ ਥੋੜਾ ਜਿਹਾ ਮਾਰ ਮਟਾਓ ਮਾਰਨ ਕਰਕੇ ਇਹਨੇ ਵੀ ਉੱਥੇ ਰੌਕਸਨ ਨਾਲ ਵਿਆਹ ਕਰਾਇਆ ਤੇ ਇਹ ਪਸੰਦ ਵੀ ਇਹਨੂੰ ਆ ਗਈ ਸੀ ਚਲੋ ਉਹ ਵੀ ਗੱਲ ਸੀਗੀ ਫਿਰ ਉਹੀ ਸੌਗੜੇ ਨਾਲ ਦੋਸਤ ਬਾਰ ਫਿਰ ਅਫਗਾਨਿਸਤਾਨ ਦੀਆਂ ਜਿੱਤੀਆਂ ਸਾਰੀਆਂ ਹਨਾ ਅਫਗਾਨਿਸਤਾਨ ਦੇ ਵਿੱਚ ਬਹੁਤ ਉੱਥੇ ਰਿਵਰਾਂ ਦੇ ਨੇੜੇ ਤੇ ਜਿਹੜੇ ਬਹੁਤ ਸੀਗੀਆਂ ਕਈ ਦਾ ਵਾਰ ਲਾਈਕ ਸੀਗੇ ਬੰਦੇ ਹਨਾ ਪੂਰੇ ਮਿਲਟਰੀ ਵਾਲੇ ਕਹਿੰਨ ਦਾ ਭਾਵ ਕਿ ਤਕੜੇ ਬੰਦੇ ਸੀਗੇ ਉਹਨਾਂ ਨਾਲ ਵੀ ਉੱਥੇ ਵੀ ਛੋਟੇ ਛੋਟੇ ਲੜਾਈਆਂ ਹੁੰਦੀਆਂ ਰਹੀਆਂ ਫਿਰ ਇੰਡਸ ਵੈਲੀ ਤੋਂ ਤਖਸੀਲਾ ਫਿਰ ਤੇਰਾ ਖਾਈਬਰ ਪਾਸ ਕਹਿੰਦੇ ਆ ਜਿਹਨੂੰ ਖਬਰ ਬਾਦ ਦੇ ਨਾਲ ਨਾਲ ਆਇਆ ਇਹ ਨਾਲ ਨਾਲ ਜਿੱਥੇ ਆਪਾਂ ਕਹਿੰਦੇ ਆ ਕਿ ਹੈਡਸਪਸ ਦੀ ਲੜਾਈ ਆਪਾਂ ਮੰਨਦੇ ਆ ਕਿ ਹਾਂ ਇੰਡੀਆ ਚ ਜਿਹੜਾ ਵੀ ਆਇਆ ਸਿਕੰਦਰ ਆਇਆ ਪੋਰਸ ਸਾਹਮਣੇ ਟਕਰਿਆ ਉਹ ਉੱਥੇ ਹੋਈ ਸੀਗੀ ਜਿਹਨੂੰ ਜੇਲਮ ਦਾ ਆਪਾਂ ਜਿਹੜਾ ਕਹਿੰਦੇ ਆ ਜੇਲਮ ਦਾ ਹਾਂ ਤੇ ਇਹ ਲੜਾਈ 326 BC ਦੇ ਵਿੱਚ ਹੋਈ ਸੀਗੀ ਜੁਲਾਈ ਦੇ ਵਿੱਚ ਤੇ ਉਦੋਂ ਮੌਨਸੂਨ ਵੀ ਹਨਾ ਵਾਵਾ ਮੀਂਹੂ ਪਈ ਜਾਂਦੇ ਸੀ ਹਨਾ ਤੇ ਜੇਲਮ ਦਾ ਫਲੋ ਵੀ ਜ਼ਿਆਦਾ ਸੀਗਾ ਹਾਂ ਤੇ ਇਵਨ ਪੋਰਸ ਤੋਂ ਪਹਿਲਾਂ ਵੀ ਆਂਦਾ ਕਈ ਕਈ ਰਾਜੇ ਇਹਨੂੰ ਥੋੜੇ ਬਹੁਤੇ ਰਾਜੇ ਟਕਰੇ ਸੀਗੇ ਤੇ ਉਹਨਾਂ ਨੇ ਸਰੈਂਡਰ ਕਰਤਾ ਸੀ ਆਂਦੇ ਆ ਇੰਡੀਆ ਦੇ ਰਾਜੇ ਸੀਗੇ ਪਰ ਆਹਦੇ ਪੋਰਸ ਪਹਿਲਾ ਸੀਗਾ ਵੀ ਜਿਹੜਾ ਆਂਦਾ ਵੀ ਮੈਂ ਐ ਝੁਕਾਂ ਨਹੀਂ ਲੱਗਿਆ ਅਲੈਗਜ਼ੈਂਡਰ ਦੇ ਮੂਰੇ ਤੇ ਮੈਂ ਲੜੂੰਗਾ ਉਹਦੇ ਨਾਲ ਭਾਵੇਂ ਜਿੱਡਾ ਮਰਜੀ ਆਉਦੇ ਆਪ ਨੂੰ ਸਮਝਦਾ ਹੋਵੇ ਤੇ ਉਦੋਂ ਫਿਰ ਹਾਈ ਡੈਸਪਸ ਰਿਵਰ ਤੇ ਦੋਵੇਂ ਆਮੋ ਸਾਹਮਣੇ ਹੋਏ ਸੀਗੇ ਤੇ ਹੁਣ ਪੋਰਸ ਦੀ ਆਰਮੀ ਆਪਾਂ ਵੇਖ ਲਈਏ ਪੋਰਸ ਕੋਲੇ ਆਂਦੇ 100 ਤੋਂ 200 ਦੇ ਵਿੱਚ ਕਹਿੰਦੇ ਹਾਥੀ ਸੀਗੇ ਵਾਰ এলিਫੈਂਟ ਸੀਗੇ ਉਹਨੇ ਲਾਏ ਹੋਏ ਸੀਗੇ ਜੇਲਮ ਰਿਵਰ ਦੇ ਉੱਤੇ ਤੇ ਹਾਂ ਹਾਂ ਕੰਡੇ ਦੇ ਇਹ ਹੁਣ ਲੜਾਈਆਂ ਆਏ ਨਹੀਂ ਵੀ ਇੱਕ ਦੋ ਦਿਨਾਂ ਵਿੱਚ ਸ਼ੁਰੂ ਹੋਗੀ ਕਈ ਆਏ ਵੀ ਕਹਿੰਦੇ ਵੀ ਚਾਰ ਪੰਜ ਮਹੀਨੇ ਤਾਂ ਇਹਨਾਂ ਦੀਆਂ ਤਿਆਰੀਆਂ ਹੀ ਚੱਲਦੀਆਂ ਰਹੀਆਂ ਹਨ ਵੀ ਕਿਵੇਂ ਜਿੱਤਣਾ ਵਾ ਤੇ ਇੱਕ ਦੂਜੇ ਦੇ ਮੈਨੂਵਰ ਸੀ ਸਮਝਦੇ ਰਹੇ ਹਨ ਤੇ ਹੁਣ ਜਿਹੜਾ ਸਿਕੰਦਰ ਸੀਗਾ ਇਹ ਵੀ ਹਨਾ ਕੀ ਕਰਦਾ ਸੀਗਾ ਜੇਲਮ ਰਿਵਰ ਤੇ ਜਾਣ ਕੇ ਹਨਾ ਆਪਦੀ ਆਰਮੀ ਬੈਕ ਐਂਡ ਫੋਰਥ ਮੂਵ ਕਰਨ ਲੱਗ ਜਾਂਦਾ ਸੀ ਉਹਨੂੰ ਚਕੰਨੀ ਦੇਣ ਵਾਸਤੇ ਵੀ ਕਿਤੇ ਉੱਥੇ ਚਲਿਆ ਗਿਆ ਕਿਤੇ ਉੱਥੇ ਚਲਿਆ ਗਿਆ ਤੇ ਉਹ ਵੀ ਨਿਗਾਰਾ ਕਰੇ ਸੀ ਵੈਸੇ ਤਾਂ ਪੋਰਸਰਗੇ ਵੀ ਕਿਉਂਕਿ ਉਹ ਜਿਹੜਾ ਜਿਹੜਾ ਜੇਲਮ ਰਿਵਰ ਸੀਗਾ ਉਹ ਟੱਪਣਾ ਬਹੁਤ ਔਖਾ ਸੀਗਾ ਜੇ ਸਿੱਧਾ ਟੱਪ ਕੇ ਜਾਂਦੇ ਉਹ ਤਾਂ ਫਿਰ ਨਾਲ ਦੇ ਨਾਲ ਹੀ ਉਹਨਾਂ ਨੇ ਬਹੁਤ ਹੀ ਔਖਾ ਸੀ ਟੱਪਣੀ ਆਣਾ ਸੀ ਇੰਪੋਸੀਬਲ ਸੀ ਉਹ ਟਾਈਮ 'ਚ ਕਹਿੰਦੇ ਫਲੋ ਹੀ ਇੰਨਾ ਸੀ ਰਿਵਰ ਦਾ ਕਿ ਤੁਸੀਂ ਆਰ ਫੈਲੈਂਗਸ ਵਾੜ ਨਹੀਂ ਸਕਦੇ ਘੋੜੇ ਵੀ ਨਹੀਂ ਵੜਦੇ ਰੁੜਜੋਗੇ ਵੜਦੇ ਨਹੀਂ ਸੀ ਘੋੜੇ ਤੇ ਇਹਦੇ ਨਾਲ ਇੱਕ ਕਰੇਟਰਸ ਵੀ ਸੀ ਨਾ ਇਹਦਾ ਜਨਰਲ ਸੀਗਾ ਉਹਦੀ ਵੀ ਆਰਮੀ ਸੀ ਉਹ ਇਹਨੇ ਰਿਜ਼ਰਵ 'ਚ ਰੱਖੀ ਹੋਈ ਸੀਗੀ ਹਾਂ ਬਾਕੀ ਹਾਥੀ ਕਹਿੰਦੇ ਇਹਨਾਂ ਨੇ ਤਾਂ ਲਾਏ ਜੀ ਮੁਰੇ ਕਿ ਘੋੜੇ ਡਰ ਜਾਣ ਇਹਨਾਂ ਦੇ ਵੀ ਘ ਤਾਂ ਉਹਨੇ ਉੱਥੇ ਲਾਇਆ ਜੀ ਤੇ ਜੇਲਮ ਰੀਵਰ ਵੀ ਆਏ ਆ ਜਿੱਥੇ ਜੇਲਮ ਲੰਘਦਾ ਉਹਦੇ ਨਾਲ ਨੈਟਵਰਕ ਆ ਰੀਵਰਾਂ ਦੇ ਪਿੱਛੇ ਬੜੇ ਹਨਾ ਉੱਥੇ ਵੇਹਣਾ ਫਿਰਦਾ ਸੀ ਅਲੈਗਜ਼ੈਂਡਰ ਕਿ ਕਿੱਧਰ ਦੀ ਹੋਰ ਕਿੱਧਰ ਦੀ ਜਾਇਆ ਜਾਵੇ ਤਾਂ ਵੀ 4-5 ਮੀਲ ਕਹਿੰਦੇ ਇਹਨਾਂ ਨੇ ਕੈਂਪ ਵੀ ਇੱਕ ਦੂਜੇ ਦੇ ਮੂਹਰੇ ਲਾਏ ਹੂੰ ਜਿਵੇਂ ਕੈਂਪ ਇੱਕ ਜੇਲਮ ਰੀਵਰ ਦੇ ਆਸਪਾਸ ਜੇ ਜੇਲਮ ਰੀਵਚਾਲੇ ਹੋਵੇ ਇਧਰ ਕੈਂਪ ਇਹਨਾਂ ਦਾ ਹੋਵੇ ਤੇ ਉਹਨਾਂ ਦਾ ਕੈਂਪ ਉੱਧਰ ਹੋਵੇ ਸਾਹਮਣੇ ਹਾਂ ਤੇ ਕਹਿੰਦੇ ਅਲੈਗਜ਼ੈਂਡਰ ਜਿਹੜੀ ਰਾਤ ਦੀ ਗੱਲ ਕਰ ਰਿਹਾ ਹਸਨ ਉਹ ਰਾਤ ਕਹਿੰਦੇ ਆਏ ਵੀ ਕਿਹਾ ਕਿ ਅੱਗ ਜਲਾ ਕੇ ਰੱਖੋ ਤੇ ਉਹੀ ਚਕੰਨੀ ਦੇਣ ਵਾਸਤੇ ਤੇ ਆਪ ਆਂਦੇ ਅਲੈਗਜ਼ੈਂਡਰ ਆਪ ਦੀ ਟੁਕੜੀ ਲੈ ਕੇ ਰਿਵਰ ਤੋਂ ਥੋੜਾ ਅੱਗੇ ਚ ਲੈ ਗਿਆ ਜਿੱਥੋਂ ਕਿ ਜੇਲਮ ਰਿਵਰ ਟੱਪਣਾ ਸੌਖਾ ਸੀਗਾ ਟੱਪਣਾ ਐ ਸੌਖਾ ਸੀਗਾ ਕਿਉਂ ਜੇਲਮ ਰਿਵਰ ਤੋਂ 18 ਮੀਲ ਮਗਰ ਆ ਕੇ ਪਿੱਛੋਂ ਕ੍ਰੋਸ ਕਰਨ ਨੂੰ ਫਿਰਦਾ ਸੀ ਉਹ ਵੀ ਹਾਲਾਂਕਿ ਗਾਂ ਉਹ ਵੀ ਫਸ ਗਿਆ ਉੱਥੇ ਭੀੜਾ ਸੀ ਉਥੋਂ ਆਹ ਉਥੋਂ ਪੀੜਾ ਪੀੜਾ ਵੀ ਕਈ ਕਹਿੰਦੇ ਪੀੜਾ ਸੀਗਾ ਕਈ ਕਹਿੰਦੇ ਵੀ ਉਹਦੇ ਵਿਚਾਲੇ ਇੱਕ ਮਾੜੀ ਜਿਹੀ ਜਗਾ ਸੀ ਆਈਲੈਂਡ ਵਾਂਗੂ ਉਹ ਤਾਂ ਗਲਤੀ ਕਰਕੇ ਹੋ ਗਿਆ ਸੀ ਆਈਲੈਂਡ ਵਾਂਗੂ ਉਹ ਇਹਨਾਂ ਨੂੰ ਪਤਾ ਨਹੀਂ ਸੀ ਲੱਗਿਆ ਵੀ ਸਭ ਵਿਚਾਲੇ ਆਈਲੈਂਡ ਹੈ ਸਿੱਧਾ ਉਹ ਜਦੋਂ ਉੱਥੇ ਆਏ ਹੋ ਗਏ ਤੇ ਵੀ ਇਹਦਾ ਵਿਚਾਲੇ ਆ ਗਏ ਹੋਰ ਪਰਸਪੈਕਟਿਵ ਲਈ ਫੋਟੋ ਵੀ ਲਾ ਦਾਂਗੇ ਕਿ ਇੱਕ ਜੇਲਮ ਰਿਵਰ ਆ ਅੰਮਣੂ ਸਾਹਮਣੇ ਆਰਮੀਆ ਬੈਠੀਆਂ ਤਾਂ ਇਹਨੇ ਇੱਕ ਰਾਤ ਆਪਦੀ ਆਰਮੀ ਲੈ ਕੇ ਮਗਰ ਨੂੰ ਮੁੜ ਗਿਆ ਅਲੈਗਜ਼ੈਂਡਰ ਹਾਂ ਲਾਈਟਾਂ ਸਾਰੀਆਂ ਇਹਨਾਂ ਨੇ ਜਗਾ ਕੇ ਰੱਖੀਆਂ ਉਹਦੀਆਂ ਅੱਗੇ ਬਾਲ ਕੇ ਰੱਖੀ ਕਿ ਸਾਰੀ ਆਰਮੀ ਇੱਥੇ ਹੀ ਹੈ ਹੂੰ ਇਹਨਾਂ ਨੇ ਬਾਲ ਕੇ ਇੱਕ ਰਾਹ ਲੱਭਿਆ ਪਿੱਛੇ ਜੇਲਮ ਰਿਵਰ ਦੇ ਜਿਹੜਾ ਪਾਣੀ ਸੀਗਾ ਉਹ ਵੀ ਆਪਾਂ ਫੋਟੋ ਲਾਵਾਂਗੇ ਜਦੋਂ ਇਹਨਾਂ ਨੇ 18 ਮੀਲ ਪਿੱਛੇ ਰਾਹ ਲੱਭਿਆ ਜਿੱਥੋਂ ਲੰਘਣਾ ਸੀ ਤੇ ਜਦੋਂ ਲੰਘੇ ਉੱਥੇ ਵੀ ਗਾਂਹੇ ਫਸ ਗਏ ਕਿਉਂਕਿ ਗਾਂਹ ਵੀ ਪਾਣੀ ਸੀਗਾ ਥੋੜਾ ਜਿਹਾ ਹਾਂ ਬਰਨ ਨੇ ਪੌਲਪੁੱਲ ਬਹੁਤ ਸ਼ੀਧੀ ਬਣਾ ਲੰਦੇ ਸੀ ਬੋਟਾ ਸੀ ਇਹਨਾਂ ਕੋਲੇ ਕਰ ਦਿੰਦੇ ਸੀ ਤੇ ਉੱਥੋਂ ਫਿਰ ਅਲੈਗਜ਼ੈਂਡਰ ਟੱਪ ਗਿਆ ਸੀਗਾ ਇੱਕ ਹਿਸਾਬ ਦਾ ਵੀ ਜਿੱਥੇ ਇਹਨਾਂ ਦੀ ਕੈਂਪ ਲਾਈ ਸੀ ਇਹ ਕੈਂਪਾਂ ਤੋਂ ਪਰੇ ਹੋ ਕੇ ਟਪਾਉਣਾ ਚਾਹੁੰਦਾ ਸੀ ਵੀ ਜਿੱਥੇ ਨਿਗਾ ਚਨਾਵੇ ਪੋਰਸ ਦੇ ਹਾਲਾਂਕਿ ਪੋਰਸ ਨੂੰ ਪਤਾ ਲੱਗ ਗਿਆ ਸੀਗਾ ਵੀ ਉਹ ਰਿਵਰ ਟੱਪ ਰਹੇ ਹਨ ਉਹ ਘੇਰਾਬਾਉਨ ਨੂੰ ਫਿਰਦਾ ਸੀ ਉਵੇਂ ਹੀ ਪਰ ਪੋਰਸ ਨੂੰ ਲੱਗ ਗਿਆ ਸੀ ਉਹਨਾਂ ਦੀ ਬੰਦੇ ਛੱਡੇ ਹੋਏ ਸੀਗਾ ਸਕਾਉਟ ਉਹ ਵੀ ਉਹ ਵੀ ਦੇਖ ਰਹੇ ਸੀ ਹਾਂ ਉਹਨਾਂ ਨੇ ਵੀ ਦੇਖ ਲਿਆ ਸੀਗਾ ਤੇ ਉਦੋਂ ਆਦੇ ਫਿਰ ਪੋਰਸ ਨੇ ਆਪ ਦਾ ਮੁੰਡਾ ਭੇਜਿਆ ਸੀਗਾ ਥੋੜੀ ਜੀ ਟੁਕੜੀ ਲੈ ਕੇ ਵੀ ਉਹ ਜਿੱਥੋਂ ਕ੍ਰ ਰਿਆ ਤੇ ਉਹਨੇ ਆਦੇ ਮਾਰਤਾ ਸੀਗਾ ਪੋਰਸ ਪੋਰਸ ਦਾ ਉਹ ਮੁੰਡਾ ਮਾਰਤੇ ਉਦੋਂ ਬਾਅਦ ਪੋਰਸ ਨੂੰ ਹਾਂ ਉਦੋਂ ਬਾਅਦ ਪਤਾ ਲੱਗ ਗਿਆ ਸੀਗਾ ਨਾ ਪੋਰਸ ਨੇ ਵੀ ਫਿਰ ਆਰਮੀ ਆਪਦੀ ਸਾਰੀ ਉਧਰ ਟੇਢੀ ਕਰਤੀ ਸੀਗੀ ਉਹਦਾ ਮੂੰਹ ਇਧਰ ਨੂੰ ਸੀਗਾ ਰਿਵਰ ਵਾਲੇ ਪਾਸੇ ਨੂੰ ਉਹਨੇ ਫਿਰ ਅਲੈਗਜ਼ੈਂਡਰ ਵਾਲੇ ਪਾਸੇ ਨੂੰ ਕਰਤਾ ਸੀਗਾ ਤੇ ਇੱਥੇ ਇੱਕ ਆਪਦੀ ਟੁਕੜੀ ਵੀ ਛੱਡ ਗਿਆ ਸੀਗਾ ਅਲੈਗਜ਼ੈਂਡਰ ਪਿੱਛੇ ਕਰੀਟਰਸ ਕਰੀਟਰਸ ਉਹਦਾ ਜਰਨਲ ਸੀਗਾ ਹਣਾ ਤੇ ਉਹ ਉਹਦੇ ਕੋਲ ਆਪਦੀ ਹਾਂ ਵੀ ਇਹ ਪਿੱਛੋਂ ਘੇਰਾ ਪਾ ਲੈਣਗੇ ਸਿੱਧੇ ਡਾਇਰੈਕਟ ਰਿਵਰ ਟੱਪ ਕੇ ਹਣਾ ਤੇ ਪਰ ਉਹ ਪਤਾ ਮੈਂ ਸਾਹਮਣੇੋਂ ਫਰੰਟ ਤੋਂ ਲੜੂੰਗਾ ਇਹ ਪਿੱਛੋਂ ਘੇਰਾ ਪਾ ਲੈਣ ਤੇ ਉੱਥੇ ਹੁਣ ਫੇਸ ਟੂ ਫੇਸ ਹੁੰਦੇ ਹਨਾ ਪੋਰਸ ਤੇ ਅਲੈਗਜ਼ੈਂਡਰ ਤੇ ਅਲੈਗਜ਼ੈਂਡਰ ਦੇ ਇੱਥੇ ਇੱਕ ਮੇਨ ਜਰਨਲ ਹੈ ਨਾ ਕੋਇਨਸ ਅਲੈਗਜ਼ੈਂਡਰ ਰਾਈਟ ਸਾਈਡ ਤੇ ਖੜਾ ਤੇ ਕੋਇਨਸ ਲੈਫਟ ਸਾਈਡ ਤੇ ਖੜਾ ਵਾ ਹਨਾ ਤੇ ਵਿਚਾਲੇ ਇਹਨਾਂ ਦੀ ਫੈਲੈਂਕਸ ਲਾਈ ਹੋਈ ਆ ਤੇ ਉਧਰੋਂ ਉਹਨਾਂ ਦੇ ਕੀ ਆ ਉਹਨਾਂ ਦੇ ਹਾਥੀ ਲੱਗੇ ਹੋਏ ਹਨਾ ਵਿਚਾਲੇ ਤੇ ਪੂਰੀ ਤਗੜੀ ਆਰਮੀ ਉਹਨਾਂ ਦੀ ਪੋਰਸ ਰਾਜਾ ਵਿਚਾਲੇ ਖੜਾ ਵਾ ਹਨਾ ਤੇ ਆਂਦੇ ਹੁਣ ਹਾਥੀ ਪਹਿਲਾਂ ਮੂਵ ਕਰਦੇ ਹਨਾ ਤੇ ਇਹਨਾਂ ਨੇ ਫੇਰ ਆਂਦੇ ਟਰਾਈ ਕੀਤਾ ਲੀਨਾ ਕਢਣ ਦੀ ਜਿਵੇਂ ਆਪਾਂ ਪਿਛਲੇ ਗੋਗ ਮੇਲਾ ਦੀ ਬੈਟਲ ਦੀ ਗੱਲ ਕੀਤੀ ਸੀ ਵੀ ਚੈਰੀਟ ਆਈ ਸੀ ਕਿ ਤੇ ਇਹਨਾਂ ਨੇ ਲੀਨਾ ਕਢਤੀਆਂ ਸੀ ਤੇ ਉਵੇਂ ਹੀ ਇਹਨਾਂ ਨੇ ਲੀਨਾ ਕਢਣ ਦੀ ਕੋਸ਼ਿਸ਼ ਕੀਤੀ ਤੇ ਕਈਆਂ ਨਹੀਂ ਇਵਨ ਹਾਥੀਆਂ ਦੇ ਜਿਹੜੇ ਇਹਨਾਂ ਕੋਲ ਸੀਗੇ ਵਰਸ਼ੇ ਹਨਾ ਬਹੁਤ ਲੰਬੇ ਸੀ 18 18 30 23 23 ਫੁੱਟ ਦੇ ਉਹ ਵੀ ਮਾਰ ਕੇ ਹਨਾ ਇਹ ਹਾਥੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂ ਇੰਜਰ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਹਾਥੀਆਂ ਦੇ ਉੱਤੇ ਵੀ ਬੰਦੇ ਬੈਠੇ ਸੀਗੇ ਤੇ ਉਹਨਾਂ ਲਈ ਵੀ ਇਹਨਾਂ ਨੇ ਵਰਸ਼ੇ ਥ्रो ਕੀਤੇ ਹਨਾ ਤੇ ਉੱਥੇ ਐਂ ਕਹਿੰਦੇ ਆ ਸੋਰਸ ਏਰੀਆਨ ਤੇ ਏਰੀਆਨ ਨੂੰ ਜਦੋਂ ਪੜਦੇ ਆ ਏਰੀਆਨ ਤੇ ਬੁਲਟਾਰਕ ਨੂੰ ਵੀ ਹਾਥੀਆਂ ਨੂੰ ਹਾਥੀ ਡਰ ਗਏ ਸੀਗੇ ਤੇ ਹਾਥੀ ਬੈਕਰੰਡ ਕਰਨ ਲੱਗੇ ਸੀ ਤੇ ਆਪ ਵੀ ਆਉਣੇ ਲੱਗੇ ਸੀਗੇ ਹਾਥੀ ਬਹੁਤ ਜੰਗਾਂ ਜਾਏ ਹੋਇਆ ਡਰ ਕੇ ਪਿੱਛੇ ਆਉਂਦੇ ਜਦੋਂ ਅਲੈਗਜ਼ੈਂਡਰ ਹੁਣ ਆਪਾਂ ਇਹ ਕੰਟਰੋਵਰਸ਼ੀਅਲ ਹੈ ਕਿ ਪਹਿਲਾਂ ਲੜੇ ਸੀ ਕਿ ਨਹੀਂ ਹਨਾ ਗੋਗੋ ਮੇਲਾ ਦੇ ਵਿੱਚ 15 ਹਾਥੀ ਸੀਗੇ ਉਹਨਾਂ ਕੋਲੇ ਹਾਲਾ ਕਿ ਕਈ ਸੋਰਸ ਕਹਿੰਦੇ ਆ ਕਈ ਕਦੇ ਹੈ ਨਹੀਂ ਸੀਗੇ ਪਰ ਉਹ ਕਹਿੰਦੇ ਵੀ ਸਰਮੋਨੀਅਲ ਪਰਪਸ ਲਈ ਰੱਖੇ ਸੀ ਉਹ 15 ਹਾਥੀ ਹਾਂ ਹਾਂ ਪਰ ਅਲੈਗਜ਼ੈਂਡਰ ਦੀ ਜਿਵੇਂ ਆਪਾਂ ਕਹਿੰਦੇ ਇਹਨਾਂ ਨੇ ਤਕਨੀਕਾਂ ਲਾਈਆਂ ਵੀ ਸੀ ਕਿ ਰੋਲਾ ਪਾਉਣਾ ਉਹਨਾਂ ਦਾ ਰੋਲਾ ਪਾਣਾ ਕਿ ਹਾਥੀ ਡਰਾਉਣੇ ਆ ਇਹਨਾਂ ਕੋਲ ਸਪੈਸ਼ਲ ਤਕਨੀਕਾਂ ਵੀ ਸੀ ਕਿ ਚੀਕਾਂ ਮਾਰਦੇ ਸੀਗੇ ਡਕੇ ਵਜਾਉਂਦੇ ਸੀ ਜਾਂ ਕੁਝ ਕਰਦੇ ਸੀ ਜਾਂ ਵਰਛੇ ਮਾਰਦੇ ਸੀ ਹਨਾ ਵੀ ਹਾਥੀ ਡਰਨ ਕਹਿੰਦੇ ਉਹ ਹਾਥੀ ਡਰ ਕੇ 200 ਹਾਥੀ ਜਗ੍ਹਾ ਦੀ ਉਹ ਆਪਦੇ ਬੰਦੇ ਵੀ ਬਹੁਤ ਲਤਰਦੇ ਫੋਰਸ ਦੇ ਵੈਸੇ ਵੀ ਜਦੋਂ ਤੂੰ ਹਿਸਟਰੀ 'ਚ ਮੈਂ ਕਦੇ ਕੋਈ ਵਾਰ ਜੰਗਾ-ਜੁੰਗਾ ਦੇਖਿਆ ਨਾ ਜਦ ਤੈਨੂੰ ਪਤਾ ਹਾਥੀ ਆ ਰਹੇ ਕਈਆਂ 'ਚ ਕੀਤਾ ਹੈ ਹਾਥੀ ਆਪਦੇ ਬੰਦੀ ਦਾ ਡਰ ਦੇ ਕੇ ਜਦੋਂ ਵਜਦਾ ਪਰ ਭਜਦਾ ਹਨਾ ਉਹ ਕੀ ਜਾ ਸੁੰਡਾ ਸੰਡਾ ਦੇ ਵਿੱਚ ਮਾਰਦੇ ਸੀਗੇ ਪਰ ਹਾਥੀਆਂ ਨੇ ਕਹਿੰਦੇ ਬਹੁਤ ਨੁਕਸਾਨ ਕੀਤਾ ਸੀ ਇਹ ਆਰਮੀ ਦਾ ਫੈਲੈਂਕਸ ਦਾ ਵੀ ਨੁਕਸਾਨ ਕੀਤਾ ਸੀ ਕਿ ਸੁੰਡਾਂ ਦੇ ਉੱਤੇ ਚੱਕ ਲੈਂਦਾ ਸੀ ਜਿਹੜੀ ਆਪਣੀ ਟਰੰਕ ਹੁੰਦੀ ਹੈ ਉਹ ਹਾਂ ਹਾਂ ਬਿਲਕੁਲ ਚੱਕ ਚੱਕ ਮਾਰਦੇ ਸੀ ਹਾਂ ਉਹਦੀ ਹਾਲਾਂਕਿ ਆਹਦੇ ਵੀ ਉਹਦੀ ਪੋਰਸ ਦੀ 65000 ਦੇ ਨੇੜੇ ਤੇ ਆਰਮੀ ਕਹਿੰਦੇ ਸੀਗੇ ਤੇ ਇਹਦੀ ਉਹੀ 40 ਤੋਂ 45000 ਹਨਾ ਤੇ ਫਿਰ ਇਹਨੇ ਉਹੀ ਸਕੀਮ ਲਾਈ ਇਹਨੇ ਇੱਕ ਸਾਈਡ ਉਹਦੀ ਅਟੈਕ ਕੀਤਾ ਹਨਾ ਅਲੈਗਜ਼ੈਂਡਰ ਨੇ ਆਪਦੀ ਰਾਈਟ ਸਾਈਡ ਤੋਂ ਅਟੈਕ ਕੀਤਾ ਹਨਾ ਤੇ ਉਹ ਰਾਈਟ ਸਾਈਡ ਨੂੰ ਬਚਾਉਣ ਲਈ ਹਨਾ ਪੋਰਸ ਨੇ ਆਪਦੀ ਦੂਜੀ ਆਰਮੀ ਭੇਜੀ ਹੂੰ ਉਹਨੂੰ ਕਵਰ ਦੇਣ ਵਾਸਤੇ ਤਾਂ ਇਹਨੇ ਫਿਰ ਦੂਜੇ ਪਾਸੇ ਜਿਹੜਾ ਕੋਇਨਸ ਸੀਗਾ ਉਹਨੇ ਉੱਤੋਂ ਦੀ ਵਲ ਕੇ ਆ ਕੇ ਆਪਾਂ ਫੋਟੋ ਵੀ ਲਾਵਾਂਗੇ ਤੇ ਉਹਨੇ ਫਿਰ ਮਗਰ ਇੱਕ ਹਿਸਾਬ ਦਾ ਉਹਦੀ ਜਿਹੜੀ ਆਰਮੀ ਭੇਜੀ ਸੀ ਪੋਰਸ ਦੀ ਉਹ ਨਹੀਂ ਜਾ ਕੇ ਜੇਲਮ ਟੱਪ ਕੇ ਜੇਲਮ ਟੱਪ ਕੇ ਉੱਤੋਂ ਦੇ ਆ ਗਏ ਨਹੀਂ ਨਹੀਂ ਉਹ ਕੋਇਨਸ ਉਹ ਤਾਂ ਪਿੱਛੋਂ ਆ ਰਹੇ ਸੀ ਨਾ ਕ੍ਰੇਟਰਸ ਉਹ ਪਿੱਛੋਂ ਆ ਰਹੇ ਸੀ ਤੇ ਇਧਰੋਂ ਹਾਂ ਇਹਦਾ ਜਿਹੜਾ ਆਪ ਦਾ ਜਰਨਲ ਹוס ਸੀਗਾ ਕੋਇਨਸ ਉਹ ਵੀ ਹਾਂ ਉਹਨੇ ਵੀ ਆ ਕੇ ਘੇਰ ਲਿਆ ਸੀਗਾ ਤੇ ਉਹ ਬਹੁਤ ਤਗੜਾ ਯੁੱਧ ਹੋਇਆ ਉਹਦੇ ਵੀ ਬਹੁਤ ਜ਼ਿਆਦਾ ਕੰਪੀਟੀਸ਼ਨ ਦਿੱਤਾ ਇਹਨੇ ਪੋਰਸ ਨੇ ਅਲੈਗਜ਼ੈਂਡਰ ਨੂੰ ਤਗੜੇ ਲੜੇ ਸੀ ਇਹ ਤੇ ਪੋਰਸ ਇਹਦੀ ਉਹ ਵੀ ਕ੍ਰੀਟਰਸ ਨੇ ਪਿੱਛੋਂ ਆ ਕੇ ਘੇਰ ਕੇ ਹਨਾ ਤੇ ਹਰਾ ਹੀ ਦਿੱਤਾ ਤੇ ਇੱਥੇ ਆਂਦੇ ਵੀ ਪੋਰਸ ਹਾਰ ਗਿਆ ਸੀਗਾ ਹਾਂ ਆਹ ਤੇ ਇਹ ਤਾਂ ਹੁਣ ਇੱਕ ਨੈਰੇਟਿਵ ਆ ਨਾ ਇਹ ਹੁਣ ਜੇ ਏਰੀਅਨ ਤੇ ਪਲੂਟਾਰਕ ਨੂੰ ਮੰਨੀਏ ਤਾਂ ਇਹ ਕਹਿੰਦੇ ਵੀ ਇੱਥੇ ਪੋਰਸ ਹਾਰ ਗਿਆ ਸੀਗਾ ਹਨਾ ਤੇ ਆਂਦੇ ਵੀ ਬਾਅਦ ਚੋਂ ਪੋਰਸ ਨੂੰ ਪੁੱਛਿਆ ਵੀ ਜੀ ਤੁੰ ਕਿਵੇਂ ਟਰੀ ਹਾਊ ਵੁਡ ਯੂ ਲਾਈਕ ਟੂ ਬੀ ਟ੍ਰੀਟਡ ਨਾ ਤੇ ਉਹ ਸੋਰਸਸ ਆ ਪਏ ਆ ਉਹ ਕਹਿੰਦੇ ਵੀ ਉਹ ਮੈਨ ਪੋਰਸ ਕਹਿੰਦਾ ਵੀ ਮੈਨੂੰ ਮੈਨੂੰ ਰਾਜ ਵਾਂਗੂ ਟ੍ਰੀਟ ਕਰੋ ਤੇ ਉੱਥੇ ਆnde ਵੀ ਫੋਟੋ ਵੀ ਆ ਉਹਦੀ ਬੜੀ ਹੈ ਨਾ ਪੇਂਟਿੰਗ ਆ ਫੇਮਸ ਵੀ ਪੋਰਸ ਸਾਹਮਣੇ ਖੜਾ ਨਾ ਤੇ ਪੋਰਸ ਆnde 1.6 ਤੋਂ ਖਣੀ 7 ਫੁੱਟ ਦਾ ਕਦ ਕਦ ਦਾ ਸੀਗਾ ਤੇ ਅਲੈਗਜ਼ੈਂਡਰ 5 ਕਈ 10 ਕਹਿੰਦੇ 5 3 ਕਈ ਕਹਿੰਦੇ 5 6 ਨੰਬਰ 1 ਤੇ ਦਾ ਯਾਰ ਆਏ ਆ ਵੀ ਆਪਣੇ ਆਪਣੇ ਕੋਲੇ ਕੋਈ ਸੋਰਸ ਨਹੀਂ ਪੋਰਸ ਦਾ ਵੀ ਕਿਹੋ ਜਿਹਾ ਸੀ ਕੀ ਸੀ ਗ੍ਰੀਕਾਂ ਤੋਂ ਤੁਹਾਨੂੰ ਪਤਾ ਲੱਗਦਾ ਗ੍ਰੀਕ ਮੈਂ ਇੱਕ ਇੱਕ ਗੱਲ ਹੈ ਕਿ ਗ੍ਰੀਕ ਠੀਕ ਹੈ ਜਿੱਤ ਹਾਰ ਗੱਲ ਡਿਫਰੈਂਟ ਵੈਰੀ ਕਰਦੀ ਹੈ ਕਿ ਆਪਾਂ ਇੰਡੀਆ ਦੇ ਦੇ ਵਿੱਚ ਕਈ ਸੋਰਸਸ ਕਹਿੰਦੇ ਨੇ ਕਿ ਜਿੱਤਿਆ ਵੀ ਸੀਗਾ ਪਰ ਉਹ ਗੱਲ ਹੈ ਕਿ ਹਾਂ ਕਈ ਇਹ ਗੱਲ ਉਹ ਕਹਿੰਦੇ ਨੇ ਕਿ ਜਿੱਤਿਆ ਸੀ ਉਹ ਉਹ ਪਿਛਲੇ ਪਾਕਿਸਤਾਨ 'ਚ ਸੀਗਾ ਇੰਡੀਆ ਵਾਲੀ ਜਗ੍ਹਾ ਨਹੀਂ ਸੀਗੀ ਤਾਂ ਕਰਕੇ ਉਹ ਚੀਜ਼ ਨੂੰ ਵੀ ਕਈ ਕਹਿੰਦੇ ਨੇ ਕਿ ਜਿੱਤਿਆ ਸੀ ਹਨਾ ਤੇ ਇਹ ਗੱਲ ਹੈ ਕਿ ਪਰ ਗ੍ਰੀਕ ਸਾਰੇ ਹਿਸਟੋਰੀਅਨ ਇਹ ਗੱਲ ਜ਼ਰੂਰ ਮੰਨਦੇ ਨੇ ਕਿ ਬਹੁਤ ਤਕੜੀ ਫਾਈਟ ਦਿੱਤੀ ਸੀ ਹਾਂ ਇਹ ਤਾਂ ਕੋਈ ਦੋ ਰਾਏ ਨਹੀਂ ਬਾਕੀ ਪਤਾ ਕੀ ਹੈ ਇਹ ਕੰਟਰੋਵਰਸ਼ਲ ਚੀਜ਼ ਹੈ ਕਿ ਕਈ ਆਪਣੇ ਇੰਡੀਆ ਦੇ ਬੰਦੇ ਨਹੀਂ ਮੰਨਦੇ ਹਨਾ ਇੰਡੀਆ 'ਚ ਨਹੀਂ ਮੰਨਦੇ ਕਿ ਵੀ ਇਵਨ ਪੰਜਾਬ 'ਚ ਵੀ ਹਨਾ ਆਪਾਂ ਕਹਿੰਦੇ ਕਿ ਪੰਜਾਬ ਪੰਜਾਬ ਤੋਂ ਵਾਪਸ ਮੋੜਦਾ ਸੀਗਾ ਹਾਂ ਮੁਰ ਗਿਆ ਸੀਗਾ ਉਹਦੇ ਰੀਜਨ ਬਹੁਤ ਹੋਰ ਸੀਗੇ ਹਨਾ ਕਿ ਆਰਮੀ ਵੀ ਉਹਦੀ ਨਹੀਂ ਜਾਣਾ ਚਾਹੁੰਦੀ ਸੀ ਅੱਗੇ ਉਦੋਂਗਾ ਤੇ ਟਾਇਰਡ ਹੋ ਗਈ ਸੀ ਬਹੁਤ ਜ਼ਿਆਦਾ ਹਾਂ ਟਾਇਰਡ ਹੋ ਗਏ ਸੀ ਵੇਜਸ ਦਾ ਪ੍ਰੋਬਲਮ ਸੀਗੀ ਹਨਾ ਤੇ ਬਾਕੀ ਹੋਰ ਕਿੰਨੇ ਕਿੰਨੇ ਗੱਲਾਂ ਦਸੀਆਂ ਕਿ ਕਿਵੇਂ ਵਿਦਰੋਹ ਹੋ ਰਿਹਾ ਸੀਗਾ ਵਿੱਚੋਂ ਹੀ ਅਲੈਗਜ਼ੈਂਡਰ ਦਾ ਥੋੜਾ ਥੋੜਾ ਤਾਂ ਪਰ ਅਲੈਗਜ਼ੈਂਡਰ ਨੂੰ ਵੀ ਸੋਚਣਾ ਪੈਣਾ ਸੀ ਕਿ ਵਾਪਸ ਮੁ ਇੱਕ ਹੋਰ ਗੱਲ ਕਰਨੀ ਹੈ ਕਿ ਇੱਕ ਹੋਰ ਇੱਕ ਇਹਨਾਂ ਦਾ ਆਰਗੂਮੈਂਟ ਹੈ ਕਿ ਜੇ ਪੋਰਸ ਹਾਰ ਗਿਆ ਸੀ ਤਾਂ ਫਿਰ ਦੁਬਾਰਾ ਪੋਰਸ ਨੂੰ ਹੀ ਰਾਜ ਕਿਵੇਂ ਮਿਲ ਗਿਆ ਇੱਕ 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 ਗੱਲ ਤੋਂ ਕਿਤੇ ਉੱਜ ਦੀ ਗੱਲ ਕੇ ਪੋਰਸ ਜਿੱਤ ਗਿਆ ਨਾ ਹੋਵੇ ਹਨਾ ਨੰਬਰ 2 ਨਹੀਂ ਆਪਾਂ 10 ਵੀ ਦਈਏ ਸੱਚ ਵੀ ਹਾਂ ਪੋਰਸ ਨੂੰ ਰਾਜ ਦੇਤਾ ਸੀਗਾ ਅਲੈਗਜ਼ੈਂਡਰ ਨੇ ਕਹਿੰਦੇ ਵੀ ਪੋਰਸ ਨੂੰ ਰਾਜ ਦੇਤਾ ਸੀਗਾ ਵਿਦਿਆਤਕ ਬਣਾਦਾ ਸੀਗਾ ਸੈਟਰਪ ਬਣਾਦਾ ਸੀ ਆਪ ਦਾ ਜਦੋਂ ਉਹਨੇ ਕਿਹਾ ਸੀ ਮੈ ਟ੍ਰੀਟ ਮੀ ਐਜ਼ ਅ ਕਿੰਗ ਕਹਿੰਦਾ ਹਨਾ ਮੇਰੇ ਰਾਜਾਂ ਨੂੰ ਵੀ ਟ੍ਰੀਟ ਕਰ ਮੈਨੂੰ ਹਾਂ ਜਿਵੇਂ ਅੱਗੇ ਕਰਦਾ ਆ ਰਿਹਾ ਸੀ ਪਹਿਲਾਂ ਹਾਂ ਆਪਾਂ ਉਹੀ ਐਗਜ਼ਾਮਪਲ ਦੇਣੀ ਸੀ ਕਿ ਅੱਗੇ ਜਿਹੜਾ ਮਜ਼ਹਿਸ ਬੰਦਾ ਸੀਗਾ ਹਨਾ ਜਿਹੜਾ ਉਹਦਾ ਜਰਨਲ ਸੀਗਾ ਸੈਟਰਪ ਸੀਗਾ ਕਿੰਗ ਡਰੀਸ 3 ਦਾ ਇਹਨੇ ਬੈਬਿਲਨ ਨੇ ਦੇਤਾ ਸੀ ਉਹਨੂੰ ਹਾਂ ਉਹਨੂੰ ਰੱਖਣ ਦੇਤਾ ਪਰ ਤੂੰ ਬੈਬਿਲਨ ਲੈ ਲਾ ਵੀ ਇਹ ਬਖਸ਼ ਦਿੰਦਾ ਸੀ ਬੰਦਿਆਂ ਨੂੰ ਜਿਨ੍ਹਾਂ ਨੂੰ ਬਖਸ਼ ਨਾ ਹੁੰਦਾ ਸੀ ਤਾਂ ਇਹਨੇ ਪੋਰਸ ਤੋਂ ਇੰਪ੍ਰੈਸ ਹੋ ਗਿਆ ਸੀ ਇਹ ਇੰਪ੍ਰੈਸ ਬਿਲਕੁਲ ਤੇ ਹੁਣ ਇਹ ਨੈਰੇਟਿਵ ਹਨਾ ਜਿਹੜਾ ਆਪਾਂ ਪੜਿਆ ਜੇ ਉੱਥੋਂ ਕਹਿੰਦੇ ਜਿਹੜਾ ਇਹਦਾ ਘੋੜਾ ਸੀ ਇਹਦਾ ਬੁਸਾਪਲਸ ਹਨਾ ਉਹ ਉੱਥੇ ਮਰ ਗਿਆ ਸੀ ਇਹੀ ਵਾਰ ਦੇ ਵਿੱਚ ਜੇਲਮ ਜਿਹੜਾ ਅਲੈਗਜ਼ੈਂਡਰ ਦਾ ਫੇਵਰਟ ਘੋੜਾ ਸੀਗਾ ਛੋਟੇ ਉੰਦ ਤੋਂ ਜਿਹੜਾ ਆਪਾਂ ਪਹਿਲੇ ਸਟੋਰੀ ਦੱਸੀ ਸੀ ਕਿ ਟੇਮ ਕੀਤਾ ਸੀ ਇਹਨੇ ਉਹ ਹੁਣ ਉਹਦੇ ਬੇਸ ਤੇ ਲੋਕੀ ਕਈ ਐਂ ਕਹਿੰਦੇ ਆ ਕਿ ਫਿਰ ਘੋੜਾ ਮਰ ਗਿਆ ਤਾਂ ਫਿਰ ਬੈਟਲ ਦਾ ਬਹੁਤ ਘੜਾ ਹੋਇਆ ਹਨਾ ਹੋ ਸਕਦਾ ਵੀ ਅ ਪੋਰਸ ਉੱਥੇ ਹੀ ਸੀਗਾ ਤਾਂ ਵੀ ਉਸ ਤੋਂ ਬਾਅਦ ਪਰ ਪੋਰਸ ਦਾ ਗਵਰਨਰ ਸੀ ਨਾ ਚੱਕਰੇ ਸੀ ਨਾ ਬਈ ਉਸ ਤੋਂ ਬਾਅਦ ਉਹਨੇ ਅਬੈਂਡਨ ਕਰਨੀ ਪਈ ਫਿਰ ਅਲੈਗਜ਼ੈਂਡਰ ਨੂੰ ਮਾਰ ਦਿੰਦੇ ਜੇ ਅਲੈਗਜ਼ੈਂਡਰ ਹਰ ਜਾਂਦਾ ਤਾਂ ਹਾਂ ਚੱਕਰ ਤਾਂ ਉਹ ਵੀ ਸੀਗਾ ਯਾਰ ਮੈਂ ਨਾ ਉਹ ਸਾਰੀਆਂ ਗੱਲਾਂ ਹੀ ਆ ਅਲੈਗਜ਼ੈਂਡਰ ਹੀ ਜਿੱਤਿਆ ਸੀ ਇੱਕ ਜੀ ਮੈਂ ਗੱਲ ਜੀ ਦੇਖੀ ਵੀ ਸੀਗੀ ਕਿ ਆਪਾਂ ਚਲੋ ਉਹ ਵੀ ਪੱਖ ਦੇਖੀਏ ਉਹਦੇ ਜੀ ਕੀ ਕਹਿੰਦੇ ਮੈਂ ਹਸਨ ਨਾਲ ਵੀ ਗੱਲ ਕੀਤੀ ਸੀ ਪਹਿਲਾਂ ਸ਼ਾਇਦ ਉਹ ਕਹਿੰਦੇ ਵੀ ਐਂਡ ਐਡ ਦੀ ਐਂਡ ਉਹਨਾਂ ਨੇ ਕੀ ਸਮਝਾਇਆ ਇੰਡੀਅਨ ਸੋਰਸ ਸੀਗੀ ਕਿ ਸਾਰਾ ਕੁਝ ਹੋ ਗਿਆ ਐਡ ਦੀ ਐਂਡ ਕਹਿੰਦੇ ਵੀ ਪੋਰਸ ਨੇ ਧਰ ਲਈ ਸੀਗੀ ਗਰਪਾਨ ਕਿ ਸਿਕੰਦਰ ਦੀ ਗਾਲ ਤੇ ਕੱਲ ਨਹੀਂ ਨਹੀਂ ਕੱਲ ਤਾਂ ਹਾਂ ਆਹੋ ਮੈਂ ਇਹਨੂੰ ਦੱਸਦਾ ਉਹ ਹੀ ਫਿਲਮੇ ਦੱਸ ਰਿਹਾ ਮੈਂ ਕਿ ਸਿਕੰਦਰ ਦੇ ਕਿਰਪਾਨਧਾਰੀ ਗਾਲ ਤੇ ਉਹ ਕਹਿੰਦੀ ਵੀ ਹਾਂ ਤੇਨੂੰ ਮਾਰਦਾ ਤੇ ਉਹ ਕਹਿੰਦਾ ਤੇ ਉਹਨੇ ਬਖਸ਼ਤਾ ਸੌਰੀ ਪੋਰਸ ਨੇ ਬਖਸ਼ਤਾ ਵੀ ਮਾਰੇ ਜਾਣੀ ਚੱਕ ਲਈ ਫੋਈ ਫਿਲਮੀ ਸੀ ਨਾ ਤੇ ਉਹ ਕਹਿੰਦੀ ਵੀ ਇਹ ਉਹਦੀ ਗਲਤੀ ਸੀ ਤੇ ਉਸ ਤੋਂ ਬਾਅਦ ਚ ਉਹਨੇ ਕੁਝ ਡਿਸਕ੍ਰਾਈਬ ਨਹੀਂ ਕੀਤਾ ਕੀ ਹੋਇਆ ਕੀ ਨਾ ਵੀ ਕਿਵੇਂ ਘੁੰਮਿਆ ਉਹ ਕੀ ਟੈਕਟਿਕ ਉਸ ਤੋਂ ਬਾਅਦ ਉਹ ਕਹਿੰਦੇ ਵੀ ਪੋਰਸ ਹਰ ਗਿਆ ਮਤਲਬ ਉਹ ਚੀਜ਼ ਵੀ ਦਮ ਨਹੀਂ ਹੈਗਾ ਕਹਿੰਦਾ ਭਾਵ ਮੈਂ ਇਹ ਕਹਿ ਸਕਦੇ ਹਾਂ ਵੀ ਆਪਣੇ ਸੋਰਸ ਹੀ ਹੈ ਨਹੀਂਗੇ ਇੰਡੀਅਨ ਸੋਰਸ ਹੈ ਨਹੀਂਗੇ ਬੈਟ ਨੂੰ ਕਵਰ ਕਰਨਾਂ ਵਾਸਤੇ ਇੰਡੀਅਨ ਦੇ ਸੋਰਸ ਕਿਉਂ ਨਹੀਂ ਮੈਂ ਮੈਂ ਕਿਊਰੀਅਸ ਹਾਂ ਨਾ ਮੈਂ ਇਸ ਸਵਾਲ ਦੇ ਜੜ ਤਾਂ ਜਾਣ ਦੀ ਕੋਸ਼ਿਸ਼ ਕੀਤੀ ਵੀ ਸੋਰਸ ਕਿਉਂ ਨਹੀਂ ਹਨਾ ਪੋਰਸ ਵੀ ਸੀਗਾ ਰਾਜਾ ਸੀਗਾ ਕਿਉਂ ਨਹੀਂ ਲਿਖਿਆ ਉੱਤੇ ਸਟੋਰੀ ਨਹੀਂ ਸੀ ਕੋਈ ਉਹ ਕਹਿੰਦੇ ਉਹ ਟਾਈਮ ਦੇ ਵਿੱਚ ਇੰਡੀਆ ਦੇ ਵਿੱਚ ਉਹ ਏਰੀਆਜ਼ ਦੇ ਵਿੱਚ ਹਨਾ ਹਮ ਔਰਲ ਟਰੈਡੀਸ਼ਨ ਸੀਗੀ ਕਿ ਵੀ ਲੋਕੀ ਬੋਲ ਕੇ ਦਾ ਦਿੰਦੇ ਸੀ ਕਿ ਫਰਾਨਾ ਨੇ ਉਹ ਤੇਰਾ ਤਾਏ ਆਵਾਜ਼ ਨਹੀਂ ਹਾਂ ਵੀ ਲਿਖਦਾ ਨਹੀਂ ਸੀ ਰਵਾਇਤ ਨਾਲ ਹਾਲਾਂਕਿ ਮੈਂ ਤਾਂ ਵੀ ਮੰਨੂਗਾ ਕਿ ਕਿਤਨਾ ਕਿਤੇ ਤਾਂ ਹਿਸਟੋਰੀయన్స్ ਤਾਂ ਹੋਣਗੇ ਵਿੱਚ ਲਿਖਤ ਲਿਖਣ ਵਾਲੇ ਤਾਂ ਹੋਣਗੇ ਕਿਤੇ ਪਰ ਇਹ ਤੁਸੀਂ ਲਾ ਲਓ ਹਿਸਾਬ ਕਿ ਟਾਈਮ ਜਦੋਂ ਆਪਾਂ ਕਹਿੰਦੇ 2000 ਪੁਰਾਣੀ ਹਿਸਟਰੀ ਹੈ ਨਾ ਤਾਂ ਬਹੁਤ ਚੀਜ਼ਾਂ ਡਿਸਟਰੋਏ ਹੋ ਜਾਂਦੀਆਂ ਬਹੁਤ ਸ਼ਰਟ ਹੈ ਜਾਂਦੇ ਆ ਬਹੁਤ ਕੈਟਾਸਟ੍ਰੋਫੀ ਆ ਜਾਂਦੀਆਂ ਤੇ ਕੋਈ ਚੀਜ਼ਾਂ ਗਵਾਚ ਵੀ ਸਕਦੀਆਂ ਸਮਝਦਾ ਜਿਵੇਂ ਅਲੈਗਜ਼ੈਂਡਰੀਆ ਲਾਇਬ੍ਰੇਰੀ ਹੋਵੇ ਅਲੈਗਜ਼ੈਂਡਰੀਆ ਦੀ ਗੱਲ ਕਰਦੇ ਆਪਾਂ ਹਨਾ ਕਿ ਉਹ ਹੈਣੀਗੀ ਉਹ ਚ ਕਿੰਨੀ ਨੌਲੇਜ ਸੀਗੀ ਹੋ ਸਕਦਾ ਕਿ ਇਹਨਾਂ ਕੋਲੇ ਕੋਈ ਹੋਵੇ ਤੇ ਗੁੰਮ ਗਿਆ ਹੋਵੇ ਜਾਂ ਕਿਤੇ ਧਿਆ ਜਾ ਨਾ ਹੋਵੇ ਇਹਨਾਂ ਕੋਲੇ ਹਨਾ ਸੋਰਸ ਕੰਟੈਂਪੋਰੀ ਕੋਈ ਹੈ ਨਹੀਂ ਸੀਗਾ ਬਟ ਜਿਵੇਂ ਆਪਾਂ ਕਹਿੰਦੇ ਆ ਕਿ ਇਹ 100 ਨਹੀਂ ਬੰਦੇ ਲੈ ਕੇ ਵਾਪਸ ਗੈਟਰੋਸ਼ੀਨ ਡੇਜ਼ਰਟ ਤੋਂ ਵਾਪਸ ਮੁੜਦਾ ਉਹ ਵੀ ਸੋਰਸ ਨਹੀਂ ਲਿਖਿਆ ਕਿਸੇ ਨੇ ਪਰ ਜਿਨ ਬੈਬਿਲੋਂ ਦੇ ਵਿੱਚ ਜਿਵੇਂ ਮਰਦਾ ਜਾਵਾਗੇ ਤਾਂ ਫਿਰ ਉੱਥੋਂ ਤਾਂ ਹੀ ਪਤਾ ਲੱਗਦਾ ਕਿ ਉਹ ਉੱਥੋਂ ਜਿੱਤਿਆ ਜਿੱਤ ਕੇ ਆਇਆ ਵਾਪਸ ਸੇ ਤਾਂ ਆਪਾਂ ਹੀ ਮੰਨ ਕੇ ਚੱਲਾਂਗੇ ਕਿ ਜਿੱਤ ਕੇ ਆਇਆ ਯਾਰ ਇਹ ਆਪਾਂ ਸੋਰਸ ਉਹ ਵੀ ਹੈ ਨਾ ਉਹ ਕਹਿੰਦੇ ਆਰਗਿਊ ਆਪਣੇ ਵਾਲੇ ਇੰਡੀਆ ਵਾਲੇ ਆਇਆ ਆਰਗਿਊ ਕਰਦੇ ਨੇ ਉਹ ਕਹਿੰਦੇ ਵੀ ਜਦੋਂ ਇਹਦਾ ਘੋੜਾ ਮਰ ਗਿਆ ਬਸੈਫਲਸ ਇਹਦਾ ਫੇਵਰਿਟ ਘੋੜਾ ਸੀ ਤੇ ਇਹਨੇ ਕਿਵੇਂ ਬਖਸ਼ਤਾ ਪੋਰਸ ਨੂੰ ਨਹੀਂ ਪਰ ਉਹ ਕੋਈ ਪਰਸਨਲੀ ਥੋੜੋ ਸੀ ਪਰਸਨਲੀ ਕੋਈ ਥੋੜਾ ਸੀਗਾ ਮੈਂ ਤੁਹਾਨੂੰ ਦੱਸਦਾ ਪਤਾ ਉਹ ਗੱਲ ਸੀ ਕਿ ਮਰਦੇ ਹੀ ਹੁੰਦੇ ਆ ਆਪਣੇ ਸੋਰਸਸ ਜੇ ਚਲੋ ਅਲੱਗ ਹੀ ਸੋਰਸਸ ਆਪਣੇ ਉਹ ਵੀ ਤੁਸੀਂ ਗੱਲ ਡਿਸਕ੍ਰਾਈਬ ਕਰ ਇਹ ਦਿੱਤੀ ਕਿ ਇਹ ਸਟੋਰੀ ਨਾਲ ਆਪਣੇ ਲਿਖਿਆ ਤਾਂ ਹੈ ਨਹੀਂ ਆਪਣੇ ਸੋਰਸਸ ਤੇ ਹੈਗੇ ਵੀ ਨਹੀਂ ਦਾ ਬੋਰਡ ਲੇਟੈਸਟ ਬਾਰਡਰ ਨੇ ਜਾਂ ਜੋ ਵੀ ਹੈ ਹੁਣ ਆਪਣੇ ਤਾਂ ਜਦੋਂ ਸਿਕੰਦਰ ਦੀ ਕਹਾਣੀ ਪੜਦਾ ਵੀ ਹੈ ਉਹ ਬਹੁਤ ਚੀਜ਼ਾਂ ਡਿਫਰੈਂਟ ਪਰਸਪੈਕਟਿਵ ਦਿੰਦੇ ਨੇ ਉਹ ਕ ਅਰਿਸਟੋਟਲ ਤੋਂ ਪਤਾ ਲੱਗਿਆ ਸੀ ਸਿਕੰਦਰ ਨੂੰ ਜਦੋਂ ਪੜਦਾ ਸੀਗਾ ਕਿ ਹਾਂ ਉੱਥੇ ਸਾਧੂਆਂ ਸੰਤਾਂ ਦਾ ਦੇਸ਼ ਹੈ ਉੱਥੇ ਤੈਨੂੰ ਕੋਈ ਸਾਧੂ ਸੰਤ ਮਿਲੂਗਾ ਜਿਹੜੀ ਬੂਟੀ ਕਿ ਤੈਨੂੰ ਅਮਰ ਅਮਰ ਹੋ ਸਕਦਾ ਤੂੰ ਹੁਣ ਕੋਈ ਕਹਿੰਦਾ ਹਾਂ ਕੋਈ ਕਹਿੰਦਾ ਅਮਰ ਹੋਣਾ ਆਇਆ ਸੀ ਹਾਂ ਹਨਾ ਤੇ ਫਿਰ ਕੋਈ ਇੱਕ ਕਈ ਕਹਿੰਦੇ ਵੀ ਉਤੋਂ ਨਾਗਾ ਸਾਧ ਵੀ ਲੈ ਗਿਆ ਸੀ ਫੜ ਕੇ ਨਾਗੇ ਸਾਧ ਨੇ ਬਹੁਤ ਇਮਪ੍ਰੈਸ ਕੀਤਾ ਉਹਨੂੰ ਕਿ ਹਨਾ ਕਿ ਉਹ ਉਹਦੇ ਕੋਲੇ ਇਮੋਰਟੈਲਟੀ ਮੰਗ ਰਿਹਾ ਸੀ ਉਹ ਚੀਜ਼ਾਂ ਉਹ ਰਿਸੋਰਸ ਥੋੜੇ ਤੁਹਾਨੂੰ ਆਪ ਦਾ ਹੋਰ ਕਰਨਾ ਪੈਣਾ ਦਿਮਾਗ ਜਿਆ ਵੱਡੀ ਸੈਂਸ ਤੇ ਕਈ ਇੱਕ ਅਰਸ਼ ਕਪਾ ਵੀ ਆ ਵੀ ਗੱਲ ਕਰ ਰਹੇ ਸੀ ਹਨਾ ਵੀ ਕਈ ਆਏ ਮੰਨਦੇ ਵੀ ਜਦੋਂ ਕਹ ਰਹੇ ਆ ਵੀ ਇੰਡੀਆ ਤੱਕ ਆਇਆ ਨਹੀਂ ਇਹ ਕੱਲਾ ਪਾਕਿਸਤਾਨ ਤੱਕ ਹੀ ਰਹਿ ਗਿਆ ਸੀਗਾ ਤਾਂ ਫਿਰ ਇੰਡੀਆ ਤਾਂ ਨੇ ਕਾਂਕਰ ਕੀਤਾ ਹੀ ਨਾ ਵੀ ਜਿਹੜਾ ਜਿਹੜੀ ਏਰੀਆ ਉਹ ਹੀ ਆ ਕਿ ਜਿਹੜਾ ਏਰੀਆ ਤੱਕ ਉਹ ਜਿਹੜਾ ਕਾਂਕਰ ਕੀਤਾ ਸੀ ਉਹ ਹਾਂ ਅੱਜ ਦਾ ਪਾਕਿਸਤਾਨ ਆ ਉਹ ਬਿਆਸ ਤੋਂ ਮੁੜੇ ਸੀ ਇਹ ਪਰ ਹੈ ਫਾਸਿਸ ਰਿਵਰ ਤੋਂ ਮੁੜੇ ਸੀ ਹੈ ਲਾਬਸਿਸ ਤੱਕ ਲੜਾਈ ਹੋਈ ਸੀ ਫਿਰ ਇਹ ਗਾਂ ਬਿਆਸ ਤੋਂ ਬਿਆਸ ਤੇ ਖੜ ਕੇ ਇਹ ਕਹਿੰਦੇ ਸੀ ਵੀ ਹੁਣ ਨਹੀਂ ਗਾਂ ਜਾਣਾ ਹਾਂ ਹਾਂ ਇੱਥੇ ਕੜ ਕੇ ਮੁੜ ਗਏ ਸੀ ਹਾਂ ਇੱਥੋਂ ਮੁੜ ਜਓ ਨਹੀਂ ਉੱਥੇ ਉੱਥੇ ਆਏ ਹੋਇਆ ਸੀਗਾ ਇਹਦੇ ਜਿਹੜੇ ਇਹਨੇ ਜਦੋਂ ਇਹਨੇ ਪਤਾ ਲੱਗਿਆ ਵੀ ਹਾਂ ਇੰਡੀਆ ਤੱਕ ਗਾਂ ਹੋਰ ਵੀ ਹੈਗਾ ਵਾ ਤੇ ਇਹਨੇ ਟਰਾਈ ਕੀਤਾ ਸੀਗਾ ਵੀ ਆਪਦੀ ਆਰਮੀ ਨੂੰ ਕਨਵਿੰਸ ਕਰਨ ਲਈ ਵੀ ਆਪਾਂ ਅੱਗੇ ਵੀ ਜਾਈਏ ਹਨਾ ਤੇ ਕਿਉਂਕਿ ਅੱਗੇ ਆ ਤਿੱਬਤ ਹੋ ਗਿਆ ਆ ਅਸਾਮ ਇਹ ਵਾਲੀਆਂ ਈਸਟਰਨ ਇੰਡੀਆ ਨੂੰ ਐਕਸਪਲੋਰ ਕਰਨ ਨੂੰ ਫਿਰਦਾ ਸੀ ਇੱਥੋਂ ਇਹਨੂੰ ਜਿੱਤਨ ਨੂੰ ਫਿਰਦਾ ਸੀਗਾ ਇਹ ਤੇ ਉਦੋਂ ਫਿਰ ਆਹਦੇ ਆਖਰੀ ਬੈਟਲ ਇਹਦੀ ਹੋਈ ਸੀਗੀ ਮਲਾਇਐਂਸ ਨਾਲ ਹਾਂ ਡੈਸਪਾਸ ਤੋਂ ਬਾਅਦ ਇੱਕ ਮਲਾਇਐਂਸ ਆਉਂਦੇ ਤੇ ਆਕਸੀਡ ਰੇਸ ਹਾਂ ਉਹਨਾਂ ਉਹਨਾਂ ਨੇ ਵੀ ਬਹੁਤ ਟਫ ਕੰਪੀਟੀਸ਼ਨ ਦਿੱਤਾ ਸੀਗਾ ਤੇ ਉਹਨਾਂ ਨੂੰ ਵੀ ਇਹਨੇ ਘਰਾਤਾ ਸੀ ਆ ਦੇ ਤੇ ਉਹ ਇੰਡੀਆ ਦੇ ਵਿੱਚ ਹੀ ਸੀ। ਇੱਕ ਹੋਰ ਵੀ ਹੈ ਜਿਹੜਾ ਇੰਡੀਆ ਦਾ ਜਿਹੜਾ ਜ਼ਿਆਦਾ ਵਿਚਾਲਾ ਸੈਂਟਰ ਆਫ ਇੰਡੀਆ ਸੀ ਜਿਹੜਾ ਉਹ ਜ਼ਿਆਦਾ ਧਨਜ ਧਨਜ ਰਾਜਪਤਨੀ ਕਿਹੜਾ ਐਵੇਂ ਸੀ ਤਾਂ ਧਨਰਾਜ ਕੁਛ ਐਵੇਂ ਤਾਂ ਕੋਈ ਰਾਜਾ ਸੀਗਾ ਉੱਥੇ। ਅੱਛਾ ਧਨਰਾਜ ਨੰਦ ਨੰਦ ਅਡਨੈਸਟੀ ਸੀਗੀ ਉਹ ਮੈਨਾਂ ਦਾ ਆਪਣੀ ਇਧਰੋਂ ਤਾਂ ਮਿਲ ਨਾ ਮਿਲਣਾ ਢੋਤੋ ਲੱਗਦਾ। ਹਾਂ ਮਤਲਬ ਤਰ ਪਤਨੀ ਮੇਰੇ ਨਾਮ ਦਾ ਨਹੀਂ ਧਿਆਨ ਚ ਰਾਜੇ ਦਾ ਧਨਰਾਜ ਜੇ ਪਤਨੀ ਐਵੇਂ ਕੁਛ ਰਾਜਾ ਸੀ। ਹੁਣ ਉਹੀ ਫੇਰ ਆਪਾਂ ਕੀ ਇੰਡੀਅਨ ਪਰਸਪੈਕਟਿਵ ਦੀ ਕਿਉਂਕਿ ਕਿਉਂਕਿ ਇਹ ਜੀਜ਼ ਹੁਣ ਉਹਨਾਂ ਨੇ ਗੱਲੀ ਗੱਲੀ ਤਾਂ ਓਬਵੀਅਸਲੀ ਗ੍ਰੀਕਾਂ ਨੇ ਦੱਸੀ ਨਹੀਂ ਹੋਈ ਕਿ ਇੱਥੋਂ ਪੈਰ ਉਹਨੇ ਕਿਵੇਂ ਪਟਿਆ ਇੱਥੋਂ ਪੈਰ ਹੁਣ ਆਪਣੇ ਵਾਲਿਆਂ ਨੇ ਆਪਣੇ ਤਿਹਾਬ ਨਾਲ ਇੰਡੀਆ ਵਾਲਾ ਪਰਸਪੈਕਟਿਵ ਰੱਖ ਲਿਆ ਰੀਅਲਿਸਟਿਕਲੀ ਅਲੈਗਜ਼ੈਂਡਰ ਨੂੰ ਬਹੁਤ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਣਾ ਹੁੰਦੀ ਇੰਡੀਆ ਚ ਆਏ ਨਹੀਂ ਸੀ ਕਿ ਅਲੈਗਜ਼ੈਂਡਰ ਆਉਂਦਾ ਕਿਉਂਕਿ ਆਪਾਂ ਸਬਕੌਂਟੀਨੈਂਟ ਆਂ ਇੰਡੀਆ ਨਾ ਡਿਫਰੈਂਟ ਟੈਰੇਨ ਕਿੱਥੇ ਪਹਾੜੀ ਲੱਗਾ ਕਿੱਥੇ ਪਲੇਨ ਆ ਕਿਤੇ ਜਿਵੇਂ ਆਪਾਂ ਪਹਿ전에 ਪੈਰ ਗੱਲ ਕੀਤੀ ਹੈ ਕਿ ਵਰਲਡ ਮੈਪ ਤੇ ਇੰਡੀਆ ਬਹੁਤ ਛੋਟਾ ਲੱਗਦਾ ਹੋਊਗਾ ਨਾ ਪਰ ਇੰਡੀਆ ਉਦੋਂ ਤਾਂ ਪਾਕਿਸਤਾਨ ਵੀ ਲ ਲੜ ਸਕਦੇ ਸੀ ਤਾਂ ਉਦੋਂ ਇੰਨਾ ਟਾਈਮ ਹੋ ਗਿਆ ਇਹਨਾਂ ਦੀ ਆਰਮੀ ਤਰੀ ਨੂੰ ਇਹਨਾਂ ਦੇ ਲੋਕ ਵੀ ਕਹਿ ਰਹੇ ਸੀ ਕਿ ਇੰਨਾ ਟਾਈਮ ਹੋ ਗਿਆ ਉਹ ਲੌਜੀਕਲੀ ਅਲੈਗਜ਼ੈਂਡਰ ਨੂੰ ਮੰਨਣਾ ਹੀ ਪੈਣਾ ਸੀ ਕਿ ਯਾਰ ਚੱਲੀਏ ਵਾਪਸ ਹਾਂ ਹਾਂ ਬਿਲਕੁਲ ਹਾਂ ਅਗੇ ਉਹੀ ਤਾਂ ਗੱਲ ਹੈ ਉੱਥੇ ਲੌਜਿਕ ਕੰਮ ਕਰਵਾ ਰਹੇ ਆ ਆਪਾਂ ਕਿ ਹਾਂ ਉੱਥੇ ਬਾਕੀ ਸਟੋਰੀ ਵੀ ਬਿਲਕੁਲ ਬਿਲਕੁਲ ਆਂਦੇ ਜਿਹੜਾ ਚੰਦਰਗੁਪਤ ਮੌਰੀਆ ਸੀ ਨਾ ਲੇਟਰ ਉਹਦਾ एंपਾਇਰ ਆਇਆ ਸੀਗਾ ਤੇ ਆਂਦੇ ਉਹਨੇ ਇੱਕ ਟਾਈਮ ਤੇ ਆ ਕੇ ਇਹਦੀ ਸੈਟਰਾਪੀ ਹਰਾਈ ਸੀਗੀ ਅਲੈਗਜ਼ੈਂਡਰ ਦੀ ਤਾਂ ਦੇ ਜੇ ਤਾਂ ਉਹਨੇ ਤਾਂ ਹੀ ਹਰਾਈ ਜੇ ਜਿੱਤਿਆ ਸੀਗਾ ਅਲੈਗਜ਼ੈਂਡਰ ਨਾਰਥ ਵਾਲੇ ਪਾਸੇ ਉਹਨੇ ਸੈਟਰਾਪੀਆਂ ਹਰਾਈਆਂ ਸੀਗੀਆਂ ਨਾ ਚੰਦਰਗੁਪਤ ਮੌਰੀਆ ਨੇ ਜਿਹੜਾ ਬਹੁਤ ਬਾਅਦ ਚ ਆਇਆ ਸੀ ਤੇ ਹੁਣ ਜਿਹੜੇ ਕਈ ਕਈ ਆਏ ਕਹਿੰਦੇ ਵੀ ਇਹਨੇ ਸ਼ਹਿਰ ਵੀ ਬਿਲਡ ਕੀਤਾ ਨਾ ਬੋਸੈਫਲਸ ਆਫ ਦਾ ਪਾਕਿਸਤਾਨ ਦੇ ਵਿੱਚ ਅੱਜ ਪ੍ਰੈਜ਼ੈਂਟ ਹੈ ਪਰ ਉਹਦਾ ਹੁਣ ਅੱਜ ਕੋਈ ਪ੍ਰੂਫ ਹੀ ਹੈ ਨਹੀਂਗਾ ਨਾ ਕਿਉਂਕਿ ਜਿਹੜੇ ਜਿਹੜੇ ਆਰਕੀਓਲੋਜੀਕਲ ਆਪਾਂ ਇੰਨਾ ਵੀ ਨਾ ਰਿਸਰਚ ਕੀਤੀ ਨਾ ਆਪਾਂ ਸਿਰਫ ਹਿਸਟਰੀ ਛੱੜਤੀ ਉਸ ਤੋਂ ਬਾਅਦ ਜਿਵੇਂ ਉਹ ਕਹਿੰਦੇ ਹੁੰਦੇ ਆ ਕਿ ਬਾਉਂ ਆਰਕੀਓਲੋਜੀ ਲੱਭਦੀ ਫੇਰੀ ਪਾਈ ਹੋਗੀ ਆਪਾਂ ਨੂੰ ਕਰਨੀ ਪਣੀ ਆ ਸੱਚ ਕਿ ਉੱਥੇ ਸ਼ਹਿਰ ਲੱਭੇ ਸੀ ਕੁਝ ਕਿ ਕੀ ਉਹ ਜਿਹੜਾ ਪੈਟਰਲ ਆਫ ਹੈਡਾਪਸਿਸ ਸੀਗਾ ਹੋਇਆ ਸੀ ਹਨਾ ਉੱਥੇ ਹੋਇਆ ਸੀ ਉੱਥੇ ਚੀਜ਼ਾਂ ਲੱਭੀਆਂ ਆ ਆਰਟੀਫੈਕਟ ਲੱਭੇ ਆ ਤਾਂ ਮੈਨੂੰ ਲੱਗਦਾ ਕਿ ਹਿਸਟਰੀ ਆਰੀਅਨ ਦੀ ਹਿਸਟਰੀ ਜਿਹੜੀ ਆ ਪਲਾਨ ਨੰਬਰ ਦੇ ਵਿੱਚ ਉਹ ਉਹ ਸੀ ਪਰ ਆਰੀਅਨ ਦੇ ਵਿੱਚ ਆਰੀਅਨ ਹਿਸਟਰੀ ਬਹੁਤ ਮੰਨੀ ਜਾਂਦੀ ਆ ਮਿਲਿਟਰੀ ਪਰਸਪੈਕਟਿਵ ਤੱਕ ਆ ਉਹਦਾ ਬੈਸਟ ਆ ਇੰਡੀਅਨ ਦੇਖੋ ਆਏਗਾ ਯਾਰ ਭਾਈ ਇੰਡੀਅਨ ਆ ਨਾ ਮੈਂ ਵੀ ਬੰਦੇ ਨੂੰ ਹੋ ਜਾਂਦਾ ਕਿ ਜਿਵੇਂ ਹਰੇਕ ਨੂੰ ਹੁੰਦਾ ਕਿ ਯਾਰ ਸਾਨੂੰ ਹਰਾ ਗਿਆ ਇਸ ਕੇੰਦਰ ਨਾ ਕਈ ਵਾਰੀ ਬੰਦਾ ਨਹੀਂ ਪਰ ਜੇ ਆਪਾਂ ਜੇ ਕਿਸੇ ਲਿਖੀ ਚੀਜ਼ ਪੜ੍ਹਦੇ ਆਪਾਂ ਉੱਥੇ ਤਾਂ ਹੀ ਲਿਖਿਆ ਹੋਇਆ ਨਾ ਮੋਸਟਲੀ ਐਂ ਹੀ ਲਿਖਿਆ ਹੋਇਆ ਇਸ ਕੇੰਦਰ ਇੱਥੇ ਜਿੱਤ ਗਿਆ ਆਇਆ ਸੀ ਬਾਕੀ ਜੋ ਜਿਹੜੀ ਹੈ ਸੋਰਸਸ ਆਪਾਂ ਸੋਰਸਸ ਦੇ ਨਾਲ ਹੀ ਚੱਲਦੇ ਆਂ ਪਰ ਉਹੀ ਆਪਾਂ ਦੀ ਆਪਟੀਟ ਪੁਆਇੰਟ ਦੇਖਦੇ ਆਂ ਨਾ ਉਹ ਕਹਿੰਦੇ ਵੀ ਪਰ ਹਾਂ ਆਪੋਜੀਟ ਪੁਆਇੰਟ ਆਖੋਂ ਦੇਖੀ ਵਾਲੇ ਬੰਦੇ ਤੋਂ ਪੁੱਛ ਕੇ ਲਿਖੀ ਹੋਈ ਆਉਣਾ ਨੇ ਹਾਂ ਆ ਰਹੀ ਨੇ ਰੂਫਸ ਉਹਨਾਂ ਨੇ ਸੈਕੰਡ ਹੈਂਡ ਇਨਫੋਰਮੇਸ਼ਨ ਆ ਨੇ ਜਿਵੇਂ ਹਸਨ ਕਹਿ ਰਿਹਾ ਹੈ ਕਿ ਹਨਾ ਆਪੋਜੀਟ ਜੇ ਵੇਖੀ ਜਾਵੇ ਤਾਂ ਵੀ ਹੋ ਸਕਦਾ ਵੀ ਇੰਡੀਆ ਵੀ ਹੋ ਜਤੇ ਹੋਵੇ ਪੁਰਾਣੇ ਕਿਉਂਕਿ ਉਹ ਮੈਂ ਤਾਂ ਕਹਿੰਦਾ ਨਾ ਕਿਉਂਕਿ ਜਿਹੜੀ ਹਾਈਡਾਸਪਸ ਰਿਵਰ ਵਾਲੀ ਬੈਟਲ ਹੋਈ ਸੀਗੀ ਉਹਦਾ ਵੀ ਤੈਨੂੰ ਪਤਾ ਆਪਾਂ ਨੂੰ ਕੋਈ ਉਹਦੀ ਉਹਦੇ ਸੋ ਉਹ ਹੈ ਹੀ ਨਹੀਂ ਗੇ ਆਰਕੀਓਲੋਜੀਕਲ ਡਿਗ ਉਹ ਆਪਾਂ ਨੂੰ ਪਤਾ ਹੀ ਨਹੀਂ ਕਿੱਥੇ ਕਿੱਜੇ ਜਾ ਕੇ ਹੋਈ ਸੀ ਕਿਉਂਕਿ ਮੀਂਹ ਪੈਂਦੇ ਸੀ ਮੀਂਹਾਂ ਵਿੱਚ ਉਹ ਮੈਲ ਮੂਲ ਗਿਆ ਨਾ ਕੀ ਪਤਾ ਕਿੱਥੇ ਹੋਈ ਸੀ ਉਹ ਬੈਟਲ ਉਹ ਬਾਅਦ ਚੋਂ ਰੀਕਨਸਟਰਕਟ ਕੀਤੀ ਸੀ ਵੀ ਆਈ ਹੋਈ ਹੋਣੀਆਂ ਬੈਟਲ ਉਹ ਪਰ ਜਿਹੜਾ ਪਰ ਜਿਹੜਾ ਚੰਦਰਗੁਪਤ ਮੋਰੀਆ ਸੌਰੀ ਮੈਂ ਇਹ ਐਡ ਕਰਦਾ ਬਿਸੈਫਲਸ ਸ਼ਹਿਰ ਆ ਜਿਹੜਾ ਮੁਸਾਫਲਸ ਸ਼ਹਿਰ ਵੀ ਆਂਦੇ ਪਾਕਿਸਤਾਨ 'ਚ ਜਿਹੜਾ ਬਿਲਡ ਕੀਤਾ ਉਹਦੇ ਵੀ ਆਪਣੇ ਕੋਲ ਆਰਕੀਓਲੋਜੀਕਲ ਹੈ ਨਹੀਂ ਵੀ ਕਿੱਥੇ ਜੇ ਬਣਾਇਆ ਸੀਗਾ ਇਹ ਉਹ ਤਾਂ ਪਰ 2000 3000 ਸਾਲ ਪੁਰਾਣਾ ਹੌਲੀ ਹੌਲੀ ਲੱਭੀ ਜਾਂਦੀਆਂ ਪਰ ਚਲੋ ਚਲੋ ਇਹ ਵੀ ਮੰਨਦੇ ਕਿ ਨਹੀਂ ਲੱਭਦੀਆਂ ਪਰ ਉਵੇਂ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਚੰਦਰਗੋਪਤ ਮੋਰੀਏ ਨੇ ਸੈਟਰਾਪੀ ਹਰਾਈ ਸੀ ਹਨਾ ਉਹ ਆਰਿਅਨ ਨੇ ਲਿਖਿਆ ਹੈ ਕਿ ਕਿਤੇ ਕਿਤੇ ਹੋਰ ਚੰਦਰਗੁਪਤ ਮੌਰੀਅਨ ਉਹ ਉਹ ਚੰਦਰਗੁਪਤ ਮੌਰੀਅਨ ਚੰਦਰਗੁਪਤ ਮੌਰੀਅਨ ਵਾਲੇ ਪਾਸਿਓਂ ਆਏ ਆ ਮਤਲਬ ਫਿਰ 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 ਮਤਲਬ ਜੇ ਉਹ ਹੀ ਕਹਿ ਰਿਹਾ ਫਿਰ ਤਾਂ ਆਪਾਂ ਸੋਚੀ ਵੀ ਹੈਗਾ ਫਿਰ ਤਾਂ ਆਪਾਂ ਸੋਚੀ ਵੀ ਹੈਗਾ ਕਿਉਂਕਿ ਬਾਕੀ ਬਾਕੀ ਜੇ ਮੈਂ ਮੈਂ ਜੇ ਮੈਂ ਪਰਸੀਨ ਅੰਪਾਇਰ ਦੀ ਗੱਲ ਕਰਦਾ ਤਾਂ ਕਿੰਗ ਡਾਰੀਅਸ 3 ਨੂੰ ਹਰਾਉਣਾ ਕੋਈ ਇਹ ਆਪਾਂ ਪੜ੍ਹ ਕੇ ਗੱਲ ਨਹੀਂ ਦੱਸਦੀ ਆਪਾਂ ਸਟੋਰੀ ਡਲ ਕਰਦੀ ਐਕਚੁਅਲ ਦੇ ਵਿੱਚ ਉਹ ਚੀਜ਼ ਕਰਨੀ ਜੇ ਇਹਨਾਂ ਨੇ ਲਿਖੀਆਂ ਸੀਗੀਆਂ ਪਰਸਪੋਲਿਸ ਦੇ ਵਿੱਚ ਆ ਕੇ 550 ਸੋਨੇ ਆ ਕੇ ਤਾਂ ਅਲੈਗਜ਼ੈਂਡਰ ਕਹੇ ਬਾਗ ਦੀ ਮੂਲੀ ਹੋਊਗਾ ਬਿਲਕੁਲ ਬਾਕੀ ਕਿ ਵੀ ਐਡੀ ਗੱਲ ਨਹੀਂ ਸੀ ਕਿ ਹਾਂ ਮੈਂ ਮੰਨਦਾ ਕਿ ਪੋਰਸ ਨੇ ਬਹੁਤ ਤਕੜਾ ਮਗਾਵੜਾ ਦਿੱਤਾ ਹੋਇਆ ਰਾਜਾ ਜੀ ਆਉਂਦੇ ਰਹੇਗਾ ਪਰ ਅਲੈਗਜ਼ੈਂਡਰ ਦਾ ਫੈਲੈਂਕਸ ਉਹ ਟਾਈਮ ਤੇ ਜਿਵੇਂ ਟੈਕਟਿਕਸ ਜਿਵੇਂ ਨੇ ਪਿੱਛੋ ਠਾਰਾ ਮੀਰਚ ਆਗੇ ਜਿਵੇਂ ਦੱਸਿਆ ਗਿਆ ਉਵੇਂ ਤਾਂ ਇੰਪ੍ਰੈਸਿਵ ਲੱਗਦਾ ਐਕਸਪੀਰੀਅੰਸ ਬਹੁਤ ਹੋ ਗਿਆ ਸੀ ਹਾਂ ਹਾਂ ਆਹ 10 ਸਾਲ 10 ਸਾਲ ਹੋ ਗਏ ਸੀ ਇਹਨੂੰ ਪੂਰਾ 10 ਸਾਲ ਲਗਾਤਾਰ ਲੜਾਈਆਂ ਲੜਦੇ ਨੂੰ ਪੂਰੇ ਆਪਣੇ ਬਿਲਕੁਲ ਬਿਲਕੁਲ ਤਾਂ ਇਸ ਤੋਂ ਬਾਅਦ ਕੀ ਹੁੰਦਾ ਹੁਣ ਇਹਨੇ ਆਹਦੇ ਇਸ ਤੋਂ ਬਾਅਦ ਮਲਾਇਅਨਸ ਨੂੰ ਹਰਾਇਆ ਹਨਾ ਤੇ ਆਕਸੀਡਰੈਂਸ ਨੂੰ ਹਰਾਇਆ ਤੇ ਇਸ ਤੋਂ ਬਾਅਦ ਹੁਣ ਇਹਦੀ ਆਰਮੀ ਬਹੁਤ ਟਾਇਰਡ ਹੋ ਗਈ ਸੀ ਹਨਾ ਤੇ ਆਹੀ ਨੈਰੇਟਿਵ ਦਿੱਤਾ ਜਾਂਦਾ ਵੀ ਨੈਰੇਟਿਵ ਕਹੀ ਜਾਂਦਾ ਵੀ ਸੋਰਸਸ ਤੋਂ ਆ ਪਤਾ ਲੱਗਦਾ ਐਰੀਅਨ ਤੇ ਪੁਲਟਾਰਕ ਤੋਂ ਕਿਉਂਕਿ 30 ਸਾਲ ਦੇ ਤੁਰੇ ਸੀ ਜਿਹੜੇ ਉਹ ਹੁਣ 40 ਸਾਲ ਦੇ ਹੋ ਚੁੱਕੇ ਸੀ ਕਿਉਂਕਿ 10 ਸਾਲ ਹੋ ਚੁੱਕੇ ਸੀ ਆਲਰੇਡੀ ਆਰਮੀ ਨੂੰ ਹਨਾ ਤੇ ਕਈ ਤਾਂ ਰਿਟਾਇਰ ਕਰਕੇ ਇਹਨੇ ਵਾਪਸ ਵੀ ਭੇਜਤੇ ਸੀਗੇ ਤੇ ਉਹਨਾਂ ਦੀਆਂ ਤਨਖਾਹਾਂ ਵੀ ਹਾਂ ਦੇ 6-6 ਸਾਲ ਦੀਆਂ ਵੇਜਸ ਪਿੱਛੇ ਬੈਕਲੌਗ ਹੋਈ ਜਾਂਦਾ ਸੀ ਹਨਾ ਤਨਖਾਹਾਂ ਵੀ ਨਹੀਂ ਦਿੱਤੀਆਂ ਸੀ ਉਹਨਾਂ ਨੂੰ ਹਜੇ ਤੇ ਉਹ ਆਪਦੇ ਪਰਿਵਾਰਾਂ ਨੂੰ ਵੀ ਨਹੀਂ ਮਿਲੇ ਸੀਗੇ ਹੋਮ ਸਿਕ ਸੀ ਹਨਾ ਕਿੰਨਾ ਟਾਈਮ ਹੋ ਗਿਆ ਸੀ ਤਾਂ ਉਹ ਸਾਰੀਆਂ ਰੀਜ਼ਨਸ ਨੂੰ ਇਹਨੇ ਧਿਆਨ ਚ ਰੱਖਦੇ ਵੇ ਇਹਨੇ ਫਿਰ ਆਈ ਡਿਸਾਈਡ ਕੀਤਾ ਵੀ ਚਲੋ ਓਕੇ ਆਪਾਂ ਵਾਪਸ ਹੀ ਚੱਲਦੇ ਹਾਂ ਹਨਾ ਤੇ ਇਸ ਤੋਂ ਬਾਅਦ ਹੁਣ ਇਹ ਅਨੇ ਇੰਦਸ ਰਿਵਰ ਦੇ ਨਾਲ-ਨਾਲ ਜਾ ਕੇ ਹਨਾ ਥੱਲੇ ਜਿਵੇਂ ਕਰਾਚੀ ਸ਼ਹਿਰ ਹੋ ਗਿਆ ਨਾ ਪਾਕਿਸਤਾਨ ਦਾ ਉੱਥੋਂ ਇਹ ਬਾਹਰ ਨਿਕਲਿਆ ਆ ਸੀਗਾ ਤੇ ਉੱਥੇ ਨਾਲ ਨਾਲ ਇਹ ਗਦਰੋਜ਼ੀਅਨ ਡੇਜ਼ਰਟ ਆਉਂਦਾ ਵਾ ਪਾਕਿਸਤਾਨ ਦੇ ਜੇ ਜਮ ਥੱਲੇ ਥੱਲੇ ਜੀ ਤੁਰਕੀ ਸਾਊਥ ਇਰਾਨ ਸਾਊਥ ਇਰਾਨ ਤੇ ਸਾਊਥ ਸਾਊਥ-ਈਸਟਰਨ ਪਾਕਿਸਤਾਨ ਸਾਊਥ ਇਰਾਨ ਸੌਰੀ ਹਾਂ ਸਾਊਥ ਇਰਾਨ ਦੇ ਵਿੱਚ ਆਉਂਦੀ ਹੈ ਡੇਜ਼ਰਟ ਬਹੁਤ ਤਗੜੀ ਆਏ ਵੀ ਸੀਗਾ ਵੀ ਇਹ ਜਿਹੜੇ ਰੂਟ ਥਾਣੀ ਦੀ ਆਏ ਸੀਗੇ ਆਰਮੀ ਜੱਤ ਦੇ ਆਏ ਸੀ ਉਧਰ ਦੀ ਜੇ ਜਾਂਦੇ ਉਧਰ ਦੀ ਬਾਲਾ ਬਲਵਲੇ ਮਾ ਪੈਣਾ ਸੀਗਾ ਹਣਾ ਤੇ ਇਹਨਾਂ ਨੂੰ ਸੀਗਾ ਵੀ ਆਪਾਂ ਗਦਰੋਜ਼ੀਅਨ ਡੇਜ਼ਰਟ ਅੱਲੀ ਦੀ ਚੱਲ ਵੜਦੇ ਹਾਂ ਹਾਲਾਂਕਿ ਉਹ ਵੀ ਬਹੁਤ ਟਫ ਸੀਗਾ ਗਦਰੋਜ਼ੀਅਨ ਡੇਜ਼ਰਟ ਤਾਂ ਹੁਣ ਉੱਥੇ ਆਏ ਹੋਇਆ ਵੀ ਜਦੋਂ ਇਹਨਾਂ ਨੇ ਸ਼ੁਰੂ ਕੀਤਾ ਤੁਰਨਾ ਹਨਾ ਗੈਡਰੋਜ਼ੀਅਨ ਡੇਜ਼ਰਟ ਤੇ ਤਾਂ ਨਾਲ ਸਮੁੰਦਰ ਇਹਨਾਂ ਨੂੰ ਸੀਗਾ ਵੀ ਅਸੀਂ ਸ਼ੋਰ ਦੇ ਨਾਲ-ਨਾਲ ਚੱਲਾਂਗੇ ਬੀਚ ਕੋਸਟ ਲਾਈਨ ਦੇ ਤੇ ਨਾਲ ਸਾਡੀਆਂ ਫਲੀਟਸ ਚੱਲਣਗੀਆਂ ਹਨਾ ਤੇ ਫਲੀਟਸ ਨੂੰ ਇਹਨਾਂ ਨੇ ਹਾਇਰ ਕੀਤਾ ਸੀਗਾ ਬੰਦਾ ਨਿਆਰਕਸ ਬੰਦਾ ਸੀਗਾ ਤੇ ਮੀ ਜਿਹੜਾ ਸਾਨੂੰ रिसोर्सेज ਪ੍ਰੋਵਾਈਡ ਕਰੀ ਜਾਊਗਾ ਵੀ ਜੇ ਖਾਣਾ-ਕੂਣਾ ਕੁਝ ਵੀ ਚਾਹੀਦਾ ਹੋਣਾ ਗ੍ਰੇਨਸ ਚਾਹੀਦਾ ਹੋਊਗਾ ਤੇ ਉਹ ਆਏ ਇਹ ਤੁਰਤਾ ਪਾਏ ਹਨਾ ਇੱਥੋਂ ਪਾਕਿਸਤਾਨ ਦੇ ਜਮਾਂ ਥੱਲੋਂ ਬਾਟਮ ਚ ਗਦਰੋਜ਼ੀਨ ਡੇਜ਼ਰਟ ਨੂੰ ਪਰ ਜਿਹੜੀਆਂ ਹਜੇ ਕਸ਼ਤੀਆਂ ਸੀਗੀਆਂ ਹੁਣ ਉਹਦੇ ਨੰਬਰ ਨਹੀਂ ਆਪਾਂ ਨੂੰ ਪਤਾ ਐਗਜ਼ੈਕਟਲੀ ਕਿੰਨੇ ਸੀ ਮੇਬੀ 100 ਤੋਂ ਮੈਨੂੰ ਲੱਗਦਾ 100 ਤੋਂ ਜ਼ਿਆਦਾ ਹੀ ਹੋਣੀਆਂ ਤੇ ਉਹ ਲੇਟ ਹੋ ਗਈਆਂ ਕਿਉਂਕਿ ਉਦੋਂ ਮੌਨਸੂਨ ਚੱਲ ਰਹੀ ਸੀ ਹਨਾ ਮੀਂਹ ਪਈ ਜਾਂਦੇ ਸੀਗੇ ਤੇ ਆਪ ਇਹ ਗਾਂ ਲੰਘ ਕੇ ਗਦਰੋਜ਼ੀਨ ਡੇਜ਼ਰਟ ਚ ਅਲੈਗਜ਼ੈਂਡਰਾ ਵਰਗੇ ਕੋਸਟਲਾਈਨ ਤੇ ਤੇ ਉਹ ਹਜੇ ਪਿੱਛੇ ਖਾਣੇ ਦਾ ਵੀ ਸਾਹਮਣਾ ਕਰਨਾ ਪਿਆ ਹਨਾ ਖਾਣੇ ਖੂਣੇ ਦਾ ਕਿਵੇਂ ਕਰਦੇ ਹਨਾ ਤੇ ਪਾਣੀ ਦਾ ਬੋਸ ਇਨਾਂ ਨੂੰ ਪਾਣੀ ਵੀ ਫਰੈਸ਼ ਵਾਟਰ ਹਨਾ ਘੱਟੋ ਘੱਟ ਕਹਿੰਦੇ ਡੇਜ਼ਰਟ ਪਾਰ ਕਰਦਿਆਂ ਇਹਨਾਂ ਨੂੰ 2 ਮਹੀਨੇ ਲੱਗੇ ਜੀ ਹਮ ਹਮ ਤੇ ਉੱਥੇ ਉੱਥੇ ਇੰਨਾ ਡਿਫਿਕਲਟ ਹੋ ਗਿਆ ਸੀ ਕਿ ਬਹੁਤ ਬੰਦੇ ਮਰਨ ਲੱਗੇ ਸੀ ਤੇ ਭੁੱਖ ਨਾਲ ਤੇ ਕਹਿੰਦੇ ਅਲੈਗਜ਼ੈਂਡਰ ਨੇ ਆਪ ਪਾਣੀ ਨਹੀਂ ਪੀਤਾ ਸੀ ਜੇ ਸੋਣਿਆ ਤਾਂ ਆਈ ਜਾਂਦਾ ਕਿ ਮੋਰਲ ਹਾਈ ਕਰਨ ਵਾਸਤੇ ਕਿ ਵੀ ਮੈਂ ਪਾਣੀ ਨਹੀਂ ਪੀਂਦਾ ਜਿੰਨਾ ਟਾਈਮ ਆਪਾਂ ਪਹੁੰਚਦੇ ਨਹੀਂ ਜਾਂ ਤੁਸੀਂ ਨਹੀਂ ਪੀਂਦੇ ਇਹਨੂੰ ਹੈਲਮਟ ਚ ਲਿਆ ਕੇ ਦਿੱਤਾ ਸੀਗਾ ਇਹਦੇ ਇਹਨੂੰ ਹੈਲਮਟ ਚ ਪਾਣੀ ਲਿਆ ਕੇ ਦਿੱਤਾ ਨਾ ਇਹਦੇ ਐਨਕ ਡੋਟ ਆਈ ਆ ਉਹ ਕਾਣੀ ਆਈ ਇੱਕ ਸਾਹਮਣੇ ਵੀ ਇਹਨੂੰ ਹੈਲਮਟ ਚ ਪਾਣੀ ਪਾ ਕੇ ਲਿਆ ਕੇ ਦਿੱਤਾ ਤੇ ਇਹਨੂੰ ਡੋਲਤਾ ਪਾਣੀ ਆਂਦਾ ਵੀ ਜੇ ਮੇਰੀ ਫੌਜ ਨੂੰ ਪਾਣੀ ਨਹੀਂ ਮਿਲਿਆ ਤਾਂ ਮੈਂ ਵੀ ਪੀਣਾ ਨਹੀਂ ਚਾਹੂੰਗਾ ਜਿੰਨਾ ਚਿਰ ਉਹਨਾਂ ਨੂੰ ਨਹੀਂ ਪਾਣੀ ਮਿਲਦਾ ਬਿਕੋਸ ਕੋਸਟ ਲਾਈਨ ਤੇ ਹੁਣੇ ਤੁਰ ਰਹੇ ਸੀਗੇ ਦੇ ਕੋਸਟ ਲਾਈਨ ਤੇ ਤਾਂ ਇਹਨਾਂ ਨੂੰ ਸੀਗਾ ਵੀ ਫਰੈਸ਼ ਵਾਟਰ ਰਿਸੋਰਸ ਹੋਣਗੇ ਹਨਾ ਉੱਥੇ ਪਰ ਹੈ ਕੋਈ ਨਹੀਂ ਸੀ ਉੱਥੇ ਫਰੈਸ਼ ਵਾਟਰ ਤਾਂ ਇਹਨਾਂ ਨੂੰ ਅੰਦਰ ਨੂੰ ਵੀ ਮੁੜਨਾ ਪਿਆ ਗਿਆ ਹਨਾ ਗੈਡਰੋਜ਼ੀਅਨ ਡੇਜ਼ਰਟ ਦੇ ਤਾਂ ਜਦੋਂ ਅੰਦਰ ਨੂੰ ਮੁੜੇ ਇਹਨਾਂ ਦੇ ਜਿਹੜੇ ਫਲੀਟਸ ਸੀਗੇ ਕਸ਼ਤੀਆਂ ਸੀਗੀਆਂ ਉਹ ਹੈਕ ਤਾਂ ਪਹਿਲਾਂ ਹੀ ਪਿੱਛੇ ਆ ਰਹੀਆਂ ਸੀ ਤੇ ਇੱਕ ਉਹਨਾਂ ਨਾਲੋਂ ਵੀ ਕੰਟੈਕਟ ਟੁੱਟ ਗਿਆ ਇਹਨਾਂ ਦਾ ਤੇ ਉੱਥੇ ਆ ਉੱਥੇ ਵੀ ਆਂਦੇ ਹੁਣ ਕਈ ਇਹਦੀ ਆਰਮੀ ਮਰੀ ਆ ਨਾ ਉਹ ਡੈਜ਼ਰਟ ਦੇ ਵਿੱਚ ਇੰਨੀ ਕਿਉਂ ਖਾਣਾ ਖੁਣਾ ਨਹੀਂ ਮਿਲ ਰਿਆ ਸੀ ਤਾਂ ਫਿਰ ਇਹਨਾਂ ਨੇ ਅੰਦਰ ਨੂੰ ਜਾ ਕੇ ਕਈ ਜਿਹੜੇ ਸ਼ਹਿਰ ਸ਼ੂਰ ਸੀਗੇ ਮਾੜੇ ਮੋਟੇ ਉੱਥੋਂ ਜਾ ਕੇ ਇਹਨਾਂ ਨੇ ਆਪ ਦਾ ਖਾਣਾ ਖੁਣਾ ਨਾ ਇਕੱਠਾ ਕੀਤਾ ਤੇ ਫਿਰ ਐ ਨਾਲ-ਨਾਲ ਚਲੇ ਆਏ ਹਨਾਂਗੇ ਦਰੋਜ਼ੀਨ ਡੈਜ਼ਰਟ ਤੇ ਇੱਕ ਟਾਈਮ ਤੇ ਆਂਦੇ ਵੀ ਇਹਦੀਆਂ ਫਲੀਟਸ ਮੈਲੀ ਗਈਆਂ ਸੀ ਇਹਨਾਂ ਨੂੰ ਇੱਕ ਟਾਈਮ ਤੇ ਮੈਚ ਕਰ ਗਏ ਸੀ ਨਾ ਦੋਵੇਂ ਪਾਣੀ ਕਹਿੰਦੇ ਜਦੋਂ ਮਿਲਿਆ ਵੀ ਸੀ ਇਹਨਾਂ ਨੂੰ ਉਹਦੇ ਤੋਂ ਉੱਥੇ ਪਾਣੀ ਜਦੋਂ ਇੱਕਦਮ ਪੀਤਾ ਆ ਕੇ ਉਹਦੇ ਤੋਂ ਉੱਥੇ ਪਾਣੀ ਪੀ ਕੇ ਚੋਕ ਕਰਕੇ ਬਹੁਤ ਮਰ ਗਏ ਸੀ ਕਹਿੰਦੇ ਹੋ ਸਕਦਾ ਹੈ ਜ ਦਗਾ ਵੀ ਕਿ ਪਾਣੀ ਨਹੀਂ ਮਿਲ ਰਹਾ ਕਿ ਉਵੇਂ ਦਿਖਾਇਆ ਹੋਇਆ ਹੈ ਕਿ ਵੀ ਕਈ ਬੰਦੇ ਐਕਸਾਈਟਡ ਹੋ ਗਏ ਹੋਣਗੇ ਇੱਕਦਮ ਪਾਣੀ ਪੀਤਾ ਹੋਇਆ ਤੇ ਉਹ ਉਦੋਂ ਤੱਕ ਇਹ ਆਂਦੇ ਵੀ ਬੈਬਲੋਂ ਪਹੁੰਚ ਗਏ ਸੀਗੇ 2 ਮਹੀਨੇ ਕ੍ਰੋਸ ਕਰਕੇ ਡੇਜ਼ਰਟ ਨੂੰ ਤੇ ਬੈਬਲੋਂ ਦੇ ਵਿੱਚ ਆਂਦੇ ਵੀ ਇਹਦੇ ਆਖਰੀ ਦਿਨ ਸੀਗੇ ਇਹਦੇ ਸਿਕੰਦਰ ਦੇ ਤੇ ਹਾਲਾਂਕਿ ਉਦੋਂ ਹਜੇ 32 ਸਾਲ ਦਾ ਹੀ ਸੀਗਾ ਹਾਂ ਇਹਨੇ ਇਹਨੇ ਵਨ ਆਫ ਦਾ ਰੀਜ਼ਨ ਇਹ ਵੀ ਸੀ ਕਿ ਉਹ ਇੰਡੀਆ ਤੋਂ ਮੁੜਿਆ ਇਹਨੇ ਜਿਹੜਾ ਇੰਨਾ ਜਿੱਤਿਆ ਸੀ ਐਮਪਾਇਰ ਹਨਾ ਉਹ ਵੀ ਇਹਨੇ ਹੁਣ ਸੈੱਟ ਕਰਨਾ ਸੀਗਾ ਵੀ ਕਿਵੇਂ ਚੱਲਣਗੀਆਂ ਸਰਕਾਰਾਂ ਇੱਥੇ ਕਿਵੇਂ ਕਿਹੜੇ ਬੰਦੇ ਰੱਖੂਗਾ ਮੈਂ ਨਾ ਤਾਂ ਫਿਰ ਉਹਦੇ ਕਰਕੇ ਵੀ ਇਹਨੂੰ ਵੇਖਣਾ ਸੀ ਵੀ ਇੰਨਾ ਜੱਤ ਵੀ ਲਿਆ ਹੋਣਾ ਇਹਨੂੰ ਰੱਖਣਾ ਵੀ ਕਿਵੇਂ ਆ ਬਾਕੀ ਇੱਕ ਮੈਂ ਹੋਰ ਗੱਲ ਐਡ ਕਰਦਾ ਭੁੱਲ ਗਿਆ ਸੀ ਮੈਂ ਕਿ ਜਦੋਂ ਇਹ ਜਦੋਂ ਜਦੋਂ ਸਾਰੇ ਐਮਪਾਇਰ ਜਿੱਤੀ ਗਿਆ ਜਿਵੇਂ ਤੁਸੀਂ ਹਸਨ ਨੇ ਗੱਲ ਕੀਤੀ ਗਿਆ ਆਪਾਂ ਗੱਲ ਕੀਤੀ ਕਿ ਸਿਟੀਜ਼ ਅਲੈਗਜ਼ੈਂਡਰੀਆ ਬਣਾਈ ਸਿਟੀ ਬਿਲਡ ਕੀਤੀ ਐਨੇ 10 ਸਿਟੀਆਂ ਬਿਲਡ ਕਰ ਕੀਤੀਆਂ ਸੀਗੀਆਂ ਟੋਟਲ ਕਈ ਕਹਿੰਦੇ ਵੀ ਇਹਦੇ ਮਰਨ ਤੋਂ ਬਾਅਦ ਹੋਈਆਂ ਜਿਹੜੀਆਂ ਏਜੀਪਟ ਵਾਲੀ ਉਹ ਤਾਂ ਦੇ ਨੇ ਨਾਲ ਦੀ ਨਾਲ ਹੀ ਬਣਾਤੀ ਸੀ ਕਈ ਹੁਣ ਸੋਰਸਸ ਕਹਿੰਦੇ ਵੀ ਉਹ ਬਾਅਦ ਚੋਂ ਇਹਦੇ ਮਰਨ ਤੋਂ ਬਾਅਦ ਬਣੀਆਂ ਆ ਆਹੋ ਉਹ ਉਹ ਨਹੀਂ ਮੈਨੂੰ ਐਗਜ਼ੈਕਟ ਪਤਾ ਤੈਨੂੰ ਐਵੇਂ ਕਹਾਂ ਵੀ 10 ਦੀਆਂ ਤਾਂ ਸਹਿਣੇ ਬਣਾਈਆਂ ਬਟ ਉਹ ਮੈਂ ਐ ਪੜਿਆ ਕਿ 10 ਸਿਟੀਆਂ ਨੇ ਕਿ ਇਹਦੇ ਨਾਮ ਦੇ ਅਲੈਗਜ਼ੈਂਡਰੀਆ ਡਿਫਰੈਂਟ ਡਿਫਰੈਂਟ ਨਾਮ ਲਾ ਕੇ ਹਨਾ ਤੇ ਉਹ ਇਹਦਾ ਮੇਨ ਮਕਸਦ ਇਹ ਸੀਗਾ ਕਿ ਆਪਦੇ ਮੈਂ ਕਲਚਰ ਨੂੰ ਅੱਗੇ ਤੱਕ ਲੈ ਕੇ ਜਾਣਾ ਤੇ ਬਾਕੀ ਉਹ ਹੀ ਚੀਜ਼ ਆ ਕਿ ਹ ਇਹ ਇਹਨੇ ਆਪਦੇ ਆਖਰੀ ਸਾਹ ਲਏ ਸੀਗੇ ਹੁਣ ਇੰਨਾ ਕੁਛ ਇੰਨਾ ਕੁਛ ਜਦੋਂ ਆਪਦੀ ਲਾਈਫ ਦੇ ਵਿੱਚ ਐਨੇ ਬੰਦੇ ਮਾਰੇ ਜਾਂ ਕਿਵੇਂ ਵੀ ਹਨਾ ਚਲੋ ਠੀਕ ਹੈ ਬਹਾਦਰ ਵੀ ਸੀਗਾ ਸਾਰੇ ਚੀਜ਼ਾਂ ਸੀਗੀਆਂ ਉਹ ਕਈ ਪਰਸਪੈਕਟਿਵ ਨੇ ਅਲਗ-ਅਲਗ ਤੁਸੀਂ ਚੰਗਾ ਦੇਖਦੇ ਹੋ ਜਾਂ ਮਾੜਾ ਦੇਖਦੇ ਹੋ ਜਿਵੇਂ ਹਿਸਟੋਰੀਅਨ ਦੀ ਆਪਾਂ ਗੱਲ ਕਰਦੇ ਆ ਕਿ ਗ੍ਰੀਕਾਂ ਨੇ ਥੋੜਾ ਜਿਹਾ ਆਪਦੇ ਬੰਦੇ ਨੂੰ ਚੰਗਾ ਦਿਖਾਉਂਦੇ ਨੇ ਜਿਵੇਂ ਆਪਾਂ ਐਰੀਅਨ ਦੀ ਗੱਲ ਕਰ ਕੀਤੀ ਜਾਂ ਰੋਫਰਸ ਦੀ ਕੀਤੀ ਐਰੀਅਨ ਨੇ ਕੀ ਐਰੀਅਨ ਨੇ ਕੀ ਕਿਹਾ ਸ਼ਾਇਦ ਇੱਕ ਉਹਦੇ ਵਿੱਚ ਕਿ ਜਦੋਂ ਪਰਸਪਲਿਸ ਦੇ ਪਰਸਪਲਿਸ ਦੇ ਵਿੱਚ ਸੀਗੇ ਪਰਸਪਲਿਸ ਟੱਪ ਕੇ ਸੀਗੇ ਉਸ ਤੋਂ ਬਾਅਦ ਵੀ ਉਹਨੂੰ ਕਹਿੰਦੇ ਰਾਹ ਦੇ ਵਿੱਚ 800 ਗ੍ਰੀਕ ਮੇ ਬੰਦਾ ਮਿਲੇ ਸੀਗੇ 올ਡ ਏਜ ਦੇ ਹਾਂ ਸਲੇਵ ਸੀਗੇ ਜਿਹੜੇ ਉਹਨਾਂ ਨੂੰ ਬਹੁਤ ਤਕੜੇ ਉੱਥੇ ਸਿਟੀ ਛੁੱਟੀ ਉਹਨਾਂ ਨੂੰ ਪੂਰਾ ਵੈਲਥ ਦਿੱਤੀ ਨਹੀਂ ਬਾਹਾਂ ਲੱਤਾ ਹੈ ਨਹੀਂ ਸੀ ਕਹਿੰਦੇ ਪਾਣੀ ਵੱਡੀਆਂ ਜਾਣ ਕੇ ਵੱਡ ਕੇ ਖੜਾਏ ਵੇ ਜੀ ਉਹਨਾਂ ਨੂੰ ਵੈਲਥ ਦਿੱਤੀ ਪਰ ਉਹ ਕਹਿੰਦੇ ਵੀ ਉਹ ਸਿਰਫ 에ਰੀਅਨ ਦੇ ਅਕਾਊਂਟ ਚ ਹੈ ਹੋਰ ਕਿਸੇ ਨੇ ਉਹਦੀ ਗੱਲ ਦਾ ਜ਼ਿਕਰ ਨਹੀਂ ਕੀਤਾ ਵਾ ਹੁਣ ਉਹ ਇਹ ਵੀ ਹੋ ਸਕਦਾ ਕਿ ਇਹਨੇ ਚੰਗਾ ਦਿਖਾਉਣ ਦੇ ਮਾਰੇ ਨੇ ਕੀਤਾ ਕਹਿੰਦੇ ਸੀ ਜਨਰਲ ਸੀਗਾ ਜਦੋਂ ਆਪਾਂ ਕਹਿੰਦੇ ਸੀ ਜਿਵੇਂ ਹਸਨ ਨੇ ਗੱਲ ਕੀਤੀ ਸੀ ਕਿ ਇੰਡੀਆ ਦੇ ਕੋਲੋਂ ਮੁੜਿਆ ਜਦੋਂ ਉਹਦੇ ਕੋਲੇ ਪੈਸੇ ਨਹੀਂ ਦਿੱਤੇ ਗਏ ਤਰਖਾਵਾਂ ਰੋਗੀਆਂ ਸੀ ਹੂੰ ਜਦੋਂ ਤਾਂ ਪਰਸਪੋਲਿਸ ਤੱਕ ਸੀਗੇ ਉਹ ਤਾਂ ਉਹਨਾਂ ਕੋਲੇ ਬਹੁਤ ਪੈਸੇ ਸੀ ਉੱਥੇ ਵੀ ਇਹਨਾਂ ਨੂੰ ਕਹਿੰਦੇ 1 ਲੱਖ 20 ਆਰ ਟੈਲੈਂਟ ਲੱਭੇ ਸੀ ਜਿਵੇਂ 26 ਕਿਲੋ ਦਾ ਹਾਂ ਸਿਲਵਰ ਕਹਣਾ ਇੱਕ ਟੈਲੈਂਟ ਹਾਂ ਤੇ ਉਦੋਂ ਕਹਿੰਦੇ ਇਹਨੇ ਪਿੱਛੇ ਵੀ ਪੈਸੇ ਭੇਜੇ ਐਗਿਸ ਨੂੰ ਹਰਾਇਆ ਉੱਥੇ ਤਾਂ ਐਗਿਸ ਐਗਿਸ 3 ਨੂੰ ਸਪਾਰਟਾ ਦੇ ਵਿੱਚ ਬੋਨਸ ਦਿੱਤੇ ਪਰ ਉਦੋਂ ਬਾਅਦ ਜਿਵੇਂ ਦੀ ਕਿੰਨੀਆਂ ਐਕਸਪਲੇਨ ਕਰਤੀਆਂ ਕਿ ਨਿੱਕੇ 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 ਵਾਰ ਹਨਾ ਜਦੋਂ ਉੱਥੇ ਬੜਾ ਨੁਕਸਾਨ ਹੋ ਗਿਆ ਉਹਨਾਂ ਦਾ ਜਦੋਂ ਕੈਸ਼ੁਐਲਟੀਆਂ ਹੋਈਆਂ ਉੱਥੇ ਫਿਰ ਪਿਆਸੇ ਹੋ ਗਿਆ ਵੀ ਪਿੱਛੇ ਲੱਗ ਗਿਆ ਨਾ ਬੈਕਲੌਗ ਵੀ ਨਹੀਂ ਇਹਨਾਂ ਇਕੱਠਾ ਕੀ ਉਹ ਵੀ ਇਹ ਵੀ ਸੀਗਾ ਨਾ ਪੈਸੇ ਉਦੋਂ ਜਿਵੇਂ ਉਹ ਹੁੰਦੇ ਸੀਗੇ ਡਰਾਕਮਾ ਕਹਿੰਦੇ ਸੀਗੇ ਕਿ ਡਰਾਕਮਾ ਹੁੰਦਾ ਸੀ ਇਹਨਾਂ ਦਾ ਕੋਇਨ ਲਾਈਕ 4.3 ਗ੍ਰਾਮ ਦਾ ਇੱਕ ਸਿੱਕਾ ਹੁੰਦਾ ਸੀਗਾ সিলਵਰ ਦਾ ਤੇ 골ਡ ਦੇ ਵੀ ਹੁੰਦੇ ਸੀ 골ਡ ਦੇ ਪਰ ਉਹ ਵੱਡੀਆਂ ਟ੍ਰਾਂਜੈਕਸ਼ਨਾਂ ਕਰਨ ਵਾਸਤੇ ਹੁੰਦਾ ਸੀ ਤੇ ਮੋਸਟਲੀ ਡਰਾਕਮਾ ਸਰਕੂਲੇਟ ਕਰਦਾ ਸੀ ਨਾ ਲੋਕਾਂ ਵਿੱਚ ਹੁਣ ਕਈ ਐਵੇਂ ਵੀ ਕਹਿੰਦੇ ਆ ਵੀ ਕਈ ਥਾਵਾਂ ਤੇ ਤਾਂ ਇਹ ਆਪਦੇ ਮਿੰਟ ਵਰਕਰ ਸੈਟਅਪ ਕਰ ਚੁੱਕੇ ਸੀ ਹਨਾ ਜਿੱਥੇ ਜਿੱਥੇ ਜਾਂਦੇ ਸੀ ਵੀ ਪੈਸਾ ਛਾਪਣ ਲੱਗ ਜਾਂਦੇ ਸੀ ਮਿੰਟ ਵਰਕਰ ਤੇ ਕਈ ਥਾਵਾਂ ਤੇ ਇਹਨਾਂ ਤੋਂ ਮਿੰਟ ਵਰਕਰ ਨਹੀਂ ਸੈਟਅਪ ਹੋਏਗੇ ਤੇ ਉਹਦੇ ਕਰਕੇ ਵੀ ਮੇਬੀ ਮੈਨੂੰ ਜਿੱਥੋਂ ਦੇ ਮੈਨੂੰ ਪਰਸਨਲੀ ਲੱਗਦਾ ਵੀ ਇਹਨਾਂ ਨੇ ਤਨਖਾਹਾਂ ਨਹੀਂ ਦਿੱਤੀਆਂ ਪਰ ਮੇਨੂੰ ਤਾਂ ਸਿਲਵਰ ਪਰ ਮੇਨੂੰ ਤਾਂ ਸਿਲਵਰ ਨਹੀਂ ਦਿੱਤੀਆਂ ਪਰ ਸਿਲਵਰ ਸਿਲਵਰ ਤਾਂ ਇਹਨਾਂ ਕੋਲੇ ਹਾਂ ਕਹਿ ਸਕਦਾ ਵੀ ਇਹਨਾਂ ਨੂੰ ਵੀ ਬੰਦੇ ਹਨ ਜੀ ਪ੍ਰੋਫੈਸ਼ਨਲ ਜਿਹੜੇ ਕਿ ਕਾਇਨ ਟੂ ਕਨਵਰਟ ਕਰਨ ਸਿਲਵਰ ਨੂੰ ਤੇ ਵੰਡਣ ਹਨਾ ਦੇਣ ਜਾਂ ਕੁਝ ਵੀ ਉਹ ਚੀਜ਼ਾਂ ਬਟ ਕਈ ਥਾਵਾਂ ਤੇ ਜਿਵੇਂ ਕਾਇਨ ਦੀ ਗੱਲ ਕੀਤੀ ਹਨ ਜੁੜੀ ਵੀ ਨੇ ਕੀ ਸਟੋਰੀ ਕਹਿੰਦੇ ਬਰੋਥਲ ਸੀਗੇ ਜਿਹੜੇ ਪਰਸ਼ੀਨ एंपਾਇਰ ਦੇ ਹਨ ਜਿਵੇਂ ਕਈ ਮਾਡਰਨ ਹਿਸਟੋਰੀਅਨ ਕਹਿੰਦੇ ਆ ਕਿ ਇਹ ਬੰਦੇ ਜਿਹੜੇ ਮੈਸੀਡੋਨੀਅਨ ਸੀ ਇਹ ਆਯਾਸ਼ ਸੀਗੇ ਹਨਾ ਜਾਂ ਜਿਹੜੇ ਬਰੋਥਲ ਹੁੰਦੇ ਆ ਪਰਸ਼ੀਨ एंपਾਇਰ ਦੇ ਵਿੱਚ ਉੱਥੇ ਵੀ ਸਿੱਕੇ ਮਿਲੇ ਆ ਹਨਾ ਕਈਆਂ ਦੇ ਉੱਥੇ ਪ੍ਰਪਗੈਂਡਾ ਹੋ ਸਕਦਾ ਹੁਣੋ ਜਾਂ ਇਹਦੇ ਦੁਸ਼ਮਣ ਫਲਾ ਦਿੰਦੇ ਸੀ ਉੱਥੇ ਜਾਂ ਇਹਨਾਂ ਦੇ ਫੌਜੀ ਕਹਿੰਦਾ ਸੀ ਕੋਈ ਲੈ ਕੇ ਇਹਨਾਂ ਦੇ ਕੋਇਨ ਤਾਂ ਮੈਂ ਕਹਿੰਦੇ ਸੀ ਕਿ ਬ੍ਰਦਰਾਂ ਦੇ ਵਿੱਚ ਵੀ ਚੱਲਦੇ ਸੀ ਇਹਨਾਂ ਦੇ ਕੋਇਨ ਉਦੋਂ ਉਧਰਲੇ ਪਾਸੇ ਤਾਂ ਉਹ ਬਦਨਾਮ ਕਰਨ ਵਾਸਤੇ ਵੀ ਹੋ ਸਕਦਾ ਤਾਂ ਬਾਕੀ ਸੱਚ ਵੀ ਹੋ ਸਕਦਾ ਬਿਲਕੁਲ 323 BC ਦੇ ਵਿੱਚ ਹਨਾ ਲਾਈਕ ਬੈਬਲੋਨ ਪਹੁੰਚ ਜਾਂਦਾ ਹਨਾ ਤੇ ਉੱਥੇ ਇਹਦੇ ਆਖਰੀ ਦਿਨ ਹੁੰਦੇ ਸੀ ਤੇ ਉਦੋਂ ਹਜੇ 32 ਸਾਲ ਦਾ ਸੀਗਾ ਕਈ ਕਾ ਕੰਟਰੋਵਰਸ਼ੀਅਲ ਆ ਕਈ ਕਹਿੰਦੇ ਕਿ ਭਈ ਫੀਵਰ ਸੀਗਾ ਹਨਾ ਉਦੋਂ ਬਾਅਦ ਵਾਈਨ ਦੇ ਐਪੀਸੋਡ ਸੀਗੇ ਤਾਰੂ ਪੀਤੀ ਮਲੇਰੀਆ ਜਿਆਦਾ ਵੱਧ ਗਿਆ ਕੰਮ ਮਰ ਗਿਆ ਹਨਾ ਕਈ ਕੈ ਅਸੈਸਿਨੇਸ਼ਨ ਵੀ ਕਹਿੰਦੇ ਆ ਕਈ ਤਾਂ ਬਈ ਹਾਂ ਪਰ ਉਹ ਮੈਂ ਇੰਨਾ ਅਕਾਊਂਟ ਵੇਖਿਆ ਨਹੀਂ ਕਿਤੇ ਹਾਂ ਬਈ ਪਰ ਉਹ ਹੈ ਕਿ ਕੀ ਕਹਿੰਦੇ ਆ ਕਿ ਉਹਨੂੰ ਪਤਾ ਨਹੀਂ ਆਪਾਂ ਨੂੰ ਵੀ ਪਤਾ ਨਹੀਂ ਕੁਝ ਸਖ਼ਤ ਸਬੂਤ ਨਹੀਂ ਕਿਵੇਂ ਸੀ ਪਰ ਉਹ ਆ ਬੈਬਿਲੋਂ ਦੇ ਵਿੱਚ ਉਸ ਤੋਂ ਬਾਅਦ ਇਹਦੇ ਮੰਨ ਤੋਂ ਬਾਅਦ ਜਿਹੜੀਆਂ ਵੀ ਸਾਰੀ ਟੈਰਿਟਰੀ ਸੀਗੀ ਇਹਦੇ ਸੈਟਰਾਪਾਂ ਨੇ ਫਿਰ ਜਰਨਲਾਂ ਦੇ ਵਿੱਚ ਵੰਡੀ ਗਈ ਤੇ ਉਹਨੂੰ ਪਤਾ ਨਹੀਂ ਕੁਝ ਕਹਿੰਦੇ ਸੀਗੇ ਸਪੈਸ਼ਲ ਇੱਕ ਡਿਓਡਾਚੀ ਪਤਾ ਨਹੀਂ ਐਂਜੇ ਕੁਝ ਉਹਨਾਂ ਦੇ ਫਰੋ ਰੂਲ ਕਰਨ ਲੱਗੇ ਇਹਦੀ ਬਿਆਫਤੇ ਕਈ ਐ ਮੰਨਦੇ ਆ ਵੀ ਇਹ ਦਾਰੂ ਜ਼ਿਆਦਾ ਪੀ ਲਈ ਤੇ ਉਹ ਲਾਈਕ ਉਹਦੇ ਵਿੱਚ ਕਿਸੇ ਨੇ ਪాయిਜ਼ਨਿੰਗ ਕੀਤੀ ਸੀ ਦਾਰੂ ਚ ਡਰਿੰਕਿੰਗ ਸੈਸ਼ਨਸ ਤੋਂ ਬਾਅਦ ਉਹਦੇ ਕਰਕੇ ਹੋ ਗਿਆ ਕਈ ਕਹਿੰਦੇ ਵੀ ਬਿਮਾਰੀਆਂ ਫੈਲ ਗਈਆਂ ਉਦੋਂ ਹਨਾ ਮਲੇਰੀਆ ਟਾਈਪ ਇਹੋ ਜੀਆਂ ਕੋਈ ਬਿਮਾਰੀਆਂ ਉਹਨਾਂ ਕਰਕੇ ਹੋ ਸਕਦਾ ਮਰ ਗਿਆ ਹੋਵੇ ਲਾਈਕ ਉਹੀ ਆ ਵੀ ਮਿਸਟਰੀ ਆ ਦੇ ਡੈਥ ਦੇ ਅਰਾਊਂਡ ਆ ਵੀ ਪਰ ਉਹੀ ਆ ਵੀ ਉਦੋਂ ਤੱਕ ਇਹਦਾ Empire ਬਹੁਤ ਵੱਡਾ ਹੋ ਚੁੱਕਿਆ ਸੀਗਾ ਤੇ ਦੂਬਾ ਇਹਦੀਆਂ ਐਨਕ ਡੋਟਸ ਵੀ ਬਣਿਆ ਹਨ ਵੀ ਕਹਿੰਦਾ ਵੀ ਆਪਣੇ ਇੱਕ ਪੌਪ ਕਲਚਰ ਦੇ ਵਿੱਚ ਆਪਾਂ ਪੜਾਇਆ ਜਾਂਦਾ ਨਾ ਸਕੂਲਾਂ ਵਿੱਚ ਵੀ ਵੀ ਮਰਨ ਤੋਂ ਬਾਅਦ ਇਹਨੇ ਕਿਹਾ ਸੀ ਮੇਰਾ ਹੱਥ ਬਾਹਰ ਕੱਢ ਦਿਓ ਅ اچھا ਉਹ ਮੇਰੇ ਕਬ ਵੀ ਆ ਨਹੀਂ ਉਹ ਅੰਦਾਜ਼ਾ ਅੱਛਾ ਉਹ ਹਾਂ ਖਾਲੀ ਹੱਥ ਗਿਆ ਸੀਗਾ ਵੀ ਉਹ ਉਹ ਜੀਆਂ ਕਹਾਣੀਆਂ ਲਾਈਕ ਫਿਲਾਸੋਫੀਕਲ ਐਨੈਕਡੋਟਸ ਵੀ ਕਹਾਣੀਆਂ ਵੀ ਬਣਾਈਆਂ ਹੋਈਆਂ ਨਾ ਲੋਕਾਂ ਨੇ ਵੀ ਕਈ ਰਾਜ ਜੋਗੀ ਟੱਕਰਗੇ ਸੀ ਉਹ 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 ਜੀਆਂ ਕਹਾਣੀਆਂ ਵੀ ਬਣੀਆਂ ਜਿਵੇਂ ਮੈਸਜ ਜਿਵੇਂ ਆਪ ਦੇ ਜਿਵੇਂ ਸਾਰੀ ਦੁਨੀਆ ਜਿੱਤ ਲਈ ਕੇ ਆਪ ਦੇ ਘਰੇ ਵੀ ਨਹੀਂ ਪਹੁੰਚ ਸਕਿਆ ਮੈਸਡੋਨੀਆ ਨਹੀਂ ਪਹੁੰਚ ਸਕਿਆ ਵਾਪਸ ਜਦੋਂ ਤੁਰ ਗਿਆ ਵੀ ਨਿੱਕੇ ਨਿੱਕੇ ਚੀਜ਼ਾਂ ਸੀਆਂ ਕਿ ਅਲੈਕਜ਼ੈਂਡਰ ਤੋਂ ਸਿੱਖੋ ਤੁਸੀਂ ਜੇ ਸਾਰੀ ਦੁਨੀਆ ਵੀ ਜਿੱਤ ਲਈ ਉਹ ਵੀ ਨਹੀਂ ਇਹ ਕਰ ਸਕਿਆ ਨਾ ਉਹ ਵੀ ਚੀਜ਼ ਹੈ ਕਿ ਕਈ ਇਹਨੂੰ ਕਈ ਹੁਣ ਜਦੋਂ ਚਲੋ ਜਿੱਤਿਆ ਇਹ ਮੇਲਾ ਦਾ ਵੀ 2 ਕ ਡੈਕੇਡੇ ਰਿਹਾ ਕਹਿੰਦੇ ਗ੍ਰੀਕ ਦਾ ਰਾਜ ਉਹਦੇ ਤੇ ਉਸ ਤੋਂ ਬਾਅਦ ਫਿਰ ਤੈਸਨਾਸ ਹੋ ਗਿਆ ਸੀਗਾ ਪਰ ਇਹਦਾ ਮੇਨ ਮਕਸਦ ਇਹਨੂੰ ਉਦੋਂ ਵੀ ਬਹੁਤ ਕਹਿੰਦੇ ਸੀਗੇ ਕਿ ਵੀ ਇੰਨਾ ਤਾਂ ਸਾਂਭੇ ਨਹੀਂ ਜਾਣਾ ਜਿੰਨਾ ਤੂੰ ਕੌਨਕਰ ਕਰੀ ਜਾਂਦਾ ਬਟ ਮੇਨ ਮਕਸਦ ਤਾਂ ਸੀਗਾ ਵੀ ਇਹ ਤਾਂ ਹੁਣ ਚ ਕਿੱਲਾ ਸੀ ਹੁਣ ਉਹ ਚੀਜ਼ ਹੁਣ ਡਿਬੇਟੇਬਲ ਆਣਾ ਵੀ ਇਹ ਏ ਕਰੈਕਟਰ ਤੁਸੀਂ ਆਪ ਹਿਸਾਬ ਲਾ ਲਓ ਵੀ ਕਿਵੇਂ ਅਸੀਂ ਹੁਣ ਤੁਸੀਂ ਤੁਸੀਂ ਆਪ ਗੱਲਾਂ ਵੀ ਚੰਗੇ ਮਾੜੇ ਦੀ ਗੱਲ ਆ ਜਾਂਦੀ ਹੈ ਆਪਣੇ ਲਈ ਹੁਣ ਆਪਾਂ ਗੱਲ ਕਰਦੇ ਆ ਆਪਾਂ ਇੰਡੀਆ ਜੇ ਮੈਂ ਆਪਾ ਪੋਰਸ ਸੁਣ ਸੁਣ ਵੱਡੇ ਹੋਏ ਆ ਆਪਣੇ ਲਈ ਪੋਰਸ ਚੰਗਾ ਹੈ ਗ੍ਰੀਕਾਂ ਲਈ ਹੋ ਜਾਦਾ ਸਿਕੰਦਰ ਜੰਗਾ ਉਹ ਵੀ ਇਹਨਾਂ ਨਾਲ ਅਸੀਂ ਗੱਲ ਕਰੀ ਜਾਂਦੀ ਬੱਬੂ ਮਾਨ ਦਾ ਉਹਨੇ ਰੈਫਰੈਂਸ ਵੀ ਮਿਲ ਲੰਦਾ ਉਹ ਚਾਹੀ ਗਿਆ ਕਿ ਵੀ ਹਾਰ ਕੇ ਵੀ ਜਿੱਤ ਲਿਆ ਸਿਕੰਦਰ ਐਂ ਜੀ ਕੁਝ ਵੀ ਉਹ ਉਹ ਵੀ ਆਏ ਕਹਿ ਰਿਹਾ ਕਿ ਵੀ ਹਰਿਆਈ ਹੈ ਪੋਰਸ ਆਈ ਡੋਟ ਨੋ ਕਿਹੜੀਆਂ ਸਟੋਰੀਆਂ ਕਿੱਥੇ ਆ ਜਿਹੜੀਆਂ ਪੜੀਆਂ ਜਾਂਦੀਆਂ ਨੇ ਹਰ ਕੇ ਜਿੱਤਿਆ ਯਾਰ ਉਹ ਇੱਕ ਤੂੰ ਉਹ ਹਲਾਲਾ ਵਿਆਪਦੇ ਆਪ ਨੂੰ ਸੈਟੀਸਫੈਕਸ਼ਨ ਲਾ ਲਾ ਵੀ ਸਾਡਾ ਇਮਪ੍ਰੈਸ ਹੋ ਗਿਆ ਉਹ ਤੋਂ ਗਵਰਨਰ ਬਣਾਤਾ ਉਹਨੇ ਆਪ ਦਾ ਤਾਂ ਇੱਥੇ ਇਹ ਸੀ ਸਿਕੰਦਰ ਦੀ ਕਹਾਣੀ ਹੂੰ 5 ਫੁੱਟ 6 ਇੰਚ ਦਾ ਬੰਦਾ ਸੀ ਕਹਿੰਦੇ ਕਈ 5 ਫੁੱਟ 3 ਦਾ ਵੀ ਕਹਿੰਦੇ ਸੀ ਅੱਛਾ 3 ਦਾ ਵੀ ਕਹਿੰਦੇ ਸੀ 32 ਸਾਲ ਦੀ ਉਮਰ ਚ ਖਤਮ ਤੇ ਸਾਰਾ ਪਾਜ ਨੇ ਬਾਹਰ ਜੇਲ੍ਹ ਦੇ ਅੰਦਰ ਕੰਕੜ ਦਾ অলਮੋਸਟ ਹੋਲ ਹੋਲ ਵਾਲਡਨ ਮਤਲਬ ਡਾਇਰੀ ਇਸ 3 ਦਾ ਥੋੜਾ ਜਿਹਾ ਕਹਿ ਸਕਦੇ ਆ ਕਿ ਤਿੰਨ ਵਾਰੀ ਦਾ ਖਾ ਜਿਵੇਂ ਭੱਜਿਆ ਉਹ ਹਾਂ ਪਤਾ ਨਹੀਂ ਉਹ ਕਹਿੰਦੇ ਬਹੁਤ ਗ੍ਰੇਟ ਕਿੰਗ ਸੀਗਾ ਉਹ ਜਿਵੇਂ ਰਿਸਪੈਕਟ ਵੀ ਪੇ ਕੀਤੀ ਲਾਸਟ ਤੇ ਉਹ ਜਦੋਂ ਸਰਕਮਸਟੈਂਸਸ ਜਿਹੇ ਹੋਏ ਉਦੋਂ ਭੱਜਿਆ ਫਿਰ ਆਪਾਂ ਇਹਨੂੰ ਟਾਇਰੈਂਟ ਕਵਾਂਗੇ ਕਿ ਹੀਰੋ ਕਵਾਂਗੇ ਮਤਲਬ ਉਹ ਪਰਸਪੈਕਟਿਵ ਹੈ ਹਨਾ ਜੇ ਕਿਸੇ ਤੁਸੀਂ ਜੇ ਵੋਕੀਜ਼ਮ ਦੀ ਗੱਲ ਕਰਾਂਗੇ ਜਾਂ ਅੱਜਕੱਲ੍ਹ ਦੇ ਸੈਂਸਿਟਿਵ ਕਲਚਰ ਦੇ ਸਾਬ ਨਾਲ ਤਾਂ ਉਹ ਟਾਇਰੈਂਟ ਹੈ ਹਰੇਕ ਗੱਲ ਤੇ ਤੂੰ ਐਂ ਕਹੇਗਾ ਕਿ ਆਹ ਤਾਂ ਅਲੈਗਜ਼ੈਂਡਰ ਸੈਕਸਿਸ ਸੀਗਾ ਇੱਥੇ ਰੇਸਿਸ ਸੀਗਾ ਇੱਥੇ ਉਹ ਸੀ ਹਨਾ ਉਹ ਚੀਜ਼ਾਂ ਦਾ ਚਲੋ ਕਲਚਰਲ ਇੰਬੈਡਡ ਸੀਗੀਆਂ ਉਦੋਂ ਜਦੋਂ ਜੋਸ਼ ਸੀਗੀਆਂ ਪਰ ਐਂ ਕਹਿ ਸਕਦੇ ਆ ਕਿ ਮੋਸਟ ਹਿਸਟੋਰੀਅਨ ਐਂ ਮੰਨਦੇ ਆ ਕਿ ਜਿਹੜਾ ਇਹਦਾ ਪੋਜ਼ਿਟਿਵ ਚੀਜ਼ਾਂ ਕਿ ਕ੍ਰੀਕ ਕਲਚਰ ਲੈ ਕੇ ਗਿਆ ਜਮਾ ਇੰਡੀਆ ਤੱਕ ਛੱਡ ਗਿਆ ਗਵਰਨਮੈਂਟਾਂ ਬਣਾਈਆਂ ਜਿਥੇ ਜਿਥੇ ਲੰਘਿਆ ਹਨ ਤੁਸੀਂ ਕਹਿ ਸਕਦੇ ਕਿ ਇਹਦਾ ਆਊਟਵੇ ਕਰ ਸਕਦਾ ਆਊਟਵੇ ਕਰੂਗਾ ਵੀ ਮਾੜੀਆਂ ਚੀਜ਼ਾਂ ਨੂੰ ਹਾਲਾਂਕਿ ਮਾੜੀਆਂ ਜਿਵੇਂ ਨੇ ਪਰਸਪਲ ਕੀਤਾ ਸਲੇਬ ਬਣਾਏ ਹਨ ਮਾਰੇ ਵੀ ਬੰਦੇ ਫਿਰ ਉਹ ਵੀ ਤੁਸੀਂ ਕਹਿ ਸਕਦੇ ਕਿ ਰਾਜ ਯਾਰ ਮੇਰੇ ਹਿਸਾਬ ਨਾਲ ਰਾਜ ਇੱਕ ਬੰਦਾ ਜਿਵੇਂ ਡੈਮੋਕ੍ਰੇਸੀ ਵੀ ਕਹਿੰਦੇ ਆਪਾਂ ਨੇ ਐਥਨਸ ਦੇ ਵਿੱਚ ਉਹ ਡੈਮੋਕ੍ਰੇਸੀ ਜੀ ਬੀਸੀ ਦੇ ਵਿੱਚ ਹਨ ਤੇ ਉਹ ਹਾਲਾਂਕਿ ਡੈਮੋਕ੍ਰੇਸੀ ਵੀ ਕੋਈ ਇਹ ਵੀ ਫਲੌਅ ਡੀ ਆਪ ਅੱਜ ਕੱਲ ਫਿਰਦੇ ਹੀ ਆ ਇੱਥੇ ਬੈਠੇ ਹੀ ਆ ਉਹ ਚੀਜ਼ ਹੈ ਕਿ ਆਈ ਡੋਟ ਨੋ ਰਾਜ ਇੱਕ ਬੰਦਾ ਸਾਰੇ ਦੇ ਉੱਤੇ ਰਾਜ ਕਰਨਾ ਉਹ ਕਿਤੇ ਨਾ ਕਿਤੇ ਫਰਾਡ ਹੀ ਹੁੰਦਾ ਹੈ ਬਿਲਕੁਲ ਹਾਂ ਤੁਸੀਂ ਕਿਤੇ ਨਾ ਕਿਤੇ ਹਾਂ ਉਹ ਉਹਦੀ ਹੁਣ ਜੇ ਉਹ ਗਲਤ ਹੈ ਤਾਂ ਗਲਤ ਹੈ ਬਸ ਉਹ ਚੀਜ਼ ਹੈ ਕਿ ਇੱਕ ਫੈਸਲੇ ਨਾਲ ਉਹਦੇ ਫੈਸਲੇ ਨਾਲ ਚੱਲਣਾ ਸਾਰਾ ਕੁਝ ਤਾਂ ਉਹੀ ਚੀਜ਼ਾਂ ਕਰਕੇ ਅਤਨਸ ਦੇ ਵਿੱਚ ਸੋਕ੍ਰੇਟਸ ਹਰ ਗਾਣੇ ਪਹਿਲਾਂ ਹੀ ਲਾਇਆ ਹੋਇਆ ਸੀ ਕਿ ਵੀ ਤੁਸੀਂ ਡੈਮੋਕ੍ਰੇਸੀ ਬਣਾਓ ਐਂ ਕਰੋ ਪਰ ਚਲੋ ਇਹ ਇਹਨਾਂ ਦਾ ਅੱਡ ਸੀ ਹਿਸਾਬ ਮਸਡੋਨੀਆਂਸ ਦਾ ਬਿਲਕੁਲ ਇਹਨੇ ਕਿੰਗਡਮ ਸੀਗੇ ਪਰ ਮਤਲਬ ਆਪਾਂ ਨੂੰ ਪੜਨ ਨੂੰ ਉਹ ਮਿਲ ਗਿਆ ਕਿ ਵੀ ਇਹ ਬੰਦਾ ਐਡਾ ਕੈਰੇਕਟਰ ਸੀ ਜਿਵੇਂ ਚੰਗੇਜ਼ ਖਾਨ ਦੀ ਗੱਲ ਕੀਤੀ ਸੀ ਆਪਾਂ ਚੰਗੇਜ਼ ਖਾਨ ਦੀ ਗੱਲ ਅੱਗੇ ਤਾਂ ਅੱਛਾ ਮੈਂ ਕਿਊਰੀਅਸਟ ਇੱਕ ਥੋੜਾ ਜਿਹਾ ਮੈਂ ਨਾ ਕਿਊਰੀਅਸ ਸੀ ਕਿ ਹਮਤਰਾ ਨੇ ਨਵੀਂ AI ਕੀਤੀ ਐ ਲੌਂਜਾ ਮੈਂ ਉਹ ਤੋਂ ਸਵਾਲ ਪੁੱਛਿਆ ਕਿ ਚੰਗੇਜ਼ ਖਾਨ ਜਿੱਤੂਗਾ ਕਿ ਅਲੈਗਜ਼ੈਂਡਰ ਜਿੱਤੂਗਾ ਸਾਰਾ ਕੁਝ ਪਾਇਆ ਜੋ ਮੈਂ ਪੜਿਆ ਸੀ ਹਨਾ ਫੈਲੈਂਗਸ ਫਾਰਮੇਸ਼ਨ ਜੋ ਵੀ ਉਹ ਕਹਿੰਦੇ ਵੀ ਬਹੁਤ ਕੰਟਰੋਵਰਸੀਅਲ ਹਨਾ ਕਿਉਂਕਿ ਆਡਾ ਥਾਵਾਂ ਤੇ ਲੜੇ ਹਾਲਾਂਕਿ ਪਰਜਨ ਐਂਪਾਇਰ ਦੇ ਵਿੱਚ ਵੀ ਆ ਕੇ ਲੜਿਆ ਉਹ ਪਰ ਉਹ ਮੈਂ ਕਿਹਾ ਵੀ ਤੂੰ ਆਪਣੀ ਜਜਮੈਂਟ ਦੇ ਬਈ ਉਹ ਨਾ ਦੱਸ ਬਈ ਸੋਰਸਸ ਕੀ ਕਹਿੰਦਾ ਤਾਂ ਉਹ ਕਹਿੰਦੇ ਇੱਕ ਰੱਖ ਲੈ 4GB ਚਾਰਜਬੀਟੀ ਦਾ ਨਹੀਂ ਮੈਟਰਾ ਦਾ ਆਨਸਰ ਸੀਗਾ ਕਿ ਗੈਂਗਿਸ ਖਾਨ ਕਿਉਂਕਿ ਗੈਂਗਿਸ ਖਾਨ ਦੀ ਜਿਹੜੀ ਫੋਰਸ ਸੀ ਕਹਿੰਦੇ ਉਹ ਬਹੁਤ ਤੇਜ਼ ਸੀ ਬਹੁਤ ਤੇਜ਼ ਸੀ ਬਹੁਤ ਤੇਜ਼ ਸੀ ਕਹਿੰਦੇ ਵੀ ਉਹ ਹੋ ਸਕਦਾ ਜਿਹੜੀ ਕੈਵਲਰੀ ਅਲੈਗਜ਼ੈਂਡਰ ਕੋਲੇ ਆ 2000 ਸਾਲ ਪਹਿਲਾਂ ਹਨਾ ਉਹ 1000 ਸਾਲ ਬਾਅਦ ਇਹਦੇ ਕੋਲੇ ਬਹੁਤ ਇੰਪਰੂਵਡ ਸੀਗੀ ਆਰਚਰ ਬਹੁਤ ਤਗੜੇ ਸੀਗੇ ਤੇ ਕਹਿੰਦੇ ਆ ਹੋ ਸਕਦਾ ਕਿ ਇਹ ਫੈਲੈਂਕਸ ਨੂੰ ਭੇਜ ਦਿੰਦੇ ਸਾਈਡਾਂ ਤੋਂ ਭੇਜ ਦਿੰਦੇ ਜਿਵੇਂ ਪੜ ਕੇ ਵੀ ਲੱਗਦਾ ਤੈਨੂੰ ਹਾਂ ਐਟ ਲੀਸਟ ਵੀ ਕਿ ਗੰਗੇਸ਼ ਖਾਨ ਹਾਂ ਪਰ ਅਲੈਗਜ਼ੈਂਡਰ ਪਹਿਲਾਂ ਪਹਿਲਾ ਨਾਮ ਆਇਆ ਹਨਾ ਜਿਹਨੇ ਵੈਸਟ ਨੂੰ ਇਸ ਨਾਲ ਜੋੜਦਾ ਜਦੋਂ ਜਦੋਂ ਕੋਈ ਸੁੱਤੇਰੇ ਕੋਲੇ ਕੋਈ ਸੋਰਸਸ ਵੀ ਨਹੀਂ ਸੀਗੇ ਕੋਈ ਚੀਜ਼ਾਂ ਹਨ ਸਾਰੀਆਂ ਚੀਜ਼ਾਂ ਤੇ ਰੌ ਰੋ ਚੀਜ਼ਾਂ ਚੱਕ ਕੇ ਬਣਾ ਕੇ ਪਲਪਲ ਬਣਾ ਕੇ ਤੱਕ ਕੌਣ ਕਰਦਾ ਚਲੋ ਚਲੋ ਫਿਰ ਆਪਾਂ ਕਰੀਏ ਫਿਨਿਸ਼ ਅੱਜ ਲਈ ਬਹੁਤ ਹੈ ਨਾ